की चल रहे हैं? गुफ्तगू नवी दे व्याह दी की? ओ गुस्सा थोड़ा घट कर, असी तां सुपने दी गल करदे सी। यार नवी तो अगे दस ना, फिर की होया? होना की सी, ए तो पहला सुपना सच हुंदा। मैं सोकते सोकते घरों निकल आया। मम्मी सत श्री अकाल। सत श्री अकाल। मेरा पुत ते बड़ा सोना लग रहा है। अच्छा कुछ खा पी के जाई, एवे ना चला जाई। मम्मी खाता मैं बारो भी लूंगा, तुसी खान ली बस पैसे दे दो मेनू। ओना दा तुहानू पता ही है, 50 रुपए दे के कहना हुंदा वध ना खर्ची। पहला आ ले ए पिन्नी ते दूध खा ले। ओ माता, ओ जदों पिज़्ज़े बर्गर मुंह नू लग जाना, पिन्निया पुन्निया कित्थे स्वाद लगदी यार। जे तू दूध पिन्नी खाएगा ते मैं तेनू 1000 रुपए वध दूंगी। ओ मेरी प्यारी मम्मी, सोहनी मम्मी, थोनु पता तो है मेनू बचपन तो पिन्नी दे दूध पसंद नहीं हैगा, पर पैसियां दा लालच दे के तुसी मेनू हमेशा ही खवांदे रहे हो। आ पैसे दो मेनू ते पिन्नी दो तुसी, मैं चलिया कॉलेज। ओके फिर, लव यू। ओए बड़ा चला के तू। सत श्री अकाल बेबे। सत श्री अकाल पुत्त। बे तू की तड़के कॉलेज कजदा फिरदा, अगे दा तू ढोल बजाए तो भी नहीं जागदा। ओ बेबे तू एवें डिक्का ना पा, मैं अगे 1/2 घंटा लेट आ। ਤੂੰ ਕੀ ਰੇਲ ਗੱਡੀ ਚੜਨਾ ਹੈ? ਉਹ ਮੈਂ ਤਾਂ ਕੀ ਰੇਲ ਫੜਨੀ ਹੈ, ਮੇਰੀ ਤਾਂ ਸੁਪਨਿਆਂ ਨੇ ਰੇਲ ਬਣਾਈ ਪਈ ਹੈ। ਉਹ ਤੂੰ ਤਾਂ ਗਾਉਂਦਾ ਫਿਰਦਾ ਸੀ, ਹੁਣ ਨਹੀਂ ਮੁੜਦਾ ਯਾਰ, ਚੰਡੀਗੜ੍ਹ ਵਾ ਲਈਏ। ਉਹ ਬੇਬੇ ਉਹਦਾ ਸ਼ਹਿਰੀ ਮਾਂ ਦਾ ਗਾਣਾ, ਨਾਲੇ ਮੇਰੀ ਕਿਹੜਾ ਕੋਈ ਸਹੇਲੀ ਸੁਲੀ ਹੈਗੀ ਹੈ। ਇਹ ਤਾਂ ਚੰਗੀ ਗੱਲ ਹੈ, ਬਚ ਕੇ ਰਹੀ ਕੁੜੀਆਂ ਤੋਂ। ਆ ਲੈ ਫੜ, ਮੈਂ ਨਾ ਆਪਦੇ ਮੋਬਾਈਲ ਵਾਸਤੇ ਜੋੜ ਕੇ ਰੱਖੇ ਸੀ। ਬੇਬੇ 500 ਫੜਾਉਂਦੀ ਸੀ ਮੈਨੂੰ, ਉਹ ਮੈਂ ਨਹੀਂ ਫੜੇ ਫੜੇ ਉਹ ਤੋਂ। ਮੈਨੂੰ ਨਹੀਂ ਸਮਝ ਆਉਂਦੀ ਤੇਰੀ ਮਾਂ ਦੀ, ਪਤਾ ਨਹੀਂ ਇਹਨੇ ਪੈਸੇ ਜੋੜ ਕੇ ਕੈਨੇਡਾ ਜਾਣੇ। ਹੋਰ ਕੀ ਬੇਬੇ, ਚੰਗਾ ਵਾ ਬਿਓ, ਚੱਲੇ ਫਿਰ ਸਰਦਾਰ ਜੀ। ਧਿਆਨ ਨਾਲ ਜਾਈ। ਓਕੇ ਡਾਰਲਿੰਗ। ਮਾਂ ਨਾਲ ਮਸਕਰੀਆ, ਵੱਡਾ ਸਰਦਾਰ ਜੀ ਬੜਿਆ ਫਿਰਦਾ। ਅੱਜ ਤੱਕ ਉਹ 150 ਕੇਸ ਲੜ ਚੁੱਕੇ ਹੈ, ਜਿਨ੍ਹਾਂ ਚੋਂ 140 ਪੁੱਠੇ ਸਾਡੇ ਗਾਲੀ ਪਾ ਗਏ ਅਤੇ ਲੋਕਾਂ ਦੇ ਉੱਤੋਂ ਪੈਸੇ ਵੀ ਖਾ ਗਿਆ, ਜਿਵੇਂ ਕਿ ਹੁਣ ਤੁਸੀਂ। ਅਦਾਲਤ ਦੀ ਛੱਤ ਵੀ ਚੋਣ ਲੱਗ ਪਈ, ਮਸਾ ਮਸਾ ਤਾਂ ਮੇਨਟੇਨੈਂਸ ਦੀ ਗ੍ਰਾਂਟ ਪਾਸ ਕਰਵਾਈ ਸੀ, ਉਹ ਵੀ ਉਸ ਬੰਦੇ ਦੇ ਮਾੜੇ ਰਿਕਾਰਡ ਕਰਕੇ ਸਰਕਾਰ ਨੇ ਕੈਂਸਲ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਆਪ ਨੂੰ ਫਾਂਸੀ ਦੀ ਸਜ਼ਾ ਦੇਵਾਂ, ਤੁਸੀਂ ਉਸ ਬੂਟੇ ਦੀ ਜੜਾਂ ਪੁੱਟ ਕੇ ਕਿਸੇ ਹੋਰ ਅਦਾਲਤ ਚ ਲੈ ਜਾਓ। ਲੈ ਕਰ ਲਓ ਗੱਲ, ਉਹ ਬੂਟਾ ਕੱਲੀ ਹਵਾ ਨਹੀਂ ਕਰਦਾ, ਉਹ ਮਸਲੇ ਵੀ ਹੱਲ ਕਰਦਾ। ਅੱਜ ਤੱਕ 150 ਕੇਸ ਲੜਿਆ, ਜਿਹਦੇ ਵਿੱਚੋਂ 140 ਕੇਸ ਚੁਟਕੀਆਂ ਚ ਮੌਕੇ ਤੇ ਹੱਲ ਕੀਤੇ। ਹੁਣ ਤੁਹਾਡੇ ਵਾਲਾ ਕੇਸ ਲੈ ਲਓ। ਮਸਾਂ ਜੱਜ ਨੂੰ ਕਹਿ ਕਹਿ ਕੇ ਤੁਹਾਡੇ ਭਰਾ ਦੀ ਸਿਕਿਉਰਿਟੀ ਦਾ ਇੰਤਜ਼ਾਮ ਕਰਵਾਇਆ। ਉਹ ਕਿਵੇਂ? ਉਹ ਪਿਛਲੇ ਮਹੀਨੇ ਬੈਂਕ 'ਚ ਡਾਕਾ ਨਹੀਂ ਪਿਆ ਸੀ? ਹਾਂ, ਉਹਦੇ ਇਲਜ਼ਾਮ ਤੁਹਾਡੇ ਭਰਾ ਨੂੰ ਅੰਦਰ ਕਰਾਤਾ, ਉਹ ਤਾਂ ਛੱਡਣ ਲੱਗੇ ਸੀ। ਮੈਂ ਕਹਿ ਕੇ ਉਮਰ ਕੈਦ ਕਰਾਤੀ। ਹੁਣ ਖੁਸ਼ੀ ਦੀ ਗੱਲ ਇਹ ਆ ਕਿ ਉਮਰ ਭਰ ਦੀਆਂ ਜੇਲ੍ਹ 'ਚੋਂ ਮੁਕਤ ਕੇ ਰੋਟੀਆਂ ਖਾਊਗਾ। ਉੱਤੋਂ ਪੁਲਿਸ ਦੀ ਸਿਕਿਉਰਿਟੀ ਵੱਖਰੀ, ਉੱਥੇ ਦੁਸ਼ਮਣ ਤਾਂ ਕੀ ਜਿਹੜੀ ਨਹੀਂ ਫੜਕ ਸਕਦੀ। ਉਹ ਛੱਡ, ਜਬੜੀਆਂ ਮਾਰੀ ਜਾਂਦਾ। ਜਬੜੀਆਂ ਨਹੀਂ ਮਾਰਦਾ, ਲੱਗਦਾ ਫੋਨ ਆ ਗਿਆ। ਕੀ ਸੀ ਬੜਿਆ ਬੂਟਾ ਸਿੰਘ ਕੋ ਨਿਕਲਿਆ ਬੂਟਾ ਬੂਟਾ। ਹੈਲੋ, ਭਾਜਾ ਬੂਟਿਆ, ਆ ਜਿਹੜੇ ਲੋਕ ਆ ਨਾ ਤੇਰੇ ਪਿੱਛੇ ਪਏ ਆ, ਇਹ ਤੇਰੇ ਜੜਾਂ ਚ ਬੈਠਣਗੇ ਤੇ ਮੁੜ ਕੇ ਤੂੰ ਕਦੇ ਹਰਾ ਨਹੀਂ ਹੋਣਾ। ਤੇਰਾ ਛੱਤ ਦਾਣਾ ਪਾਣੀ ਮੁੱਕ ਗਿਆ, ਹੁਣ ਤੂੰ ਕਿਤੇ ਹੋਰ ਟਿਕਣਾ। ਵੇ ਬਟਲਾ, ਤੂੰ ਮੁਰਗੀਆਂ ਦੀ ਸਾਂਭ ਸੰਭਾਲ ਠੀਕ ਨਹੀਂ ਕਰ ਰਿਹਾ, ਮੁਰਗੀਆਂ ਆਂਡੇ ਕੱਟ ਦੇ ਰਹੀਆਂ ਨੇ। ਉਹ ਬੀਬੀ ਜੀ, ਉਹ ਕੌੜ ਬੇਬੇ ਬੈਠੀ ਰਹਿੰਦੀ ਹੈ ਕੁਰਸੀ ਡਾ ਕੇ, ਮੈਨੂੰ ਲੱਗਦਾ ਸੰਗ ਦੀਆਂ ਨੀ ਮੁਰਗੀਆਂ ਆਂਡੇ ਦਿੰਦੀਆਂ। ਬੰਦੋਬਸਤ ਕਰੋ ਕੋਈ ਉਹਦਾ। ਤੂੰ ਉੱਠ ਪਟੰਗ ਨਾ ਬੋਲੀ ਜਾਇਆ ਕਰ, ਕੰਮ ਘੱਟ ਕਰਦਾ ਬੋਲਦਾ ਜ਼ਿਆਦਾ। ਚੰਗਾ ਜੀ, ਸਾਡਾ ਕੀ ਹੈ, ਅਸੀਂ ਜਾ ਕੇ ਮੁਰਗੀਆਂ ਨਾ ਬੋਲ ਲੈਂਦੇ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਲੋ ਘਰੋਂ ਵੀ ਮਿੱਠਾ ਜੀ, ਮੌੜ ਕਲੋਨੀ ਦੀ ਨੀਂਹ ਰੱਖਤੀ ਹੈ ਜੀ, ਤੇ ਨਾਲੇ ਸ਼ੁਰੂ ਵੀ ਤੁਹਾਡੇ ਆਲੇ ਪਾਸੇ ਕੀਤੀ ਹੈ। ਤੁਹਾਡੀ ਜ਼ਮੀਨ ਦਾ ਰੇਟ ਵੱਧ ਜੂਗਾ ਜੀ। ਅਸੀਂ ਕਿਹੜੀ ਜ਼ਮੀਨ ਵੇਚਣੀ ਹੈ, ਜ਼ਮੀਨ ਦਾ ਰੇਟ ਵਧੇ ਘਟੇ ਇਹ ਤੇ ਦਰਜੀ ਦੀ ਨਿਸ਼ਾਨੀ ਹੈ, ਤੇ ਹੈ ਵੀ ਬੇਬੇ ਦੇ ਨਾਲ। ਮੈਂ ਕਿਹੜਾ ਤੁਹਾਨੂੰ ਜ਼ਮੀਨ ਵੇਚਣ ਨੂੰ ਕਹਿ ਰਿਹਾ ਜੀ, ਜਦੋਂ ਤੁਹਾਡਾ ਮਨ ਚਾਹੇ ਸਰਦਾਰ ਜੀ ਦੇ ਨਾਂ ਤੇ ਕਲੋਨੀ ਕਰ ਦੇ। ਇੱਕ ਪੁੱਤੇ ਅਮਰੀਕਾ 'ਚ ਸੈਟਲਡ ਤੇ ਦੂਜੇ ਲਈ ਇਹ ਜ਼ਮੀਨ ਬਥੇਰੀ ਹੈ, ਅਸੀਂ ਖੁਸ਼ ਹਾਂ।
ਸ਼ਿੰਗਾਰਾ ਮਿਠਾਈ ਦਾ ਡੱਬਾ ਕਾਹਤੇ ਚੱਕੀ ਫਿਰਦਾ? ਖੁਸ਼ਖਬਰੀ ਹੋਣੀ ਬੇਬੇ। ਖੁਸ਼ਖਬਰੀ ਕਾਹਦੀ? ਓਹਦੇ ਕੀ ਐਸ ਉਮਰ ਚ ਮੁੰਡਾ ਜੰਮਿਆ? ਬੇਬੇ ਤੁਸੀਂ ਓਹਦੀ ਮਿਠਾਈ ਨਾ ਖਾਓ, ਉਹ ਮੰਮੀ ਜੀ ਦਾ ਚਮਚਾ ਹੈ। ਮੈਨੂੰ ਲੱਗਦਾ ਉਹ ਜਾਣ ਕੇ ਮਿਠਾਈ ਲੈ ਕੇ ਆਇਆ ਤਾਂ ਕਿ ਤੁਹਾਡੀ ਸ਼ੂਗਰ ਵੱਜ ਜਾਏ। ਲੈ ਬੇਬੇ ਨੂੰ ਸ਼ੂਗਰ ਹੈ? ਮੱਥਾ ਟੇਕਦਾ ਬੇਬੇ, ਮੈਨੂੰ ਤੁਸੀਂ ਦੱਸਿਆ ਹੀ ਨਹੀਂ। ਲੈ ਸ਼ੂਗਰ ਦਾ ਤਾਂ ਮੇਰੇ ਕੋਲ ਜਮਾ ਹੀ ਪੱਕਾ ਇਲਾਜ। ਅੱਛਾ, ਸਵੇਰੇ ਸਵੇਰੇ ਨਿਰਣੇ ਕਾਲਜੇ 3 ਕਰੇਲੇ ਗੁਰਦੇ ਨਾਲ ਖਾਓ, ਉਸ ਤੋਂ ਬਾਅਦ ਦੁਪਹਿਰੇ ਦੁਪਹਿਰੇ ਕੀ ਮਿਲਜੀ? ਦੁਪਹਿਰੇ ਪਤਾ ਨਹੀਂ, ਗਰੇਬੀ ਦੇ ਨਾਲ ਸ਼ਾਇਦ ਭਿੰਡੀਆਂ ਦੱਸੀਆਂ ਨੇ। ਤੂੰ ਰਹਿਣ ਦੇ, ਤੂੰ ਆਪਦੀ ਵਕੀਲਗਿਰੀ ਕਰ, ਵੈਦਗੀ ਕਰਨ ਦੀ ਲੋੜ ਨਹੀਂ ਤੈਨੂੰ। ਵੀਰ ਜੀ ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲੈ ਕੇ ਆਈ। ਥੋੜਾ ਮਿੱਠਾ ਘੱਟ ਰੱਖਿਓ। ਵੀਰ ਜੀ ਧੌਣ ਜੀ ਕਿਉਂ ਕੜਾਈ ਫਿਰਦੇ ਹੋ, ਨਾਰਮਲ ਨਹੀਂ ਬੋਲ ਹੁੰਦਾ? ਉਹ ਕਈ ਵਾਰੀ ਮੈਨੂੰ ਯਾਦ ਆ ਜਾਂਦਾ ਵੀ ਮੈਂ ਵਕੀਲ ਵੀ ਹਾਂ। ਚਲੋ ਮੈਂ ਆਈ। ਆ ਕੋਠੀ ਵੇਖੋ ਭੈਣ ਜੀ, ਬਾਕੀ ਗੱਲਾਂ ਤਾਂ ਠੀਕ ਹੈ, ਪਰ ਮੈਨੂੰ ਤੁਹਾਡਾ ਆ ਝੋਕੇ ਸਿਰਾ ਜਾਂ ਰਿਸ਼ਤੇ ਦਾ ਕੁਝ ਠੀਕ ਨਹੀਂ ਲੱਗਦਾ। ਕੀ ਗੱਲ, ਉਹਨੂੰ ਮੂੰਹ ਖੁਰ ਦੀ ਬਿਮਾਰੀ ਹੈ? ਬੇਬੇ ਆ ਕਾਲਾ ਨਾ ਕਿਉਂ ਫਿਰਦਾ ਇੱਥੇ? ਕਿਤੇ ਤੁਹਾਡੀਆਂ ਮੁਰਗੀਆਂ ਨੂੰ ਇੰਨਾ ਟੰਗ ਮਾਰ ਜੇ? ਇਹੋ ਜਿਹੇ ਬੰਦੇ ਨੂੰ ਤਾਂ ਕੋਈ ਦਿਲੀ ਨਹੀਂ ਟੱਪਣ ਦਿੰਦਾ, ਇਹ ਇਹਨੂੰ ਅੰਦਰ ਬਿਠਾਈ ਖੜੇ ਨੇ। ਮੈਂ ਤਾਂ ਫਟਕ ਨਹੀਂ ਦਿੰਦੀ, ਇਹ ਤੇਜ ਕੌਰ ਹੀ ਹੈ, ਇਹਨੇ ਵੀਰਾ ਜੀ ਕਹਿ ਕੇ ਸਿਰ ਚੜਾ ਲਿਆ। ਚੱਲ ਤੂੰ ਤਾਂ ਅਜਿਹੇ ਜਿਹਾ ਵੀ ਹੈ, ਸਾਡਾ ਰਿਸ਼ਤੇਦਾਰ ਤਾਂ ਹੈ, ਇਹ ਕਾਲੂ ਜਿਹਾ ਸਾਡਾ ਕਿਤੇ ਟੇਕਾ ਲੱਗਦਾ। ਆ ਮਾਸੀ ਪਤਾ ਨਹੀਂ ਕੀ ਬੋਲਦਾ। ਠੀਕ ਹੈ ਜੀ, ਕਰਾਂ। ਹਟਦੀ ਨਹੀਂ, ਜਮੀ ਠੀਕ ਹੈ। ਚੱਲ ਆ ਲੋ ਚਾ। ਨਵੀਂ ਨਹੀਂ ਦਿਸ ਰਿਹਾ ਕਿਤੇ? ਵੀਰ ਜੀ ਉਹ ਤਾਂ ਕੱਲ ਸਵੇਰੇ ਕਾਲਜ ਨਿਕਲ ਗਿਆ ਸੀ। ਕਾਲਜ ਨਿਕਲ ਗਿਆ ਤਾਂ ਠੀਕ ਹੈ, ਇਸ ਉਮਰ ਚ ਮੁੰਡੇ ਹੱਥੋਂ ਵੀ ਨਿਕਲ ਜਾਂਦੇ ਹੁੰਦੇ ਆ, ਥੋੜਾ ਜਿਹਾ ਧਿਆਨ ਰੱਖਿਆ ਕਰੋ। ਮੈਂ ਤਾਂ ਕਹਿੰਦਾ ਹੁਣ ਉਹਦੀ ਉਮਰ ਹੋ ਗਈ, ਕੋਈ ਰਿਸ਼ਤਾ ਰੁਸ਼ਤਾ ਵੇਖੋ। ਲਾਡੋ ਤੈਨੂੰ ਯਾਦ ਹੈ ਅੱਜ ਤੱਕ ਹਰ ਕੰਮ ਵਿੱਚ ਪਹਿਲ ਮੈਂ ਹੀ ਕੀਤੀ ਹੈ। ਤੇ ਲੈ ਚੰਗੀ ਗੱਲ ਆ ਨਾ, ਫਿਰ ਕਹਿੰਦੇ ਨੇ ਹੁੰਦੇ ਲੇਡੀਜ਼ ਫਸਟ, ਨਾਲੇ ਜਿੱਦਾਂ ਦੀ ਤੇਰੀ ਦਹਿਸ਼ਤ ਸੀ ਕਾਲਜ ਦੇ ਵਿੱਚ, ਮੇਰੇ ਤੋਂ ਕਿਤੇ ਪ੍ਰਪੋਜ਼ ਕਰਨ ਆ ਜਾਂਦੇ ਨੇ। ਅੱਜ ਆਪਣਾ ਰਿਜ਼ਲਟ ਆਉਣਾ ਨਾ, ਰੱਬ ਕਰੇ ਸਭ ਵਧੀਆ ਹੀ ਹੋਵੇ। Excuse me? ਠੀਕ ਹੈ ਯਾਰ ਤੂੰ? ਹਾਂ ਚੱਲ ਮੇਰਾ ਭਰਾ ਪਾਣੀ ਪੀ ਲਾ, ਪੀਲਾ ਪੀਲਾ। ਤੁਹਾਡੀ ਕਾਪੀ ਡਿੱਗੀ ਸੀ ਉੱਥੇ। ਕੀ ਹੋਇਆ? ਹਾਂ ਯਾਰ ਇਹ ਮੁੰਡਾ ਪੱਗ ਬੜੀ ਸੋਹਣੀ ਬਣਦਾ, ਪਰ ਪਹਿਲਾਂ ਤਾਂ ਕਦੇ ਦੇਖਿਆ ਨੀ ਕਾਲਜ ਚ। ਸਾਨੂੰ ਵੀ ਪੜਾਵੇ ਜੀ। ਸਤਿ ਸ੍ਰੀ ਅਕਾਲ ਜੀ। ਇੱਜ਼ਤ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਦੀ ਹੈ, ਤੁਹਾਡੀ ਭੈਣਾਂ ਵੀ ਇੱਥੇ ਪੜਦੀਆਂ ਨੇ। ਜਾਣਦੀ ਮੈਂ ਕੌਣ? ਉਹ ਤੁਹਾਡੀ ਜਾਣਦੀ ਆ, ਮੇਰ ਦਾ ਮੁੰਡਾ। ਯਾਰ ਮੇਰੀ ਗੱਲ ਸੁਣ, ਕੱਲ ਆਪਾਂ ਕਾਕੇ ਦਾ ਵਿਆਹ ਦੇਖਣ ਚੱਲੀਏ, ਤੂੰ ਚੱਲੇਂਗੀ ਕੰਗਨ? ਹਾਂ ਸੰਧੂ ਕੀ ਖਾਏਗਾ? ਚਿਕਨ ਰੋਲ। ਚਿਕਨ ਰੋਲ ਦੋ ਦੋ ਕੇ ਤਿੰਨ ਤਿੰਨ ਬਾਈ ਯਾਰ ਤਿੰਨ ਚਿਕਨ ਰੋਲ ਕਰ ਦਿਓ। ਉਹ ਮੁੰਡਾ ਪੱਕ ਹੀ ਨੀ ਸੋਹਣੀ ਬਣਦਾ, ਤੂੰ ਉਹਦਾ ਨਾਮ ਪੁੱਛ ਕੇ ਆਣਾ। ਅੱਛਾ ਜੀ, ਚੱਲ ਆਮ ਹੋਣਾ ਆਪਾਂ ਚੱਲੀਏ। ਪਤਾ ਨਾ ਧਾਰ ਕਿੰਨਾ ਹੋ ਗਿਆ ਲਿਖਣੀ ਸਾਹਿਬ। ਐਕਸਕਿਊਜ਼ ਮੀ ਵੀਰੇ, ਤੁਹਾਡਾ ਨਾਮ ਕੀ ਹੈ? ਮੇਰਾ ਰਮਨ ਸਿੰਘ। ਹਾਂ ਆਏ ਉਹ ਤੈਨੂੰ ਕੀ ਹੋ ਗਿਆ? ਉਹ ਕੁਝ ਨਹੀਂ ਯਾਰ। ਦੱਸਿਆ ਉਹ ਮੁੰਡਾ ਪੱਕ ਤਾਂ ਸੋਹਣੀ ਬੰਦਾ, ਪਰ ਨਾ ਉਹਦਾ ਜਮਾ ਹੀ ਨਹੀਂ ਸੋਹਣਾ। ਕੀ ਨਾਮ ਹੈ? ਫੁੰਮਨ ਸਿੰਘ। ਕੋਈ ਗੱਲ ਨਹੀਂ,
ਦੇਖਦੇ ਆ ਫਿਰ ਇਹਨੂੰ। ਹੁਣ ਆਪਾਂ ਕੀ ਕਰਾਂਗੇ? ਕੁਛ ਨਹੀਂ, ਬਸ ਇਹਦਾ ਨਾਮ ਚੇਂਜ ਕਰਾਂਗੇ। ਓ ਹੈਲੋ, ਓ ਮਿਸਟਰ ਪੁੰਮਲ ਸਿੰਘ, ਓ ਖੋਲੋ ਯਾਰ, ਓ ਮੇਰੀ ਗੱਲ ਤਾਂ ਸੁਣ ਜਾ। ਬੁਲਟ ਤੇ ਆ, ਪੱਗ ਵੀ ਸੋਹਣੀ ਬੰਨਦਾ। ਵੈਸੇ ਦੇਖਣ ਨੂੰ ਤਾਂ ਜੱਟਾਂ ਦਾ ਮੁੰਡਾ ਲੱਗਦਾ। ਮੈਥੋਂ ਡਰਦਾ ਜਾਂ ਫਿਰ ਮੈਨੂੰ ਅਵੋਇਡ ਕਰ ਰਿਹਾ? ਪਰਸੋਂ ਹੀ ਤਾਂ ਤੂੰ ਸਾਰਿਆਂ ਸਾਹਮਣੇ ਮੇਹਰ ਦੇ ਮੁੰਡੇ ਦੇ ਚਪੇੜ ਮਾਰ ਕੇ ਹਟੀ ਆ। ਮੈਗੀ, ਤੇਰੇ ਤੋਂ ਤਾਂ ਸਾਰਾ ਕਾਲਜ ਡਰਦਾ। ਤੂੰ ਕਿਹੜਾ ਕੁਛ ਗਲਤ ਕੀਤਾ ਜਿਹੜਾ ਡਰੇ? ਖੱਲ ਵੀ ਤੂੰ ਅੱਧਾ ਘੰਟਾ ਬਾਥਰੂਮ ਚ ਬਾਹਰ ਨੀ ਨਿਕਲੇ, ਮੈਥੋਂ ਡਰਦਾ? ਮੇਰੀ ਬੇਬੇ ਕਹਿੰਦੀ ਹੈ ਕਿ ਕੁੜੀਆਂ ਤੋਂ ਬਚ ਕੇ ਰਹੀ। ਅੱਛਾ ਫੁੰਮਣ ਸਿੰਘ, ਗੱਲ ਦੱਸ, ਤੇਰਾ ਨਾਮ ਕੀ ਆ? ਨਵਜੀਤ ਸਿੰਘ ਚੱਜ। ਗੱਲ ਸੁਣ ਮੁੰਡੇ ਆ, ਜੱਟੀ ਦਾ ਆ ਗਿਆ ਤੇਰੇ ਤੇ ਦਿਲ, ਹੁਣ ਦੱਸ ਕਿਵੇਂ ਕਰਨੀ ਆ? ਛਿੜਕਦੀ ਫਿਰੇ ਸ਼ਨੇਲਾ ਤੂੰ ਨਿਕਾਲ ਕੇ ਆਉਣ ਤੋਂ ਪਹਿਲਾਂ ਤੂੰ ਛਿੜਕਦੀ ਫਿਰੇ ਸ਼ਨੇਲਾ ਤੂੰ ਨਿਕਾਲ ਕੇ ਆਉਣ ਤੋਂ ਪਹਿਲਾਂ ਤੂੰ ਲੈਫਟ ਸਾਈਡ ਠੋਡੀ ਤੇ ਬਲੈਕ ਤਿਲ ਨੀ ਦੀਦੇ ਉੱਤੇ ਮਿੱਤਰਾਂ ਦਾ ਆਇਆ ਦਿਲ ਨੀ ਆ ਤਾਂ ਕੰਮ ਬਿਲਕੁਲ ਰਾਈਟ ਕਰਤਾ ਸੋਹਣੀ ਰੱਬ ਨੇ ਮਾਹੌਲ ਜਮਾ ਨਾਈਟ ਕਰਤਾ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਕਰਾਤੇ ਸ਼ੀਸ਼ੇ ਡਾਊਨ ਪੁਲਿਸ ਨੇ ਨਾਕਾ ਕਹਿੰਦੇ ਟਾਈਟ ਕਰਤਾ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਸਿਫਤਾਂ ਪੰਜਾਬ ਦਾ ਹੀ ਵੈਸ ਵੈਸ ਨੇ ਵੀ ਜੀਤ ਰਾਈਟ ਕਰਤਾ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮੈਂ ਇੱਕ ਗੱਲ ਸੋਚਦਾ ਸੀ ਕਿ ਤੂੰ ਇੰਨੇ ਅਮੀਰ ਘਰਾਂ ਦੇ ਮੁੰਡੇ ਛੱਡ ਕੇ ਆ ਸਾਡੇ ਗਰੀਬਾਂ ਦੇ ਕਿੱਦਾਂ ਮਿਹਰਬਾਨ ਹੋ ਗਈ। ਗੱਲ ਮੇਰੀ ਗਰੀਬੀ ਦੀ ਨਹੀਂ ਹੁੰਦੀ, ਬਸ ਦਿਲ ਨੂੰ ਲੱਗੀ ਦੀ ਹੁੰਦੀ ਹੈ। ਵੈਸੇ ਮੈਨੂੰ ਤੇਰੀ ਪੱਗ ਬਹੁਤ ਸੋਹਣੀ ਲੱਗੀ ਸੀ। ਆਏ ਹਾਏ, ਤੇਰੀਆਂ ਆਹੀ ਗੱਲਾਂ ਕਰਕੇ ਨਾ ਮੇਰਾ ਪਿੰਡ ਜਾਣ ਨੂੰ ਜਮਾ ਜੀ ਨਹੀਂ ਕਰਦਾ ਯਾਰ। ਮੈਂ ਵੀ ਕਿਹੜਾ ਚਾਹੁੰਦੀ ਹਾਂ ਕਿ ਤੂੰ ਮੇਥੋਂ ਦੂਰ ਹੋਵੇ। ਅੱਛਾ ਜੀ, ਤੂੰ ਕਿਵੇਂ ਤੋਰੀ ਵਾਂਗੂ ਮੂੰਹ ਲਟਕਾਈ ਫਿਰਦੀ ਹੈ? ਮੰਮੀ ਕੋਲੋਂ ਕਿੱਟੀ ਦੇ ਪੈਸੇ ਮੰਗੇ ਸੀ, ਅੱਗੋ ਕਹਿੰਦੇ ਮੁਰਗੀਆਂ ਨੇ ਅੰਡੇ ਘੱਟ ਦਿੱਤੇ ਆ। ਉਹਨੂੰ ਕਹਿ ਜੇ ਮੁਰਗੀਆਂ ਨੇ ਅੰਡੇ ਘੱਟ ਦਿੱਤੇ ਆ ਨਾ ਤਾਂ ਤੂੰ ਦੇ ਕੇ ਪੂਰੇ ਕਰ ਦੇ। ਲੈ ਫੜ ਬੇਬੇ, 100 ਰੁਪਏ ਨਾਲ ਮੇਰਾ ਕੀ ਬਣਨਾ? ਇਹ ਤੋਂ ਵੱਧ ਤਾਂ ਉਹ ਲਾਲੇ ਨੇ ਕਿਰਾਇਆ ਮੰਗ ਲੈਣਾ।
ਲੈ ਕਰ ਲੋ, ਕੁਛ ਵੀ ਕਰ ਲੋ, ਮੈਂ ਇਸ ਘਰ ਵਿੱਚ ਕਿਸੇ ਨੂੰ ਫਾਲਤੂ ਖਰਚ ਨਹੀਂ ਕਰਨ ਦੇਣਾ। ਫਾਲਤੂ ਖਰਚੇ ਨੂੰ ਕੀ ਅਸੀਂ ਠੇਕੇ ਤੇ ਦਾਰੂ ਪੀਂ ਜਾਂਦੇ ਆ? ਬੇਬੇ ਕਦੇ ਤੇ ਸਿੱਧੀ ਤਰ੍ਹਾਂ ਗੱਲ ਕਰ ਲਿਆ ਕਰ। ਨਹੀਂ ਕੁੜੇ, ਮੈਂ ਕੀ ਮੂੰਹ ਜਲੇਬੀ ਕੱਢਦੀ ਆ? ਬੇਬੇ ਤੂੰ ਤੇ ਨਾ ਲੜਨ ਲਈ ਤਿਆਰ ਹੀ ਰਹਿਣੀ ਹੈ। ਨਹੀਂ ਇਹਦਾ ਫਿਕਰ ਨਾ ਕਰ, ਇਹ ਤਾਂ ਬੁੜਬੁੜ ਕਰਦੀ ਰਹਿੰਦੀ ਹੈ। ਤੇਰੇ ਕੋਲ ਮੇਰਾ ਏਟੀਐਮ ਕਾਰਡ ਹੈਗਾ ਨਾ, ਜਿੰਨੇ ਮਰਜ਼ੀ ਪੈਸੇ ਕਢਾ ਲੈ, ਜਾ ਆਪਦੀ ਕਿੱਠੀ ਤੇ। ਨਾ ਬੇਬੇ, ਹੁਣ ਨਹੀਂ ਮੇਰਾ ਜਾਣ ਦਾ ਮੂਡ। ਇਹ ਬੇਬੇ ਨਾ ਐਵੇਂ ਸੂਤ ਨਹੀਂ ਹੋਣੀ। ਵੇ ਬਟਲਾ ਇਧਰ ਦੱਸ, ਕੋਈ ਚੰਗਾ ਜਿਹਾ ਟੋਟਕਾ। ਹੱਥ ਧੋ ਕੇ ਦੱਸਦਾ ਜੀ, ਲਿਬੜੇ ਮੇਰੇ। ਹੱਥ ਧੋਣ ਨੂੰ ਰਹਿਣ ਦੇ, ਮੈਨੂੰ ਗੱਲ ਵੀ ਨਾ ਲਿਬੜੀ ਚਿਬੜੀ ਚਾਹੀਦੀ ਹੈ। ਅੱਛਾ ਜੀ, ਲਿਖੋ ਫਿਰ। ਤੇਰੀ ਬੇਬੇ ਲਿਬੜੀ ਤਿਬੜੀ ਜੀ ਐਵੇਂ ਪੇਚੇ ਪਾਉਂਦੀ ਹੈ। ਤੂੰ ਮਾਰ ਭੁੱਗੀ, ਆਰਦੀ ਨਾ ਪਾਰਦੀ, ਫਿਰੇ ਫਕਾਰੇ ਮਾਰਦੀ। ਬਠਲਾ ਵੇਖ, ਇਹ ਤਾਂ ਬੀਬੀ ਜੀ ਬਾਲਾ ਹੀ ਹੋ ਗਿਆ। ਲਿਖੋ ਫਿਰ। ਦੱਸ ਨਾਮ ਜਪਲਾ ਨਮਾਨੀ ਜਿੰਦੇ ਮੇਰੀਏ, ਸਾਹਾਂ ਦਾ ਭਰੋਸਾ ਕੋਈ ਨਾ। ਤੂੰ ਵੀ ਸਿੱਟ ਅਮਰੀਕਾ ਵਾਲਾ ਆਈਟਮ ਬੰਬ, ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਚ ਕੀ ਰੱਖੀ। ਆ ਵੇਖ ਬਟਲਾ, ਬੇਬੇ ਗੁਰਦਾਸ ਮਾਨ ਗਾਉਂਦੀ ਫਿਰਦੀ ਆ। ਕੋਈ ਨੀ ਜੀ, ਆਪਾਂ ਜਮਣਾ ਗਾ ਦਿੰਨੇ ਆ। ਕਿਹੜਾ? ਜੱਟੇ ਨੂੰ ਛੱਡ ਕੇ ਭਗਤੇ ਨੂੰ ਕਰ ਲੈ, ਜਿਨ ਹੋਣਾ ਤੇਰਾ ਸਹਾਈ। ਲਿਖ ਫਿਰ, ਲਿਖ। ਬੇਬੇ ਤੁਹਾਡਾ ਫੋਨ ਤਾਂ ਹੈਂਗ ਹੋ ਗਿਆ। ਚਾਪਾ ਇਹਨੂੰ ਨਾ ਚੁੱਲ੍ਹੇ ਚੜਾ ਦੇ, ਮੈਨੂੰ ਨਵਾਂ ਆਈਫੋਨ 10 ਲੈਣਾ ਹੀ ਪਊਗਾ। ਹੋਈ ਨੀ ਜੀ, ਤੂੰ ਲੱਗਦਾ ਪਾਰਟੀ ਹਥਿਆਰ ਸੈੱਟ ਗਈ। ਮੈਨੂੰ ਲੱਗਦਾ ਬੇਬੇ ਤੇ ਯਮਲੇ ਦਾ ਅਸਰ ਹੋ ਗਿਆ, ਭਗਤੀ ਕਰਨ ਲੱਗ ਪਈ ਹੈ। ਸਹੀ ਹੈ ਜੀ, ਜਾਗ ਤੈਨੂੰ ਛੱਡ ਕੇ ਤੂੰ ਪਾਗਲ ਤੈਨੂੰ ਕਰ ਲਾ। ਓਏ ਰੁਕ ਜਾ ਓਏ, ਐਡਾ ਤਾਂ ਨਹੀਂ ਘਰ ਹੋ ਸਕਦਾ ਭੂਆ ਦਾ। ਮੈਨੂੰ ਪਹਿਲਾਂ ਯਕੀਨ ਸੀ, ਐਡਾ ਨਹੀਂ ਵੱਡਾ ਹੋ ਸਕਦਾ ਉਹਨਾਂ ਦਾ ਘਰ। ਬੂਟਿਆਂ ਨੂੰ ਪਾਣੀ ਦੇ ਰਿਹਾ। ਹਾਂਜੀ ਮਹਾਰਾਜ, ਕੀ ਲੱਭਦੇ? ਉਹ ਭਰਾਵਾ ਆਪਦੇ ਲਈ ਘਰ ਲੱਭਦਾ। ਚੰਗਾ ਬੰਦਾ ਆਪਦਾ ਹੀ ਘਰ ਲੱਭਦਾ ਫਿਰਦਾ। ਉਹ ਨਹੀਂ, ਹਾਂ ਭਰਾਵਾ ਕਿਰਾਏ ਤੇ ਲੱਭਦਾ। ਕਿਰਾਏ ਤੇ? ਹਾਂ, ਜੇ ਆਪਾਂ ਨੂੰ ਜੱਜ ਦਾ ਕਿਰਾਏਦਾਰ ਮਿਲ ਗਿਆ ਨਾ ਪੁੱਤ, ਇਹ ਕਮਰਾ ਆਪਾਂ ਕਿਰਾਏ ਤੇ ਦੇ ਦੇ। ਤੈਨੂੰ ਉਹਦੇ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ, 6 ਮਹੀਨੇ ਚ ਆਈਫੋਨ ਮੇਰਾ। ਹਾਂਜੀ, ਖਬਰਦਾਰ ਜੇ ਤੂੰ ਆਪਣੀ ਬੀਬੀ ਨੂੰ ਦੱਸਿਆ, 200 ਰੁਪਏ ਮਹੀਨਾ ਤੇਰਾ। ਕੀ ਗੱਲ, ਮਾਲਕ ਉੱਪਰ ਬੈਠਾ? ਮਾਲਕ ਉੱਪਰ ਉੱਪਰ ਹੀ ਬੈਠਾ। ਗੱਲ ਸੁਣ, ਹੋਰਾਂ ਮਿਲ ਜੂਗਾ ਪੱਕਾ? ਹਾਂ ਦੱਸ। ਪਰ 200 ਰੁਪਿਆ ਲੱਗੂ। ਹੈਗਾ ਹੈ, ਪਿੰਡ ਵਸਿਆ ਨੀ, ਮੰਗਤੇ ਪਹਿਲਾਂ ਗਿਆ। ਖੜ ਜਾ, ਮੈਨੂੰ ਸੋਚਣ ਦੇ। ਸੋਚ ਲੈ। ਖੜ ਜਾ ਯਾਰ। ਹਾਂ ਦੱਸ। ਘਰ ਨੀ, ਕਮਰਾ। ਓ ਚੱਲ ਕਮਰਾ ਹੀ ਦਿਖਾ, ਮੈਂ ਕਿਹੜਾ ਕਬਜ਼ਾ ਲੈਣਾ? ਤੂੰ ਕਬਜ਼ਾ ਤਾਂ ਨਹੀਂ ਲੈਣਾ, ਪਰ ਮੈਂ ਤਾਂ 200 ਰੁਪਿਆ ਲੈਣਾ। ਤੂੰ ਵੀ ਠੱਗ ਲੱਗਦਾ। ਓ ਬ੍ਰੇਕਾਂ ਲਾ, ਲੱਗ ਗਈ ਮਾਰਨੇਗਾ। ਮਾਲਕਾਂ ਨੂੰ ਬੁਲਾ ਕੇ ਲਿਆਉਣਾ। ਲੈ ਲੈ। ਓ ਵਾਹ, ਓ ਮਾਈ ਗੋਡ, ਕਮਰਾ ਤਾਂ ਠੀਕ ਆ। ਓ ਮੰਜਾ ਪਿਆ, ਚਲੋ ਪੁੰਜੇ ਨਹੀਂ ਸੁਣਾ ਪਊਗਾ। ਅਰੇ ਗੱਲਾਂ, ਮੈਂ ਟੀਵੀ ਕਿੱਥੇ ਲਾਊਂਗਾ? ਓ ਫਿੱਟੇ ਮੂੰਹ ਮਾਰਿਆ, ਟੀਵੀ ਤੇਰੇ ਕੋਲ ਹੈ ਨਹੀਂ, ਮੋਬਾਈਲ ਤੇ ਕੰਮ ਚਲਾਵਾਂਗਾ। ਕੀ ਕਰਦੇ ਨੇ ਮੁੰਡਿਆ? ਕਮਰਾ ਦੇਖ ਰਿਹਾ ਜੀ। ਓ ਬੇਬੇ ਕੰਮ ਪੁੱਛਦੀ ਆ। ਕਮਰਾ ਦੇਖਣਾ ਵੀ ਤੇ ਕੰਮ ਹੀ ਆ। ਠੀਕ ਹੈ, ਕੰਮ ਤੋਂ ਪਹਿਲਾਂ ਨਾਂ ਦੱਸ ਤੇ ਰੱਖੀ ਆ। ਐਡਵੋਕੇਟ ਬੂਟਾ ਸਿੰਘ। ਦੇਖਿਆ, ਨਾਂ ਤੋਂ ਪਹਿਲਾਂ ਕੰਮ ਦੱਸਤਾ। ਮੈਂ ਤਾਂ ਵਕੀਲ ਹੀ ਆ, ਇਹ ਲੱਗਦਾ ਜੱਜ ਲੱਗੀ ਰਹੀ। 7000 ਕਰਾਇਆ ਹੋ। ਠੀਕ ਆ ਜੀ, ਤੇ ਬਿਜਲੀ ਪਾਣੀ ਦਾ 3000 ਮੈਨੂੰ ਮਨਜ਼ੂਰ ਆ ਜੀ। ਜੇ 15 ਕਹਿੰਦੀ ਤਾਂ ਫੋਨ ਛੇਤੀ ਲੈ ਲੈਂਦੀ, ਮਨ ਤਾਂ ਇਹਨੇ ਜਾਣਾ ਹੀ ਸੀ। 200 ਘੱਟ ਕਹਿਤਾ ਹੋਵੇ, 500 ਮੰਗਣਾ ਸੀ। ਚਾਹੇ 20000 ਕਹਿੰਦੀ, ਮੈਂ ਕਿਹੜਾ ਦੇਣੇ ਸੀ। ਆ ਲਓ ਬੇਬੇ, 1000 ਰੁਪਈਆ ਸ਼ਗਨ ਦੇ ਤੌਰ ਤੇ ਕਿਰਾਇਆ ਅੱਡ। ਮੁੰਡਾ ਬੜਾ ਚੰਗਾ ਹੈ। ਸਕੂਟਰ ਕਰਕੇ ਆਇਆ ਜੀ ਅੰਦਰ। ਹਾਂ
ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ ਓਏ ਕੌਣ ਹੈ ਤੂੰ ਸਾਰਾ ਕਮਰਾ ਮੁਸ਼ਕਾਇਆ ਹੋਇਆ ਮੈਂ ਕਿਰਾਏਦਾਰ ਜੀ ਕਿਨੇ ਰੱਖਿਆ ਤੈਨੂੰ ਕਿਰਾਏਦਾਰ ਮਾਲਕਾਂ ਨੇ ਓਏ ਮਾਲਕ ਮੈਂ ਆ ਅੱਛਾ ਅੱਛਾ ਉਹ ਫਿਰ ਨੌਕਰ ਹੋਣੇ ਬੁੱਢੇ ਜਿਹੇ ਏਜ ਦੇ ਸੀਗੇ ਜੀ ਠੀਕ ਹੈ ਠੀਕ ਹੈ ਤੂੰ ਠੀਕ ਸਮਝਿਆ ਮੈਂ ਤਾਂ ਜੀ ਉਹਨਾਂ ਨੂੰ ਐਡਵਾਂਸ ਵੀ ਦੇਤਾ ਐਡਵਾਂਸ ਦਿੱਤਾ ਹਾਂਜੀ ਹੁਣ ਗੱਲ ਸੁਣ ਲੈ ਕਿਰਾਇਆ ਮੈਨੂੰ ਦੇਣਾ ਹੈ ਤੇ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ 6 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਜਾਣਾ ਜੇ ਬਾਹਰ ਹੈ ਤੇ ਅੰਦਰ ਨਹੀਂ ਵੜਨਾ ਤੇ ਜੁਰਾਬਾਂ ਨਾ ਰੋਜ਼ ਧੋਣੀ ਹੈ ਤੇ ਕੱਪੜੇ ਸੁੱਕਨੇ ਬਾਹਰ ਨਹੀਂ ਪਾਣੇ ਠੀਕ ਹੈ ਠੀਕ ਹੈ ਜੀ ਯਾਰ 6 ਵਜੇ ਬੜਾ ਜਲਦੀ ਨੇ ਚਲੋ ਕੋਈ ਨਹੀਂ 5 ਵਜੇ ਕਚਹਿਰੀਆਂ ਬੰਦ ਅੱਧਾ ਘੰਟਾ ਮਟਰ ਕਾਸ਼ਤੀ 6 ਵਜੇ ਘਰ ਤੇ ਕੰਮ ਜਮਾ ਲੋਟਾ ਹੋਏ ਮੈਨੂੰ ਤਾਂ ਕਦੇ ਮੁਸ਼ਕ ਨਹੀਂ ਆਉਂਦੀ ਤੂੰ ਕੌਣ ਤੈਨੂੰ ਕਮਰੇ ਚ ਕਿਹਨੇ ਵਾੜਿਆ ਲਾ ਮਾਲਕਾਂ ਨੇ ਮਾਲਕਿਨ ਤਾਂ ਮੈਂ ਆ ਉਹ ਕਹਿੰਦੀ ਸੀ ਮੈਂ ਮਾਲਕਣਾ ਕਿਹੜੀ ਜਿਹੜੀ ਵੱਡੀ ਉਮਰ ਦੀ ਹੈ ਕਿ ਛੋਟੀ ਨਹੀਂ ਆਪਣੇ ਉਹ ਦਰਮਿਆਨੀ ਜਈ ਓਹੋ ਮੇਰੀ ਸੱਸ ਕੀ ਮੇਰੀ ਦਾਦੀ ਸੱਸ ਲਓ ਮੈਨੂੰ ਹੁਣ ਉਧਾਰ ਕਰ ਦੇ ਗਈ ਹੈ ਹਾਂ ਇੰਨਾ ਕਹ ਬਈ ਉਹ ਵੱਡੀ ਉਮਰ ਦੀ ਸੀ ਅੱਛਾ ਬੇਬੇ ਹੋਣੇ ਆ ਫਿਰ ਠੀਕ ਹੈ ਫਿਰ ਤਾਂ ਤੂੰ ਸਾਡੀ ਪਾਰਟੀ ਦਾ ਹੀ ਹੈ ਕਮਾਲ ਦੀ ਗੱਲ ਹੋ ਗਈ ਇੱਕੋ ਘਰ ਵਿੱਚ ਤਿੰਨ ਤਿੰਨ ਪਾਰਟੀਆਂ ਬਣੀਆਂ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਕਿਹੜੇ ਬੰਨੇ ਉਹ ਜਿੰਦਾਬਾਦ ਦਾ ਨਾਰਾ ਲਾਵਾਂ ਕਿਹਦੇ ਬੰਨੇ ਉਹ ਮੁਰਦਾਬਾਦ ਦਾ ਨਾਰਾ ਲਾਵਾਂ ਮੈਂ ਦੱਸਦਾ ਬੇਬੇ ਆ ਵੱਡੀ ਉਹਦੀ ਨੂੰਹ ਆ ਤੇਜ ਕੌਰ ਤੇਜ ਕੌਰ ਦਾ ਮੁੰਡਾ ਬੇਬੇ ਦਾ ਪੋਤਾ ਅਮਰਜੀਤ ਜਿਹੜਾ ਅਮਰੀਕਾ ਰਹਿੰਦਾ ਲਵਲੀਨ ਉਹਦੇ ਘਰੋਂ ਆ ਬੇਬੇ ਦੀ ਪੋਤ ਨੂੰ ਤੇ ਬੀਬੀ ਦੀ ਨੂੰਹ ਬੇਬੇ ਦੀ ਲਵਲੀਨ ਨਾਲ ਬਣਦੀ ਆ ਬੀਬੀ ਦੀ ਲਵਲੀਨ ਨਾਲ ਨਹੀਂ ਬਣਦੀ ਬੇਬੇ ਤੇ ਬੀਬੀ ਦੇ ਹਮੇਸ਼ਾ ਸਿੰਘ ਫਸੇ ਰਹਿੰਦੇ ਆ ਹੁਣ ਤੂੰ ਦੇਖ ਲਾ ਵੀ ਕੀ ਕਰ ਇਹਦਾ ਹਵਾ ਲੈ ਗਿਆ ਲਾਡੋ ਕਦੋਂ ਤੱਕ ਆਪਾਂ ਇੱਦਾਂ ਵਿਆਹ ਦੇ ਸੁਪਨੇ ਸਜਾਉਂਦੇ ਰਵਾਂਗੇ ਅਸਲੀਅਤ ਵਿੱਚ ਹੁਣ ਤਾਂ ਆਪਣੇ ਘਰ ਵਿਆਹ ਦੀ ਗੱਲ ਤੋਰ ਲੈ ਤੈਨੂੰ ਪਤਾ ਘਰੇ ਵਿਆਹ ਦੀ ਗੱਲ ਕਰਨੀ ਕਿੰਨੀ ਔਖੀ ਹੁੰਦੀ ਆ ਇਹ ਗੱਲ ਤੂੰ ਕਹਿ ਰਿਹਾ ਉਹ ਵੀ ਇੱਕ ਮੁੰਡਾ ਹੋ ਕੇ ਉਹ ਜੇ ਤੂੰ ਮੇਰੀ ਜਗ੍ਹਾ ਹੁੰਦੀ ਨਾ ਤੈਨੂੰ ਫਿਰ ਪਤਾ ਲੱਗਦਾ ਕਿ ਬੇਬੇ ਕੀ ਚੀਜ਼ ਆ ਤੇ ਮੰਮੀ ਕੀ ਚੀਜ਼ ਆ ਬੇਬੇ ਹਾਂ ਫਟਾਫਟ ਫੇਸਬੁੱਕ ਖੋਲੋ ਲੈ ਮੰਮੀ ਦੀ ਆਈਡੀ ਤੇ ਜਾਓ ਆ ਲੈ ਆਹੀ ਹੈ ਦੇਖੋ ਅੱਛਾ ਨਵਾਂ ਸੂਟ ਲੈ ਹੁਣ ਤਾਂ ਕਹਿੰਦੀ ਰਹਿੰਦੀ ਹੈ ਤੇ ਮੁਰਗੀਆਂ ਆਂਡੇ ਕੱਟ ਦਿੰਦੀਆਂ ਨੇ ਦੇਖ ਵੇਲੇ ਲੋ ਕਮੈਂਟ ਦੇ ਕੇ ਨਾ ਝੂਠੀਆਂ ਤਰੀਫਾਂ ਦੇ ਪੁਲ ਬਣ ਦਿੰਦੇ ਨੇ ਲੈ ਤੂੰ ਵੀ ਮਾਰਕੂਗੀ ਲਿਖ ਭਾਂਡਿਆਂ ਤੇ ਢੇਰ ਲੱਗਿਆ ਪਿਆ ਮਾਂਜ ਲੈ ਭੇਜਤਾ ਰਿਪਲਾਈ ਆਇਆ ਕੀ ਕਹਿੰਦੀ ਹੈ ਲਿਖਿਆ ਅੱਗੇ ਕਿਹੜੇ ਤੁਸੀਂ ਭਾਂਡੇ ਮਾਂਜਦੇ ਹੋ ਅੱਛਾ ਲਿਖ ਆ ਸੂਟ ਭੈਣਾਂ ਦੀ ਹੱਟੀ ਤੋਂ ਖਰੀਦਿਆ ਲੱਗਦਾ ਜਿਉਂਦੇ ਵਸਦੇ ਰਹਿਣ ਮੇਰੇ ਪੇਕੇ ਮੇਰੇ ਵੀਰਾਂ ਦੀ ਖਰੀਦ ਹੈ ਬੇਬੇ ਮੰਮੀ ਦੇ ਕਮੈਂਟ ਤੇ ਤਾਂ ਸਾਡੇ ਨਾਲੋਂ ਜ਼ਿਆਦਾ ਲਾਈਕ ਹੋਏ ਪਏ ਆ ਨਹੀਂ ਮੇਰੇ ਹਾਣ ਦੀਆਂ ਹਾਲੇ ਵਿਹਲੀਆਂ ਨਹੀਂ ਨਾ ਹੋਈਆਂ ਮਾਰ ਤੂੰ ਵੀ ਕੋਈ ਕਰਾਰਾ ਜਵਾਬ ਬੇਬੇ ਮੈਨੂੰ ਲੱਗਦਾ ਸਾਨੂੰ ਬ੍ਰੇਕ ਲੈ ਲੈਣੀ ਚਾਹੀਦੀ ਹੈ ਅੱਛਾ ਕਿਉਂ ਕਿਉਂਕਿ ਮੰਮੀ ਤਾਂ ਆਫਲਾਈਨ ਹੋ ਗਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਬੈਠੋ ਬੇਬੇ ਮੈਂ ਚਾਹ ਬਣਾ ਕੇ ਲੈ ਕੇ ਆਈ ਹਾਂਜੀ ਆਪਣੇ 2 ਵਜੇ ਨਾ ਬਲਵਿੰਦਰ ਹੋਣਾ ਕੇ ਸੁਖਮਣੀ ਸਾਹਿਬ ਦਾ ਪਾਠ ਹੈ ਅੱਛਾ ਜੀ ਹਾਂ ਹਾਂ ਅਸੀਂ ਜ਼ਰੂਰ ਆਵਾਂਗੇ ਚੰਗੀ ਗੱਲ ਭੈਣ ਜੀ ਨਾਲੇ ਨਾ ਲੋਕਾਂ ਨੂੰ ਹੋਰ ਗੱਲਾਂ ਤੋਂ ਵੇਲ ਮਿਲ ਜੂਗੀ ਹਾਂ ਹਾਂ ਨਾਲੇ ਬਜ਼ੁਰਗਾਂ ਨੂੰ ਵੀ ਰੱਬ ਦਾ ਨਾਂ ਲੈਣ ਦਾ ਮੌਕਾ ਮਿਲ ਜੂਗਾ ਹਾਂ ਸੱਚ ਹਾਂਜੀ ਵਿਹਲੇ ਕੰਮਾਂ ਤੋਂ ਯਾਦ ਆਇਆ ਵੀ ਕਿਸੇ ਨੇ ਮੋਬਾਈਲ ਨਹੀਂ ਨਾਲ ਲੈ ਕੇ ਆਣਾ ਸਾਰਿਆਂ ਨੇ ਰੱਬ ਦਾ ਨਾਂ ਲੈਣਾ ਸੰਦੂਏ ਹਾਂ ਉਹ ਯੈਲੋ ਸੂਟ ਵਾਲੀ ਵੇ ਘੈਂਟ ਆ ਨਾ ਬਾਲੀ ਸੋਹਣੀ ਆ ਬਾਈ ਯਾਰ ਤੇ ਤੇਰੀ ਇਹਨਾਂ ਗੱਲ ਦੱਸਾਂ ਤੈਨੂੰ ਓਏ ਨਾ ਤੂੰ ਤਾਂ ਵਿਗੜਿਆ ਹੋਇਆ ਆ ਤੂੰ ਮੇਰੇ ਵਾਲੇ ਨੂੰ ਵਿਗੜ ਜਾਂਦਾ ਨਾਲ ਤੈਨੂੰ ਪਤਾ ਨਹੀਂ ਕੰਗਣ ਤੇਰੇ ਤੇ ਕਿੰਨਾ ਮਰਦੀ ਹੈ ਹੈ ਉਹ ਮੇਰੇ ਤੇ ਮਰਦੀ ਹੈ ਨਾ ਤੂੰ ਦੱਸਿਆ ਨਹੀਂ ਓਏ ਉਹ ਤਾਂ ਟੀਰ ਮਾਰਦੀ ਯਾਰ ਗੱਲਾਂ ਇਹਦੇ ਨਾਲ ਕਰਦੀ ਹੈ ਦੇਖਦੀ ਮੈਨੂੰ ਰਹਿੰਦੀ ਹੈ ਤੂੰ ਚੰਗੇ ਹੋ ਯਾਰ ਦੋਵੇਂ ਜਾਣੇ ਹੋਈ ਇਹਨੇ ਮੇਰੀ ਗਰਦਨ ਤੋੜਤੀ ਤੂੰ ਜੁੱਤੀ ਮਾਰੀ ਜਾਂਦੀ ਹੈ ਉਹੀ
यार कमाल हो गई है आ मेनू कचहरी घट लगती है सादी मंडी ज्यादा लगन रही है और 150 केसा विचों 140 केसा का मौके से निपटारा करने वाले और तजर्बे कल वकील नू अड्डा लाने लई जगह नहीं मिले लख लानत है भाई इस कंट्री का तो रब ही रखा है ओ माय गॉड ओ बूटिया ओ जगह है इस तो पहला कोई जगह मिले अपनी दुकान सजाइए फिर आप बाद सजावांगे अपने आप हल है वाह मित्र आंदी छतरी तो उड़ गई अंबरद ओ अपने छोड़ू मर जा इधर ओ भाई ले आता मैं पूरा ही गया हुन तू मैनू ए दस तेनू मेरा नाम किने दसिया ओ पतंदरा ओ तू तो कचहरी च पूरा वर्ल्ड फेमस है ओ ओ घंटियां बजियां पतंदर नू भज दे के सारे छतरी थले साल होंगे वाओ मस्जिद ओ बूटिया सही फैसला लिया ओए 150 केसा मारो हैं बड़ा तगड़ा बंदा लगी ओ हां बंदा ना लगा हुआ है सत श्री अकाल जी सत श्री अकाल भलाई है जी कारा छड़े ओ बूटिया पहले दिन ही इतने सत्कार नाल बोली कमाल ही हो गया ओए बंदा भी कैंटा ओ जिनू सत श्री अकाल बुला के इतना साह चढ़ गया ओए देखिया छोटू अपने क्लाइंट किन्ने सियाने ने सासी काल बुलाउंदे बुलाउंदे योगा कर लेंदे ने देख के मैं तुर अंदरों बुलाई सी सासी काल चाह पानी पुछिया नू वैसे मैनू पार्टी ठीक लगदी है अद्धा केस दा समान तां नाल ही लई फिरदा केस दी केड़ी गल करदे हो सर ओ तां आपदे उठण बैठण दा समान भी नाल ही लई फिरदा चल बुला फिर उहनू ठीक है सर ओ बाई जी आजो कंगूड़ा साहब बुला रहे ने तू चल आ तां साहब च आ गया बूटा तेरे ओए हुण इह मैनू कहूगा आ केस बड़ा उलझ गया बूटा जी तुसी हल करो खेचो तैयार जो बूटा आजो आजी बैठो अच्छा किन्ना क पुराना केस है भाई साहब केस ता तुसी मैनूं अजे दस्सिया नहीं वैसे मैं फौजदारी केस दे 31,000 रुपया लेना तलाक दा मैं 11,000 रुपया ते जिथे गा खड़ जाए मैं जान नहीं दिंदा वैसे काफी तजर्बा इस लाइन दा थोनूं अद्धे वकील दा तुसी बड़े पए और भाई साहब अद्धा वकील ही मैं पूरा वकील हां एडवोकेट बूटा सिंह ओ छोटू काडो इनू बाहर इथों चकाए दी टड फड़ी पतंदर अपने श्रीक जमण नू फिरदा नाले चाह कैंसिल कर दे सप्पा नू थोड़ा दूध पिओणा सी चल भाई चल निकल इथों और गल सुन 150 विचों 140 केस हल कीता गल्ला मारदा बाकी 200 केसां दा मैं मोढे दा भार चकी फिरदा ओ तेरे मोढे ते तेरे अपने कोट दा भार नहीं चक सकदे 200 केसां दा किवें चक लणगे निकल बाहर इथों तैनू चक्के लगदा गल्ला मारदा ई बैठा तेरे अगे तू निकल बाहर ओ मैं कहना चल वास करदा है चल चक अपनी टड फड़ी ते लै जा इनू परे ओ मेरे निक्या वीरिया ओए छोटू ओ पुत्र ओए हेलो ओ कचहरियां तेरी एडी चढ़ाई है ओ बड़ा होके तू वकील ही बनना ते स्टाफ मेंबर नाल कदे भी बगाड़ी दी नहीं हुंदी समझ गल ते गल सुन जे तेरे साहब कोल को केस लोड नहीं आंदा ना तू केस इधर ले छतरी दे थले बैठ के करया करेंगे सॉल्व गल सुन नाले जिन्ने केस आंदे ओ तेरे करके आंदे आ ओदे पल्ले ते टट्टू नहीं गल सुन समझया कि नहीं दाने भी अद्धो अद्धी बाकी तू समझदार बहुत है ऐ आल है शगन ओ कमाइयां ता पुत हुंदियां रहणियां पूरा हरामी आ गया बुड्ढा तेरा ता जो लोट आ गया वे देखो भी इस बार की बनदा है जोर दूजी पार्टी दी बहुत लग्या होया है बस जनैल सिया इस बार ते तेरी सरपंची फिर पक्की आ ओ सुरेंद्र सिया ए भी तोडे वर्गे दोस्त मित्रां दे सिर ते ही है और रामू है आ गेट खोल भज के आ मेरा माही पुत आ गया हां जी नमस्ते जी बल्ले बल्ले जनाब जरा तेरी कुड़ी माही तो जीप भी आप ही चला लेंदी है ओए जीप नु छड मेरा पोता खेतां ट्रैक्टर में वाही भी आप करदा है ओए आ जा पुत आ जा शाबाश जी सत श्री अकाल पापा सत श्री अकाल अंकल जी सत श्री अकाल ठीक है पापा
मैं बिल्कुल ठीक हाँ। तू अज बहुत टाइम लाता की गल? ओ पापा, कंगन घर छड़ना सी ना, ता थोड़ा लेट हो गई। ले हुन इत्थे ले आउंदा। मैं क्या सी, बट उहनूं थोड़ा काम सी। चलो फिर आ जाऊगी। ते पापा मैं पूछना सी, अपने मोटर ना लगदे खेतां च कुछ बीजे तां नहीं होया? ना पुत, बेलियां की गल? ते पापा मैं सोच रही सी, इस बार आपां ऑर्गेनिक सब्जियां ते थोड़ी मक्की बीजांगे। सरदार जी ने सारे नौकरां नूं पहलां ही हुक्म करता सी कि जो माही कहे ओही करना वा। जो मेरा पुत चाहू ओही बीज लांगे, तां की होया। चलो ठीक है पापा, मैं मम्मा नूं मिलावां। चंगा पुत, पीला जावां। ओके पापा। ओए जरनैल सिंह, मैनूं तां माही कुड़ी घट ते मुंडा ज्यादा लगदी है। ओ खेती दे काम कार च तां रुचि रखदी है, तेरे काम कार च भी हथ वटाउंदी है। सुरेंद्र सिंह, मैं अपनी धी नूं पुत्तां वांग पालिया ते मुंडिया वांगू खुल दती है। मैनू माण है अपनी धी ते। वो जो कुछ भी करे, मेरी पग नूं कदे दाग नहीं लगन दिंदी। वैसे भी यार, जे आपां अपने बच्चों ते भरोसा ही नहीं करांगे ते बच्चे इस गल नूं किवें समझणगे कि मां बाप दा भरोसा नहीं तोड़ीदा। हुण पुत तेरी एडमिशन हो गई है, मन लगा के पढ़ना, ठीक है? ठीक है डैडी जी। ओ यार नवी, एक गल तां पक्की है भाई, ओ बच्चे जिंदगी च जरूर कुछ बनदे ने जिन्हां दे मां प्यो उन्हां ते विश्वास करदे ने। ओ साडे वाल तां जमा उल्टा, कोई धेले दी नहीं सुणदा, पता नहीं मेरा की बनूगा। फिर हैंग हो गया। ऐ हाय, किराया मिल गया ना, तो इनू नेट सेट के आऊंगी। ओ वाओ बेबे, असी किसे दी नौ तीनो कट बूटिया। ए आ बे पाउ दिया इधर। ओ बीबी, मैं पाउदा नहीं, मेरा नाम बूटा है। चल जो भी है, कान खोल के सुन ले मेरी गल। बीबी एक मिनट, कान खोल लें दे, ते जे कान जे बैठ के गल करनी है फिर मैं होर खोल लेना। काही ना मार, नहीं तो गोली कट देनी है तेरे विच दी। बस बीबी, गोली ना मारी, तू तो गोली मार लगी अग्गा पिछा भी नहीं देखी। तू मेरे नाल चुस्तियां चलाकियां जिया ना कर, 1000 रुपया शगन दा दे के बाकी किराया तेरा प्यो देऊगा। बीबी चिंता ना कर, मेरा एक चंगा जा केस नु हाथ पै लैन दे, 1000 नु गोली मार, मैं तेरी चोली च 15000 रुपया पा। चल देख दिया मैं तेनू। हाँ। जे ना किराया है ना, ते आ तेरी फिटबड़ी है जी, बेच के ना मैं iPhone 10 ले लेना। ओनू बेच के तो बेबे सिर्फ कबर ले सकदी है। चल भौंकदा कुत्ता, कबर आने करदा की फिरदा ए। जिन्ने दिन कोई नवा केस नहीं आंदा, क्यों ना 6 बजे तो बाद ही आईए, नाले बेबे दे मथे लगन नालो ना। ते बूटा जिया भूआ नू लब, ओदी गोदी च बैठो। हां मार कक, मैनू लगदा ते पैसे लाउण वाले। नहीं नहीं, पैसे नहीं, चाबी लाउण वाली है। ओए तेरे आप दे डैडी दा की नाम है? पिंदा। मैं गुआंढियां दा नहीं पूछ रहा। ओ छोटू, आ देखी ता कौन खड़ा गया बाइक सामने, इनू के परे कर इथों, बाप वाली पार्किंग समझी इथे इन्हां ने। ठीक है सर, मैं देखदा। आ भाई जी, मोटरसाइकिल साइड ते करो, गाका दे आउंदा टाइम हुंदा ना। तुसी इथे पटूरियां दी रेड़ी लाउणी है? ओ नहीं जी नहीं, थां रुकदी आ। ओ यार, ए थोड़े प्यो दी थां? ओ नहीं भाई जी, खंगूड़ा साहब ने मना किया। ते फिर खंगूड़ा साहब दे प्यो दी थां? प्यो तक नहीं जाना मौड़ साहब। पैंदा ओ कुत्ते बाकू। अच्छा, तू मेरी विरोधी धिर दा केस लेके मेरे दादे तक जा सकदा है, ते मैं तेरे प्यो तक नहीं जा सकदा? मैं तां जाऊंगा ही, मेरा तां कम है। ए फिर मेरा भी कम ही समझ। आ लोकां दे दफ्तरां दे सामने बाइक खड़ाउणा? मेरी गल ध्यान नाल सुन लै, ज्यादा बक बक ना कर, एथों अपना स्प्लेंडर जा लेके तित्तर हो जा, किते ए ना होवे स्प्लेंडर दा कल्ला सलंसर ही रह जाए तेरे हथ च। मारदा बकवास। ओ तू, ए शिंगारा सिंह मोड़ दा मोटरसाइकिल है, ए ते इत्थे ही खड़ू लाला जोर। हां किन्ना चिर एक दूसरे नूं हौसले दिंदे रहवांगे, आखिरकार गल तां आप ही करनी पैणी है ना। मैं तां कहनी आ तू पिंड जाके कर। ओ ना 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 यार,
ਮੈਂ ਨੀ ਫੋਨ ਕਰਨਾ ਜਿੰਨਾ ਚਿਰ ਆਪ ਫੋਨ ਨਹੀਂ ਆਉਂਦਾ ਇਹਨਾਂ ਦਾ। ਅੱਗੇ ਤੈਨੂੰ ਕਿੰਨੇ ਫੋਨ ਆਉਂਦੇ ਜਿਹੜਾ ਹੁਣ ਆਊ? ਵਿਆਹ ਦੀ ਗੱਲ ਤਾਂ ਤੈਨੂੰ ਆਪ ਹੀ ਕਰਨੀ ਪੈਣੀ ਆ, ਚਾਹੇ ਫੋਨ ਤੇ ਕਰ ਲਾ। ਮੈਂ ਗੱਲ ਕਰਾਂ ਕਿਹਦੇ ਨਾਲ? ਮੈਂ ਇੰਨਾ ਵੱਡਾ ਹੋ ਗਿਆ, ਮੈਨੂੰ ਹਲੇ ਤੱਕ ਇਹੀ ਪਤਾ ਲੱਗਿਆ ਕਿ ਘਰੇ ਚੱਲਦੀ ਕਿਹਦੀ ਆ, ਬੇਬੇ ਦੀ ਜਾਂ ਮੰਮੀ ਦੀ? ਨਾ ਜੀ, ਬੇਬੇ ਤੇ ਮੰਮੀ ਤੋਂ ਇੰਨਾ ਹੀ ਡਰ ਲੱਗਦਾ, ਫਿਰ ਤੂੰ ਭਾਬੀ ਨਾਲ ਕਿਉਂ ਨੀ ਗੱਲ ਕਰ ਲੈਂਦਾ? ਭਾਬੀ ਦੀ ਕੌਣ ਸੁਣਦਾ ਆ, ਉਹਨੂੰ ਤਾਂ ਆਪ ਨੀ ਕੋਈ ਪੁੱਛਦਾ, ਗੱਲ ਤਾਂ ਇਹਨਾਂ ਨਾਲ ਹੀ ਕਰਨੀ ਪਊ ਨਾ। ਫਿਰ ਇਹਦਾ ਹੱਲ ਹੁਣ ਕੀ ਆ? ਹੱਲ ਤਾਂ ਯਾਰ ਇੱਕੋ ਹੀ ਆ ਹੁਣ, ਨਾ ਮੈਂ ਇਹਨਾਂ ਦਾ ਫੋਨ ਚੁੱਕਣਾ, ਨਾ ਮੈਂ ਪਿੰਡ ਜਾਣਾ। ਆਪ ਹੀ ਪੁੱਛਣਗੇ ਫਿਰ ਕੀ ਗੱਲ ਹੋਈ ਆ, ਫਿਰ ਦੱਸੂ ਮੈਂ ਆਪਣੀ ਗੱਲ, ਉਹ ਵੀ ਆਪਣੀਆਂ ਸ਼ਰਤਾਂ ਦੇ। ਕਿੱਥੋਂ ਧੜਕੋ ਧੜਕੀ ਜਨਾਨੇ ਦੇ ਨਾਲ ਮੱਥਾ ਲਾ ਗਿਆ, ਅੱਗੋ ਜੱਜ ਨੀ ਮਿਲਿਆ, ਕਹਿੰਦੇ ਜੀ 8 ਦਿਨਾਂ ਦੀ ਛੁੱਟੀ ਤੇ ਗਿਆ, ਜਾਓ ਕਹਿੰਦੇ ਫੇਰ ਆਇਓ। ਸਤਿ ਸ੍ਰੀ ਅਕਾਲ ਸਰਦਾਰ ਜੀ। ਸਤਿ ਸ੍ਰੀ ਅਕਾਲ ਜੀ। ਕੋਈ 10 ਲੱਖ ਹੋਈ ਸੇਵਾ ਦੱਸਿਓ, ਤੁਸੀਂ ਕੌਣ? 150 ਕੇਸਾਂ ਵਿੱਚੋਂ 140 ਕੇਸਾਂ ਦਾ ਮੌਕੇ ਤੇ ਨਿਪਟਾਰਾ ਕਰਨ ਵਾਲਾ, ਤਜਰਬੇ ਕਰ ਵਕੀਲ ਤੇ ਖੰਗੂੜੇ ਦੀ ਹਿੱਕ ਤੇ ਦੀਵਾ ਬਾਲਣ ਵਾਲਾ ਐਡਵੋਕੇਟ ਬੂਟਾ ਸਿੰਘ। ਤੁਹਾਨੂੰ ਪਹਿਲਾਂ ਕਦੇ ਨੀ ਵੇਖਿਆ ਇੱਥੇ? ਐਕਚੁਅਲੀ ਭਾਈ ਸਾਹਿਬ, ਪਹਿਲਾਂ ਮੈਂ ਰੋਪੜ ਸੀਗਾ ਨਾ, ਉੱਥੇ ਪਹਾੜੀ ਏਰੀਆ ਹੋਣ ਕਰਕੇ ਆ ਗਰਮੀ ਘਟ ਗਈ ਤੇ ਲੋਕਾਂ ਨੇ ਲੜਨਾ ਬੰਦ ਕਰਤਾ, ਫਿਰ ਵੀ ਦਾਸ ਨੇ ਬਹੁਤੇ ਕੇਸਾਂ ਦਾ ਮੌਕੇ ਤੇ ਹੱਲ ਕੀਤਾ। ਵੈਸੇ ਆ ਤੁਹਾਡੀ ਚਲਦੀ ਫਿਰਦੀ ਦੁਕਾਨ ਮੈਂ ਪਹਿਲੀ ਵਾਰ ਦੇਖੀ ਆ। ਵੈਸੇ ਮੀਟਰ ਮੀਟਰ ਲੰਮੀਆਂ ਗੱਲਾਂ ਹੀ ਕਰਦੇ ਹੋ ਕਿ ਕੋਈ ਕੰਮ ਵੀ ਕਰਦੇ ਹੋ ਕੀ ਸਾਹਿਬ? ਸਰਦਾਰ ਜੀ ਇੱਧਰ ਨਾ ਦੇਖੋ, ਤੁਸੀਂ ਇੱਧਰ ਦੇਖੋ, ਸਾਡੇ ਬਿਜ਼ਨਸ ਵਿੱਚ ਬੋਲਣਾ ਹੀ ਕੰਮ ਹੈ, ਤੇ ਤੁਸੀਂ ਏਦਾਂ ਕਰੋ, ਆ ਲਓ ਦਾਸ ਦਾ ਕਾਰਡ, ਹੰਬੜਾ ਰੋਡ ਨਿਊ ਇਨਕਲੇਵ ਬੱਠਲ ਹੁਣਾਂ ਦੇ ਘਰ ਦਾਸ ਰਹਿੰਦਾ। ਬੱਠਲ? ਉਹ ਸਰਦਾਰਨੀ ਤੇਜ ਕੌਰ ਜੀ ਨੇ? ਉਹਨਾਂ ਨਾਲ ਤਾਂ ਆਪਣੀ ਗੂੜੀ ਲਿਹਾਜ਼ ਹੈ, ਬਹੁਤ ਆਉਣਾ ਜਾਣਾ ਉਹਨਾਂ ਦੇ ਆਪਣਾ। ਕਿਹੜੇ ਬੱਠਲ ਦੀ ਨਾਲੇ ਗੱਲ ਕਰਦੇ ਹੋ? ਓਏ ਉੱਥੇ ਤਾਂ ਪਤਾ ਨਹੀਂ ਕਿੰਨੇ ਬਾਲਟੀਆਂ ਚਮਚੇ ਕੋਕਰੇ ਵਰਗੇ ਨੌਕਰ ਆ ਉਹਨਾਂ ਦੇ। ਓ ਮਾਈ ਗੋਡ, ਆਪਣੀ ਮੌੜ ਕਲੋਨੀ ਦੇ ਨਾਲ ਉਹਨਾਂ ਦੀ ਜ਼ਮੀਨ ਲੱਗਦੀ ਹੈ। ਓ ਵਾਓ, ਫਿਰ ਤਾਂ ਦਾਸ ਨੂੰ ਇੱਕ ਕੇਸ ਦਾ ਮੌਕਾ ਦਿਓ, ਫੱਟੇ ਚੱਕ ਦਿਆਂਗੇ। ਸਾਲ ਕ ਠਹਿਰ ਜੋ, ਕੈਚੀ ਕੇਸ ਭਰ ਕੇ ਦੇਊਂਗਾ ਕੇਸਾਂ ਦਾ। ਚੰਗਾ। ਉਹ ਬੱਲੋ ਤੇਰੇ ਸਰਦਾਰਾ, ਸਰਦਾਰ ਗੇਅਰ ਜੇ ਬੜੇ ਪਾਉਂਦਾ ਬੋਟਿਆ, ਤੂੰ ਵੀ ਆਪਣੇ ਸਕੂਟਰ ਦਾ ਗੇਅਰ ਪਾ ਹੋਇਆ। ਕੀ ਸੋਚ ਰਹੇ ਹੋ ਬੇਬੇ? ਮੇਰੇ ਪੁੱਤ ਨੇ ਮੇਰੀ ਮਰਜ਼ੀ ਤੋਂ ਬਿਨਾਂ ਆ ਕਸ਼ਮੀਰਨ ਜੀ ਨਾਲ ਵਿਆਹ ਕਰਾ ਲਿਆ, ਜਿਹਨੂੰ ਚੱਜ ਨਾਲ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ। ਹੁਣ ਮੈਂ ਨਵੀਂ ਦਾ ਵਿਆਹ ਆਪਦੀ ਮਰਜ਼ੀ ਦੀ ਕੁੜੀ ਨਾਲ ਕਰੂੰਗੀ, ਜਿਹੜੇ ਮੇਰੇ ਚਾਅ ਅਧੂਰੇ ਰਹਿ ਗਏ ਨੇ ਸਾਰੇ ਪੂਰੇ ਕਰੂੰਗੀ। ਵੈਸੇ ਤੇ ਇਸ ਘਰ ਵਿੱਚ ਮੈਨੂੰ ਕੋਈ ਤਕਲੀਫ ਨਹੀਂ, ਪਰ ਵੀ ਜੀ ਅੱਜ ਵੀ ਉਹਨਾਂ ਦੀ ਮਰਜ਼ੀ ਦੇ ਖਿਲਾਫ ਹੋਏ, ਸਾਡੇ ਵਿਆਹ ਨੂੰ ਲੈ ਕੇ ਹੀ ਅੱਜ ਵੀ ਗੁਨਹਿਗਾਰਾਂ ਦੇ ਕਟੇਰੇ 'ਚ ਖੜਾ ਕਰ ਦਿੰਦੇ। ਪਹਿਲਾਂ ਤਾਂ ਕਾਹਦਾ ਘਰ ਬਣਨਾ, ਮੈਨੂੰ ਲੱਗਦਾ ਇਹ 8 ਵਜੇ ਤੱਕ ਨੀ ਘਰ ਬਣ ਦਿੰਦੀ। ਬਈ ਆ ਕੁੜੀ ਤਾਂ ਲੱਗਦਾ ਪੂਰਾ ਸ਼ਹਿਰ ਕਮਾਊਗੀ। ਲੈ ਬਈ ਇਹ ਤਾਂ ਮੁੜ ਗਈ ਹੋ, ਲੈ ਕਰ ਲਓ ਘਿਓ ਨੂੰ ਭਾਂਡਾ। ਇਹਨੂੰ ਕਹਿੰਦੇ ਆ ਮੁੱਢਾਂ ਦੀ ਦੌੜ ਮਸੀਹ ਤੱਕ, ਬੂਟਿਆਂ 'ਚ ਤਾਂ ਆਪਣੇ ਘਰ ਵੜ ਗਈ, ਹੁਣ ਤਾਂ ਤੈਨੂੰ ਮੁੜਨ ਜੀ ਭਲਾਈ ਆ। ਬੜਾ ਵਿਜੇ ਮਾਲੀਆ ਦਾ ਕੇਸ ਲੜ ਰਿਹਾ ਤੂੰ, ਜਾ ਭੱਜ ਇੱਥੋਂ ਚੱਲ। ਉਹ ਬੂਟਿਆ ਮੈਨੂੰ ਐ ਲੱਗਦਾ ਅੱਜ ਦਾ ਇਹ ਤੇਰੇ ਸਕੂਟਰ ਦਾ ਤੇਲ ਮੁਕਾ ਕੇ ਛੱਡੂ। ਉਹ ਛੇਤੀ ਚੱਲ, ਬਹੁਤ ਲੇਟ ਹੋ ਗਿਆ, ਅੱਜ ਨੀ ਤੈਨੂੰ ਬੇਬੇ ਘਰ ਬਣ ਦਿੰਦੀ ਲੱਗਦਾ। ਤੈਨੂੰ ਕਿਹਾ ਸੀ 6 ਵਜੇ ਤੋਂ ਪਿੱਛੋਂ ਘਰੇ ਨੀ ਵੜਨਾ, ਪਰ ਤੂੰ 7:30 ਖਬਰਾਂ ਵਿੱਚ ਪਾ ਦਿੱਤੀਆਂ। ਉਹ ਬੇਬੇ ਮੈਂ ਤਾਂ 5 ਵਜੇ ਵਿਹਲਾ ਹੋ ਗਿਆ ਸੀ, ਮੁੜ ਕੇ ਮੈਨੂੰ ਕਿਰਾਇਆ ਚੇਤੇ ਆ ਗਿਆ, ਤੇ ਮੈਂ ਇੱਕ ਗਾਹਕ ਤੋਂ ਪੈਸੇ ਲੈਣੇ ਸੀ, ਉਹਨੂੰ ਲੱਭਦਾ ਲੱਭਦਾ 2.5 ਘੰਟੇ ਲੇਟ ਹੋ ਗਿਆ। ਜਾਂ ਫਿਰ ਪੈਸੇ? ਨਹੀਂ ਪੈਸੇ ਤਾਂ ਨਹੀਂ ਦਿੱਤੇ, ਹੌਸਲਾ ਜਿਹਾ ਦੇ ਕੇ ਤੋਰਤਾ, ਕਹਿੰਦਾ ਪੈਸੇ 2-4 ਦਿਨਾਂ ਤੱਕ ਖਾ ਲੈ। ਓਏ ਤੈਨੂੰ ਹੌਸਲਾ ਦਿੱਤਾ ਨਾ, ਮੈਂ ਤੋੜ ਗਿਆ ਤੇਰਾ ਹੌਸਲਾ, ਕੰਨ ਖੋਲ ਕੇ ਸੁਣ ਲੈ।
जे किराया ना ना दिता तो सवेरे ड्यूटी दे जान तो पहला तो ड्यूटी तो आके पिछो सारा कर दा काम करना बे उठला फटावे मैंने मेरी डांग डांग दी लोड नहीं फिर हां काम कर लो जागदा की है पाइंदी या बुढ़ी ओ छेती चूल्हे ते रोटी ला ओए मुंडिया मेरा किराया किथे है मैनू नहीं लगता बीबी जी मैं इतने बहुते दिन कटूंगा पर जिन्ने दिन भी कटूंगा मैं तुहाडा किराया दे के जाऊंगा पर तुहानू वास्ता ही बाबे कुप्पियां वाले दा मैनू उस बेबे तो बचा लो ओ 150 केसां विचों 140 केसां दा मौके ते निपटारा कर रहे वकील तो तुसी भांडे बजाओगे चंगे लगदे वे तू वकील है तुहानू बाहर खड़े स्कूटर ते लदे समान तो दसन दा मौका ही नहीं मिलिया नहीं तो मैं अपनी भूआ दे घर रहना सी ओ भी फ्रीज तेरी भूआ इस शहर च रहंदी केड़ी जगह व्याही तां फुफ्फड़ नाल सी जी पर हुण पता नहीं किहदे नाल रहिंदी है एक मिंट मेरे को तां बस फिकर करन दी कोई लोड़ नहीं तू एथे ही रहेगा ओ भी फ्री जे कोई कुछ कहे ते कह दे कि मैं आ तेरी पुआ यस पुआ 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 मिल गई ओ है पुआ लव यू बेबे गल दिल ते ना लामी ਇਹ ਸਾਰਾ ਖਾਣ ਪੀਣ ਤਾਂ ਭੂਆ ਵੱਲੋਂ ਆ ਭੂਆ ਦਾ ਮੈਂ ਭਤੀਜਾ ਜੋ ਹੋਇਆ ਪਰ ਤੇਰਾ ਕਿਰਾਏਦਾਰ ਹੀ ਆ ਨਾ ਜਾ ਕੇ ਬੇਬੋ ਅੱਜ ਜੋ ਖਬਰ ਨਹੀਂ ਛਪੀ ਜਿੱਥੇ ਲਿਖਿਆ ਸੀ ਵਾਲੀ ਧੁੱਪ ਸੇਕਦੀ ਸੇਕਦੀ ਬੁੱਢੀ ਪੂਰੀ ਹੋ ਗਈ ਮੈਂ ਤਾਂ ਕਹਿੰਦਾ ਬੇਬੇ ਤੁਸੀਂ ਵੀ ਦਰਮਿਆਨੀ ਥਾਂ ਤੇ ਮੰਜਾ ਡਾਇਆ ਕਰੋ ਐਸ ਉਮਰ ਚ ਬਾਲੇ ਵਿਟਾਮਿਨ ਲੈਣੇ ਠੀਕ ਨਹੀਂ ਨਹੀਂ ਤਾਂ ਬੰਦਾ ਉੱਥੇ ਹੀ ਤੇਜ ਕੌਰ ਨਾਲ ਰਿਸ਼ਤੇਦਾਰੀ ਕੱਢ ਕੇ ਨਾ ਬੜਾ ਚੌੜਾ ਨਾ ਹੋ ਸਾਰੀ ਜ਼ਮੀਨ ਜਿਦਾਦ ਮੇਰੇ ਨਾਂ ਹੈ ਜੇ ਦੋ ਦਿਨਾਂ ਚ ਕਿਰਾਇਆ ਰਹਿਣਾ ਦਿੱਤਾ ਫਿਰ ਸੋਚ ਲਈ ਮੁੰਡਿਆ ਆ ਬੱਠਲ ਨੂੰ 2 ਮਹੀਨੇ ਹੋ ਕੇ ਛੁੱਟੀ ਮੰਗਦੇ ਨੂੰ ਬਾਰੇ ਚ ਗਵਾਹ ਕੁੜਾ ਜੱਥੇ ਕਿਰਾਇਆ ਕਰੂੰਗੀ ਬੇਬੇ ਮੈਨੂੰ ਕੰਮ ਚੇਤੇ ਆ ਗਿਆ ਚੰਗਾ ਕੰਮ ਚੇਤੇ ਆ ਗਿਆ ਨਾ ਬਿੰਗਟਣ ਗਏ ਜਿਹਨੂੰ ਲਵਲੀਨ ਨੀ ਕੁੜੇ ਹਾਂਜੀ ਬੇਬੇ ਦੇਖ ਇਹਨੂੰ ਕੀ ਹੋ ਗਿਆ ਐਵੇਂ ਹੌਂਕੇ ਜੇ ਭਰੀ ਜਾਂਦਾ ਬੇਬੇ ਇਹਨੂੰ ਤਾਂ ਦੌਰਾ ਪੈ ਗਿਆ ਹੈਂਗ ਹੋ ਗਿਆ ਤੁਹਾਡਾ ਫੋਨ ਫਿਰ ਤੋਂ ਬਸ ਸ਼ੱਪਾ ਬੇਬੇ ਨਵਾਂ ਲੈ ਲੋ ਹੁਣ ਤਾਂ ਮੁਰਗੀਆਂ ਵੀ ਆਂਡੇ ਬਿਨਾ ਗਿਣੇ ਤੇ ਲਾਗੀਆਂ ਤੁਰ ਜਾ ਇੱਥੋਂ ਇਹ ਸਾਰੇ ਪੁਆੜੇ ਤੇਰੇ ਪਾਏ ਹੋਏ ਨੇ ਕਿਹਾ ਸੀ ਚੱਜ ਦਾ ਕਿਰਾਏਦਾਰ ਲੱਭ ਲੋ ਆ ਚੱਕ ਲਿਆ ਭੂਆ ਦਾ ਭਤੀਜਾ ਸੀ ਨਾਲੇ ਆਪਣਾ ਕੰਮ ਕਰ ਸਲਾਹਾਂ ਨਾ ਦੇ ਮੇਰਾ ਨਹੀਂ ਚੱਲਦਾ ਤੇ ਇਹਦਾ ਵੀ ਨਹੀਂ ਚੱਲਣ ਦੇਣਾ ਚੱਕ ਕਿੰਨਾ ਟਾਈਮ ਹੋ ਗਿਆ ਤੇਰੇ ਕੋਲੋਂ ਇੱਕ ਫੋਨ ਨਹੀਂ ਆਇਆ ਮੈਨੂੰ ਲੱਗਦਾ ਆਪ ਹੀ ਕਰਨਾ ਪਊ ਉਹ ਛੱਡ ਯਾਰ ਕੀ ਐਵੇਂ ਸਵੇਰੇ ਸਵੇਰੇ ਮੂਡ ਖਰਾਬ ਕਰਨਾ ਹੈ ਤੂੰ ਮੈਨੂੰ ਨੰਬਰ ਦੇ ਮੈਂ ਕਰਦੀ ਤੇਰੀ ਭਾਬੀ ਨਾਲ ਗੱਲ ਉਹ ਆ ਬਈ ਤੂੰ ਠੰਡੀ ਹੋ ਇੰਨੀ ਕਾਦੀ ਗਾਲੀ ਆ ਸਾਲ ਹੋ ਗਏ ਤੇਰੀ ਮਿੰਤਾ ਕਰਦੀ ਨੂੰ ਹਜੇ ਵੀ ਕਾਲੀ ਲੱਗਦੀ ਆ ਚੰਗਾ ਯਾਰ ਕਰਦਾ ਮੰਮੀ ਨੂੰ ਫੋਨ ਲੈ ਮਸਾ ਮਸਾ ਹਿੰਮਤ ਪਈ ਸੀ ਮੰਮੀ ਨੂੰ ਫੋਨ ਕਰਨ ਦੀ ਉਹਨਾਂ ਦਾ ਫੋਨ ਹੀ ਬੰਦ ਆ ਸਿੱਧਾ ਬੇਬੇ ਨੂੰ ਕਰ ਲੈ
बेबे का ही फोन बंद है, मैं लगता चार्ज ही नहीं किया होना। चल तू ऐ कर, तू भाभी नू कर, ओ गल करा देंगे। गई रही। अच्छा सत श्री अकाल भाभी। सत श्री अकाल। आ गई कर दी यार, जदों दा गया एक फोन तक नहीं किया अपनी भाभी नू। भाभी पेपर चले जाते बस तां करके नहीं आया गया। भाभी मम्मी ते बेबे दा फोन क्यों बंद है? ओ बेबे दा तां फोन खराब हो गया, तू मैनू दस दे जो कुछ दसना है, मैं बेबे नू आप ही दस दूं। नहीं भाभी जरूरी गल कोई नहीं, बस हाल चाल ही पूछना है। अच्छा घरे कदों आना तू? भाभी मैं बस नोट्स बना के ते फिर ओ तो बाद आऊंगा। ओके भाभी ठीक है बाय। जे तो रही हाल रहना मैं तेनू दसता, अपने दोनों घरों विआह दे नोटिस निकल जाने हैं, फिर सुनी जाई सैड सॉन्ग। ओ यार गल तां सुन माही। ਆਉਣ ਜੋਗਾ ਪੁੱਤ ਸਰਦਾਰਾਂ ਦਾ ਨੀ ਮਿੱਤਰਾਂ ਨੂੰ ਸਾ ਕੇ ਆਉਂਦਾ ਟੌਪ ਮੁਟਿਆਰਾਂ ਦਾ मरन तो पहला पहला मिठे प्यारे होके वसीयत अपने ना करा लो, बस फिर नहीं कुछ ला सकता। बाकी मेरी फीस दफ्तरी बढ़ा दियो आके। ਇਸ ਉਮਰੇ ਬੰਦੇ ਦਾ ਕੀ ਪਤਾ ਬੰਦੇ ਨੇ ਕਦੋਂ ਘੜੇ ਚ ਹੋ ਜਾਣਾ। ਵਕੀਲ ਪੁਣਾ ਤਾਂ ਮੈਂ ਵੀ ਕਰਦੀ ਰਹੀ ਹਾਂ, ਪਰ ਰਿਸ਼ਤਿਆਂ ਤੇ ਕਦੇ ਮੈਂ ਆਪਣਾ ਦਿਮਾਗ ਨਹੀਂ ਲਾਇਆ। ਵੈਸੇ ਭੂਆ ਗੱਲ ਕਹਿਣ ਵਾਲੀ ਤਾਂ ਹੈ ਨੀ, ਪਰ ਲਵਲੀਨ ਬੀਬੀ ਵੀ ਬੇਬੇ ਦੇ ਬਾਹਲੀ ਕਲੋਜ਼ ਆ। ਕਿਤੇ ਐ ਨਾ ਹੋਵੇ ਲੰਬੀ ਛਾਲ ਦੀ ਜੰਪ ਵਾਂਗੂ ਤੁਹਾਡੇ ਉੱਪਰ ਦੀ ਲੰਘ ਜਾ ਤੇ ਆਪਾਂ ਨੂੰ ਪਤਾ ਹੀ ਨਾ ਲੱਗੇ। ਇਹ ਤੇ ਮੈਂ ਕਦੇ ਸੋਚਿਆ ਹੀ ਨਹੀਂ। ਉਹ ਮੈਂ ਤਾਂ ਕਿਹਾ ਸੀ ਐ ਕਿਹੜਾ ਜੰਪ ਮਾਰ ਕੇ ਉਤੋਂ ਦੀ ਲੰਘ ਜੂ। ਉਹ ਬੇਬੇ ਨੇ ਤਾਂ ਕਦੇ ਗਲੀ ਚੋ ਬਰਸਾਤੀ ਪਾਣੀ ਨੀ ਲੰਘਣ ਦਿੱਤਾ। ਵੈਸੇ ਬੇਬੇ ਗੱਲ ਕਹਿਣ ਵਾਲੀ ਤਾਂ ਹੈ ਨੀ, ਲੱਗਦੀ ਤਾਂ ਮੇਰੀ ਉਹ ਭੂਆ ਆ। ਪਰ ਤੂੰ ਧਿਆਨ ਨਾਲ ਗੱਲ ਸੁਣ, ਤੂੰ ਜ਼ਮੀਨ ਪੋਤਿਆਂ ਦੇ ਨਾਂ ਕਰਾਈ, ਜੇ ਉਹਦੇ ਨਾਂ ਕਰਾਤੀ ते तेरा जुली बैतरा सारा चाके बार मान गे। ते केते ऐ ना हो बे ते जड़ी रही दी उम्र बिरद आश्रम बेचे तके खांदी भरे। वाहे गुरु दी कृपा नाल 40 प्लाट कटे सी। 30-35 ता हथो हाथी विक गए। आ 2-4 महीने नू वेले हो जाना। बहुत बहुत वधाई होवे। ते थोड़े वास्ते ता मैं नुक्कर ते बड़ा प्लाट रख्या होया इक। मैं क्या जी तेजो मासी कि मैं ठगा ना रड़ी फिर दी है। एक मिनट हमें पता करता
हेलो हेलो लवलीन हाँ जी वीर जी बेबे नाल गल करा जी बेबे वीर जी दा फोन है हेलो बेबे तेजो मासी किधर कचहरियां चलम ढींग जी नाल रली फिरती है किते थोड़ा ओ कॉलोनी कोल जमीन है जेड़ी ओदा चक्कर ता नहीं ओ जमीन दा की कर लूं ना ता मेरे ही है ओ बेबे तैनू नहीं पता तेरे वर्गियां बुढ़ियां दा सुती पई दा गुठा लवा के लै जांदियां ने क्या ही ता लगी नहीं ਬੇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਗੂਠਾ ਹੀ ਕੱਟ ਕੇ ਲੈ ਜੇ ਤੁਸੀਂ ਜਿਉਂਦੇ ਜਾਗਦੇ ਸਹੀ ਥਾਂ ਤੇ ਗੂਠਾ ਲਾ ਜਾਓ ਤੁਸੀਂ ਐਂ ਕਰੋ ਤੁਸੀਂ ਮੇਰੇ ਦਫ਼ਤਰ ਆਓ ਛੇਤੀ ਚੰਗਾ ਚੱਲ ਪੁੱਤ ਤਿਆਰ ਹੋ ਤੂੰ ਚੱਲੀ ਆਪ ਜੀ ਬੇਬੇ ਦੱਸਦਾ ਇਹਨਾਂ ਨੂੰ ਆ ਜਾ ਭੈਣ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਐਵੇਂ ਤੁਹਾਨੂੰ ਗਲਤ ਫਹਿਮੀ ਹੋ ਗਈ ਮੈਂ ਇਹ ਨਹੀਂ ਕਹਿੰਦੀ ਸਰਦਾਰ ਜੀ ਕਿ ਤੁਸੀਂ ਗਲਤ ਹੋ ਪਰ ਪਟਵਾਰੀ ਦਾ ਫੋਨ ਆਇਆ ਸੀ ਇਹਨਾਂ ਪਟਵਾਰੀਆਂ ਦਾ ਕੀ ਹੈ ਓਏ ਇਹ ਪਟਵਾਰੀ ਤਾਂ ਜਾਨਵਰਾਂ ਦੇ ਨਾਂ ਤੇ ਜ਼ਮੀਨ ਕੱਟ ਦੇਣ ਕਿਉਂ ਬੂਟਾ ਤੇ ਬਿਲਕੁਲ ਵੈਸੇ ਵੀ ਜ਼ਮੀਨ ਬੇਬੇ ਦੇ ਨਾਂ ਹੈ ਤੇ ਦਰਜੀ ਦੀ ਆਖਰੀ ਨਿਸ਼ਾਨੀ ਤੇ ਮੈਂ ਬੇਬੇ ਦੇ ਖਿਲਾਫ ਨਹੀਂ ਜਾ ਸਕਦੀ ਅਬ ਬਿਲਕੁਲ ਤੁਸੀਂ ਖਾਨਦਾਨੀ ਗੱਲ ਕੀਤੀ ਹੈ 17 ਆਨੇ ਸਹੀ ਓ ਸ਼ਿੰਗਾਰੇ 17 ਆਨੇ ਨਹੀਂ ਹੁੰਦਾ 16 ਆਨੇ ਹੁੰਦੇ ਸੁਣੋ ਮੇਰੀ ਗੱਲ ਵੈਸੇ ਵੀ ਬੇਬੇ ਬਹੁਤ ਐਡਵਾਂਸ ਆ ਤੇ ਭੂਆ ਦੀ ਪੀੜੀ ਛੱਡ ਕੇ ਉਹ ਬੇਬੇ ਦਾ ਨੋਹਾਂ ਪੋਤਰਿਆਂ ਦੇ ਨੋਹ ਜ਼ਮੀਨ ਕਰਨ ਨੂੰ ਫਿਰਦੀ ਹੈ ਆ ਹੁਣ ਤੁਸੀਂ ਖੰਗੂੜੇ ਦੀ ਗੱਲ ਲੈ ਲਓ ਇੱਕ ਭੈਣ ਤਾਂ ਉਹਨੇ ਤੁਹਾਡੇ ਘਰੇ ਵਿਆਹਤੀ ਆ ਦੂਜੀ ਭੈਣ ਆਪਦੀ ਵਿਆਹ ਕੇ ਨਾ ਤੁਹਾਡੇ ਸਾਰੇ ਕਾਸੇ ਤੇ ਕਬਜ਼ਾ ਕਰਨ ਨੂੰ ਫਿਰਦਾ ਹਾਂ ਕਿਉਂ ਬੂਟਾ ਸਿਆ ਹਾਂ ਬਿਲਕੁਲ ਸਲਾਹ ਤਾਂ ਬੇਬੇ ਅਣਜਾਣ ਬੰਦੇ ਨੂੰ ਦਿੱਤੀ ਜਾਂਦੀ ਹੈ ਤੁਸੀਂ ਤਾਂ ਮੇਰੇ ਆਪਣੇ ਹੋ ਨਾਲੇ ਮੈਨੂੰ ਤਾਂ ਤੁਹਾਡੀ ਗੱਲ ਪਹਿਲਾਂ ਹੀ ਜੱਜ ਗਈ ਸੀ ਵੀ ਨਵੀਂ ਦਾ ਵਿਆਹ ਕਰਨਾ ਇਹਨੂੰ ਚਾੜੋ ਪੱਟੇ ਤੇ ਜੇ ਕਹੋ ਤਾਂ ਮੈਂ ਦੇਖਾਂ ਕੋਈ ਰਿਸ਼ਤਾ ਹਾਂ ਹਾਂ ਦੇਖ ਕੋਈ ਲਵਲੀਨ ਵਰਗੀ ਕੁੜੀ ਲੈ ਅਗੇ ਕੁੱਛੜ ਕੁੜੀ ਗਰਾ ਹੋਕਾ ਆਪਣੀ ਹਰਲੀਨ ਜੋ ਹੈ ਨਾਲੇ ਦੋਨੇ ਭੈਣਾਂ ਇੱਕੋ ਘਰ ਚ ਹੋਣਗੀਆਂ ਤੈਨੂੰ ਪਤਾ ਜਦੋਂ ਨਵੀਂ ਆਉਂਦੇ ਨਾ ਤਾਂ ਹਰਲੀਨ ਘਰ ਦੇ ਚੱਕਰ ਕੱਢਦੀ ਰਹਿੰਦੀ ਓ ਬੇਬੇ ਲੈ ਮੇਰੇ ਉਹੀ ਠੀਕ ਕਰਾ ਮੁੱਦਾ ਵੱਜਿਆ ਹੋਇਆ ਸੀ ਅਕਲ ਤੇ ਮੇਰੇ ਯਾਦ ਚੇਤੇ ਨਹੀਂ ਸੀ ਓ ਛੋਟੂ ਲਿਆ ਵੀ ਕਰਾ ਮੂੰਹ ਮਿੱਠਾ ਬੇਬੇ ਦਾ ਲਿਆ ਭਾਈ ਉਹ ਕੋਈ ਬਿਸਕੁਟ ਵਗੈਰਾ ਹੀ ਦੇਖ ਲੈ ਹੋਰ ਤਾਂ ਕੁਝ ਹੈ ਨਹੀਂ ਜੀ ਆ ਸ਼ੂਗਰ ਫਰੀ ਦੀਆਂ ਗੋਲੀਆਂ ਨੇ ਲੈ ਬਸ ਇਹੀ ਲੈ ਇਹਦੇ ਨਾਲ ਹੀ ਕਰਾ ਦੇ ਮੂੰਹ ਮਿੱਠਾ ਆ ਚੈੱਕ ਕਰ ਲਈ ਇਹਦੇ ਚ ਗੋਲੀਆਂ ਨੇ ਦੇਖੀ ਜਰਦੇ ਨੇ ਅਲਵਾ ਦੀ ਬੇਬੇ ਨੂੰ ਕਿਤੇ ਘਰ ਤੇ ਕਿ ਬੇਬੇ ਤੁਕਦੀ ਹੈ ਜਾਲੇ ਅੰਨਾ ਜਲਾ ਮਾਰਨ ਮਸਕਰੀਆਂ ਲੈ ਪੁੱਤ ਦੇਖੋ ਜੀ ਮੈਂ ਲਾਲਚ ਕਰਕੇ ਕੀ ਲੈਣਾ ਇੱਕੋ ਇੱਕ ਮੇਰੀ ਧੀ ਹੈ ਉਹ ਚੰਡੀਗੜ੍ਹ ਪੜ੍ਹਦੀ ਹੈ ਸੁੱਖ ਨਾਲ ਐਮਏ ਕਰਦੀ ਹੈ ਮੇਰਾ ਸਾਰਾ ਕੁਝ ਉਹਦਾ ਹੀ ਤਾਂ ਹੈ ਬਸ ਹੁਣ ਤਾਂ ਉਹਦੇ ਹੱਥ ਪੀਲੇ ਕਰਨੇ ਆ ਜੀ ਤੁਹਾਡੀ ਨਿਗਾਹ 'ਚ ਕੋਈ ਮੁੰਡਾ ਹੋਵੇ ਤਾਂ ਤੁਸੀਂ ਦੱਸਿਓ ਜ਼ਰੂਰ ਉਹ ਸ਼ਿੰਗਾਰਾ ਭਾਈ ਨਿਗਾਹ ਵਾਲੀ ਕਿਹੜੀ ਗੱਲ ਹੈ ਹੈ ਮੇਰੀਆਂ ਨਜ਼ਰਾਂ 'ਚ ਇੱਕ ਮੁੰਡਾ ਅੱਛਾ ਆਪਣਾ ਨਵੀ ਪ੍ਰਸ਼ੰਸਾ ਮੈਂ ਬਹੁਤ ਸੁਣੀ ਆ ਪਰ ਮੈਂ ਕਦੇ ਗਿਆ ਨਹੀਂ ਪਰ ਸੁਭਾਅ ਜਮਾ ਪੂਆ ਤੇ ਓਏ ਬੂਟਾ ਸਿਆ ਯਾਰ ਤੂੰ ਤਾਂ ਮੇਰੇ ਮੂੰਹ ਦੀ ਗੱਲ ਫੜ ਲਈ ਮੈਂ ਤਾਂ ਤੇਜਕੌਰ ਜੀ ਨੂੰ ਕਹਿਣ ਤੋਂ ਝਿਜਕਦਾ ਸੀ ਤੇਜਕੌਰ ਜੀ ਜਿਵੇਂ ਆਪਣੀਆਂ ਜ਼ਮੀਨਾਂ ਜੁੜੀਆਂ ਜੇ ਓਵੇਂ ਆਪਣਾ ਰਿਸ਼ਤਾ ਜੁੜ ਜੇ ਤਾਂ ਕਿੰਨਾ ਚੰਗਾ ਹੋ ਕਿ ਨਹੀਂ ਬੂਟਾ ਤੇ ਭੂਆ ਜੀ ਕੀ ਸੋਚਦੇ ਤੁਸੀਂ ਮੈਂ ਕਦੇ ਇਸ ਬਾਰੇ ਚ ਸੋਚਿਆ ਨਹੀਂ ਸੁੱਖ ਨਾ ਰੱਬ ਨੇ ਇੱਕੋ ਹੀ ਤੁਹਾਨੂੰ ਭਤੀਜਾ ਬਣਾਇਆ ਉਹ ਉਹਦੇ ਹੁੰਦੇ ਵੀ ਜੇ ਤੁਹਾਨੂੰ ਸੁੱਕਣਾ ਪਵੇ ਲੱਖ ਲੈਣ ਦਾ ਬੂਟਾ ਸਿੰਘ ਦੇ ਲਓ ਬੇਬੇ ਫਿਰ ਆ ਲਓ ਮੇਰੇ ਵੱਲੋਂ ਸ਼ਗਨ ਹਰਲੀਨ ਦਾ ਤੇ ਸਾਡੇ ਵੱਲੋਂ ਰਿਸ਼ਤਾ ਪੱਕਾ ਹੀ ਸਮਝੋ ਵੈਸੇ ਤਾਂ ਵਕੀਲਾਂ ਦੀ ਜੇਬ 91 ਹੀ ਹੁੰਦੀ ਹੈ ਪਰ ਇਹੋ ਜਿਹੇ ਕੰਮਾਂ ਨੂੰ ਦੇਣੇ ਪੈਂਦੇ ਆ ਲੈ ਭਾਈ ਵਧਾਈ ਹੋਵੇ ਤੈਨੂੰ ਤੁਹਾਨੂੰ ਵੱਡਿਆਂ ਨੂੰ ਪਹਿਲਾਂ ਮੇਰੀ ਗੱਲ ਸੁਣੋ ਪੂਆ ਨਾਲੇ ਆਪਾਂ ਵੀ ਥੋੜੀ ਜਿਹੀ ਜੇਬ ਢਿੱਲੀ ਕਰੀਏ ਕਿਤੇ ਇਹ ਨਾ ਹੋਵੇ ਦੂਜੀ ਪਾਰਟੀ ਆਪਣੇ ਤੇ ਭਾਰੂ ਪੈ ਜਾਏ ਫਿਰ ਵੀ ਤੇਜਕੌਰ ਜੀ ਤੁਸੀਂ ਇੱਕ ਵਾਰੀ ਕਾਕਾ ਜੀ ਨਾਲ ਗੱਲ ਜ਼ਰੂਰ ਕਰ ਲਿਓ ਚੰਗਾ ਹੁੰਦਾ ਕਾਕਾ ਕਿਹੜਾ ਮੇਰੇ ਤੋਂ ਵੱਖ ਹੈ ਮੈਂ ਉਹਦੀ ਮਾਂ ਹਾਂ ਤੇ ਰਿਸ਼ਤਾ ਵੀ ਮੈਂ ਹੀ ਕਰਨਾ ਤੇ ਤੁਸੀਂ ਪੂਰਾ ਪਰਸ ਨਹੀਂ ਲਿਆਂਦਾ ਨਾ ਤੁਸੀਂ ਅੱਜ ਨਹੀਂ ਓ ਯਾਰ ਤੂੰ ਗੱਲ ਸੁਣ ਪੱਕਾ ਹੀ ਸਮਝ ਰਿਸ਼ਤਾ ਬਸ ਅੱਛਾ ਹਾਂ ਸਮਝ ਬਸ ਠੀਕ ਆ ਪੂਆ ਫੇਰ ਵਧਾਈਆਂ ਜੀ ਆ ਜਾਓ ਕਿਲੋ ਤਾਂ ਬੇਬੇ ਮੈਂ ਵੀ ਇਹੀ ਚਾਹੁੰਦੀ ਸੀ ਪਰ ਅਸੀਂ ਇੱਕ ਵਾਰੀ ਨਵੀਂ ਨੂੰ ਨਾ ਪੁੱਛ ਲਈਏ ਮੇਰੇ ਪੋਤੇ ਨੂੰ ਤਾਂ ਮੈਂ ਹੀ ਵਿਆਹਣਾ ਹੋਰ ਕੀ ਗੁਆਂਢੀ ਵਿਆਹਣਗੇ ਆ ਮੇਰਾ ਪੋਤੀ ਅੱਖ ਤਬਾਰ ਹੋ ਗਿਆ ਸੀ ਮੇਰੇ ਪੋਤਿਆਂ ਦੀ ਤਾਂ ਮੇਰੀ ਹਾਂ ਛਾਂ ਹੈ ਯਾਰ ਨਵੀਂ ਕਿਤੇ ਤੇਰੇ ਘਰਦਿਆਂ ਦੇ ਫੋਨ ਦਾ ਬੈਲੈਂਸ ਤਾਂ ਨਹੀਂ ਮੁੱਕ ਗਿਆ ਜਿਹੜਾ ਫੋਨ ਹੀ ਨਹੀਂ ਕੀਤਾ ਉਹ ਅੱਜ ਤਾਂ ਫੋਨਾਂ ਦੀਆਂ ਝੜੀਆਂ ਲੱਗੀਆਂ ਪਈਆਂ ਮੈਂ ਨਹੀਂ ਚੱਕਿਆ ਫੋਨ ਹੋਰ ਆ ਦੇਖ ਕਿਉਂ ਮੰਨਦੀਆਂ ਫਿਰ ਉਹ ਨਵੀ ਉਹ ਤੇਰਾ ਦੋ ਦਿਨ ਤੋਂ ਫੋਨ ਵੱਜੀ ਜਾਂਦਾ ਤੂੰ ਚੱਕਦਾ ਕਿਉਂ ਨਹੀਂ ਫੜ ਉਹ ਤੂੰ ਛੱਡ ਇੱਧਰ ਫੜਾ ਮੈਨੂੰ ਫੋਨ ਤੈਨੂੰ ਵੀ ਪਤਾ ਇਹ ਵੀ ਮੇਰੇ ਇੱਕ ਪਲਾਨ ਦਾ ਪਾਰਟ ਆ
ਕਿਹੜਾ ਪਲਾਨ ਹੈ? ਉਹ ਜੇ ਤੈਨੂੰ ਆ ਸਭ ਸਮਝ ਆ ਜਾਂਦਾ, ਤੂੰ ਸਾਲਿਆ 2 ਸਾਲ ਹੋ ਗਏ ਇਸੇ ਕਲਾਸ 'ਚ ਬੈਠਾ ਹੁੰਦਾ, ਤੂੰ ਦੱਸਣਾ ਯਾਰ ਉਈ। ਯਾਰ ਮੈਂ ਸਵੇਰੇ ਜਾਣਾ ਘਰੇ। ਅੱਛਾ। ਫਿਰ ਮੈਨੂੰ ਮੰਮੀ ਤੇ ਬੇਬੇ ਪੁੱਛਣਗੇ ਸਾਡਾ ਫੋਨ ਨਹੀਂ ਚੱਕਦਾ ਸੀ। ਫਿਰ ਮੈਂ ਉਹਨਾਂ ਨੂੰ ਦੱਸੂ ਕਿ ਜੇ ਮੈਂ ਤੁਹਾਡਾ ਫੋਨ ਚੱਕ ਲੈਂਦਾ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਤਾਂ ਮੇਰੀ ਗੱਲ ਕੌਣ ਮੰਨਦਾ? ਕਿਹੜੀ ਗੱਲ? ਉਹ ਆਹੀ ਕਿ ਮੈਂ ਵਿਆਹ ਮਾਹੀ ਨਾਲ ਹੀ ਕਰਾਉਣਾ ਆ। ਜੋ ਫਿਰ ਵੀ ਨਾ ਮੰਨੇ? ਜੇ ਫਿਰ ਵੀ ਨਾ ਮੰਨੇ ਫਿਰ ਤਾਂ ਵੀਰੇ ਵੇਖ, ਹਾਂ ਆਪਣੇ ਕੋਲ ਇੱਕੋ ਲਾਸਟ ਆਪਸ਼ਨ ਆ। ਹਾਂ ਫਿਰ ਆਪਾਂ ਦੇ ਦੇਣੀ ਇਹਨਾਂ ਨੂੰ ਧਮਕੀ। ਅੱਛਾ, ਘਰੋਂ ਬਾਗੀ ਹੋਣ ਦੀ। ਕਿਆ ਬਾਤ, ਫਿਰ ਤਾਂ ਉਹਨਾਂ ਨੂੰ ਮੇਰੀ ਗੱਲ ਮੰਨਣੀ ਪਊ। ਸਹੀ ਹੈ ਨਾ? ਕਿਆ ਬਾਤ, ਕੁੱਕਾ ਕੁੱਕਾ ਬਾਈ ਕੁੱਕਾ। ਤੂੰ ਲੈ ਸੁਪਨੇ ਤੇ ਮੈਂ ਲੱਗਿਆ ਸੌਣ। ਗੁੱਡ ਨਾਈਟ। ਪਲੀਜ਼ ਸਿਟ ਡਾਊਨ। ਕੰਗੋਲਾ ਸਾਹਿਬ, ਆਪਣੇ ਕੇਸ ਤੇ ਰੋਸ਼ਨੀ ਪਾਓ। ਜੱਜ ਸਾਹਿਬ, ਮੇਰੀ ਕਲਾਇੰਟ ਬੇਬੇ ਘਰ ਦੇ ਵਿੱਚ ਵੱਡੀ ਹੋਣ ਦੇ ਨਾਤੇ ਔਰ ਕਾਨੂੰਨ ਤੌਰ ਤੇ ਵੀ ਇਹ ਹੱਕ ਹਕੂਕ ਰੱਖਦੀ ਹੈ ਕਿ ਉਹ ਆਪਣੇ ਪੋਤਰਿਆਂ ਨੂੰ ਆਪਣੀ ਜ਼ਮੀਨ ਦੇ ਵਾਰਸ ਖੁਦ ਬਣਾ ਸਕੇ। ਥੈਂਕ ਯੂ। ਜੱਜ ਸਾਹਿਬ, ਮੰਨਿਆ ਕਿ ਮਾਲਕ ਆਪਣੀ ਵਸੀਅਤ ਪੋਤਿਆਂ ਨਾਲ ਕਰਨੀ ਚਾਹੁੰਦੇ ਹੈ, ਪਰ ਜਿਵੇਂ ਬੇਬੇ ਕਹਿੰਦੀ ਹੈ ਕਿ ਜੇਕਰ ਜ਼ਮੀਨ ਤੇਜ ਕੌਰ ਦੇ ਨਾਂ ਕਰ ਦਿੱਤੀ ਜਾਂਦੀ ਹੈ, ਇਹਨੇ ਮੈਨੂੰ ਪੁੱਛਣਾ ਨਹੀਂ। ਹਾਂ, ਇਸੇ ਤਰ੍ਹਾਂ ਜੇ ਬੇਬੇ ਪੋਤਿਆਂ ਦੇ ਨਾਂ ਜ਼ਮੀਨ ਕਰਦੀ ਆ, ਕੀ ਤੇਜ ਕੌਰ ਨੂੰ ਉਹਦੇ ਪੋਤੇ ਪੁੱਛਣਗੇ? ਜੱਜ ਸਾਹਿਬ, ਜੇ ਮੇਰੇ ਕੋਲ ਜਾਇਦਾਦ ਨਾ ਹੋਈ ਤੇ ਮੇਰੇ ਬੱਚੇ ਵੀ ਤੇ ਮੇਰੀ ਸੇਵਾ ਕਰਨ ਤੋਂ ਮੁਕਰ ਸਕਦੇ ਆ? ਜਿਹੜੇ ਹਿਸਾਬ ਨਾਲ ਤੁਸੀਂ ਔਲਾਦ ਜ਼ਮੀਨ ਹੈ ਕਸ਼ਮੀਰ ਨੂੰ ਮਤਾ ਜੀ, ਤੁਹਾਨੂੰ ਜਵਾਕ ਨਾਨਕੇ ਤਾਂ ਕੀ ਪਾਕਿਸਤਾਨ ਵਾਲੇ ਕਸ਼ਮੀਰ ਚ ਛੱਡ ਕੇ ਆਉਣਗੇ? ਏ ਚੁੱਪ ਕਰਕੇ ਬਹਿ ਜਾ, ਐਵੇਂ ਖਗਾਰੇ ਨਾ ਮਾਰ, ਮੈਂ ਦੇਖਦੀ ਇਸ ਮਰੰਡੇ ਜੀ ਨੂੰ। ਆਰਡਰ ਆਰਡਰ, ਅਦਾਲਤ ਵਿੱਚ ਸ਼ਾਂਤੀ ਬਣਾ ਕੇ ਰੱਖੋ। ਬੇਬੇ, ਜੇ ਇਹੀ ਕਰਨਾ ਸੀ ਤੇ ਕਚੇਰੀ ਆਉਣ ਦੀ ਕੀ ਲੋੜ ਸੀ? ਇਹ ਸਭ ਅਸੀਂ ਘਰੇ ਵੀ ਨਿਬੇੜ ਸਕਦੇ ਸੀ। ਸ਼ਾਂਤੀ ਨਾਲ ਗੱਲ ਕਰ ਬੇਬੇ, ਇਹ ਘਰ ਨਹੀਂ ਆ, ਅਸੀਂ ਜੱਜ ਸਾਹਿਬ ਦੇ ਸਾਹਮਣੇ ਖਲੋਤੇ ਆ। ਉਹ ਜੋ ਕੁਝ ਕਹਿਣਾ ਹੈ ਕਟਹਿਰੇ ਜਾ ਕੇ ਕਹੋ। ਸੁਣਨੇ ਭਾਈ ਜੱਜ ਸਾਹਿਬ, ਜਿਹੜਾ ਵੀ ਫੈਸਲਾ ਤੂੰ ਮੇਰੇ ਹੱਕ ਵਿੱਚ ਕਰਨਾ ਹੈ, ਤੁਰਤ ਪੈਰ ਕਰ ਦੇ। ਮੇਰੇ ਦੁਖਦੇ ਨੇ ਗੋਡੇ, ਮੈਂ ਇੱਥੋਂ ਖੜਿਆ ਨਹੀਂ ਜਾਂਦਾ। ਓਏ, ਮੈਂ ਜੱਜ ਹਾਂ, ਕੋਈ ਵੈਦ ਨਹੀਂ ਜੇ ਤੇਰੇ ਗੋਡੇ ਠੀਕ ਕਰਦੇ ਆ। ਬੇ, ਤੂੰ ਕਿਉਂ ਖੜ ਗਿਆ? ਆ ਮਸ਼ੀਨ ਜੀ ਚ ਮੇਰੇ ਵੀ ਬਿਆਨ ਲਿਖ। ਦੇਖੋ ਜੀ ਜੱਜ ਸਿੰਘ ਜੀ, ਆ ਜ਼ਮੀਨ ਦਾ ਝਗੜਾ ਤਾਂ 4 ਦਿਨਾਂ ਤੋਂ ਹੀ ਹੈ, ਇਹ 25 ਸਾਲਾਂ ਤੋਂ ਮੈਨੂੰ ਤੰਗ ਕਰਦੀ ਆ ਰਹੀ ਹੈ। ਪਹਿਲਾਂ ਤਾਂ ਇਹਨੇ ਮੇਰਾ ਮੁੰਡਾ ਪੱਟਿਆ, ਫਿਰ ਮੇਰੀ ਮਰਜ਼ੀ ਦੇ ਖਿਲਾਫ ਇਹਨਾਂ ਨੇ ਵਿਆਹ ਕਰਵਾਇਆ, ਤੇ ਹੁਣ ਮੇਰੇ ਪੋਤਿਆਂ ਦੀ ਜ਼ਮੀਨ ਆਪਦੇ ਨਾਂ ਕਰਾਉਣਾ ਚਾਹੁੰਦੀ। ਜੇ ਪੋਤੇ ਇਹਨਾਂ ਦੇ ਆ, ਪੁੱਤੇ ਮੇਰੇ ਆ, ਮੇਰੇ ਬਾਪ ਤੇ ਜ਼ਮੀਨ ਉਹਨਾਂ ਦੇ ਨਾਂ ਤੇ ਚੜਨੀ? ਮੈਂ ਕਿਹੜਾ ਬੂਟੇ ਦੇ ਨਾਂ ਤੇ ਜ਼ਮੀਨ? ਤੂੰ ਬੂਟੇ ਦੇ ਨਾਂ ਕਰਾ ਕੇ ਦੇਖ, ਜੇ ਮੈਂ ਬੂਟੇ ਨੂੰ ਜਣਾ ਤੁਰ ਪੜਦੇ ਆ। ਆਰਡਰ ਆਰਡਰ, ਬੂਟੇ ਦੇ ਤਾਂ ਪਹਿਲੇ ਜਿਹੜਾ ਸੁੱਕੀਆਂ ਪਈਆਂ ਵਿਚਾਰੇ ਦੀਆਂ, ਇਹਨੂੰ ਤਾਂ ਆਪ ਸਪਰੇਅ ਕਰਕੇ ਹਰਾ ਭਰਾ ਕਰਨ ਵਾਲਾ। ਪਹਿਲਾਂ ਮੈਨੂੰ ਇਹ ਸਮਝਾਓ, ਪੋਤਾ ਕਿਹਦਾ ਤੇ ਪੁੱਤਰ ਕਿਹਦਾ? ਜੀ ਮੇਰਾ ਪੋਤਾ ਜੀ ਤੇ ਪੁੱਤ ਮੇਰਾ, ਮੈਂ ਉਹਨੂੰ ਭੁੱਖੋ ਜੰਮਿਆ। ਉਹ ਮੇਰੇ ਪੁੱਤ ਦਾ ਪੋਤਾ ਜੀ, ਮੇਰਾ ਦੂਰਾ ਹੱਕ ਬਣਦਾ। ਮੈਂ ਉਹਦੇ ਵਾਸਤੇ 2 ਫੈਸਲੇ ਲੈਣੇ ਆ, ਪਹਿਲਾ ਜ਼ਮੀਨ ਉਹਦੇ ਨਾਂ ਕਰਾਉਣ ਵਾਸਤੇ, ਦੂਜਾ ਮੇਰੀ ਮਰਜ਼ੀ ਨਾਲ ਵਿਆਹ ਕਰਨ ਉਹਦਾ। ਓਏ ਗੱਲ ਸੁਣੋ ਜੀ। ਹਾਂਜੀ। ਮੈਨੂੰ ਨਹੀਂ ਲੱਗਦਾ ਕਿ ਇਸ ਵਾਸਤੇ ਤੁਸੀਂ ਅਦਾਲਤ ਦਾ ਕੀਮਤੀ ਵਕਤ ਬਰਬਾਦ ਕਰੋ। ਇਹ ਤੁਹਾਡਾ ਘਰੇਲੂ ਮਾਮਲਾ ਹੈ, ਬਈ ਤੁਸੀਂ ਘਰੇ ਜਾ ਕੇ ਨਿਬੇੜ ਲਓ। ਨਹੀਂ ਜੀ, ਇਹ ਮਾਮਲਾ ਅਸੀਂ ਇੱਥੇ ਹੀ ਨਿਬੇੜਾਂਗੇ, ਨਾਲੇ ਸਾਰੇ ਗਵਾਹ ਆਏ ਹੋਏ ਨੇ, ਉਹਨਾਂ ਨੂੰ ਪਤਾ ਲੱਗੇ ਕੀ ਕਰਦੀ ਆ। ਤੇ ਤੂੰ ਕਿਉਂ ਖੜ ਗਿਆ? ਲਿਖ ਮੇਰੇ ਬਿਆਨ। ਓਏ ਸੱਦੋ ਇਹਨਾਂ ਦੇ ਮਾਲਕਾਂ ਨੂੰ, ਇਸ ਤੋਂ ਪਹਿਲਾਂ ਕਿ ਇਹ ਗੁੱਥਮ ਗੁੱਥਾ ਹੋ ਜਾਣ। ਇਹਨਾਂ ਦੇ ਵਕੀਲ ਕਿੱਥੇ ਨੇ? ਅਮਰਜੀਤ ਸਿੰਘ ਖੰਗੂਰਾ ਤੇ ਬੂਟਾ ਸਿੰਘ। ਪਤਾ ਹਨੇਰੀ ਹੋ ਗਿਆ ਜੀ। ਓਏ ਬੇਬੇ, ਓ ਬੀਬੀ, ਰੱਬ ਦਾ ਵਾਸਤਾ ਦੇ, ਜ਼ਮੀਨਾਂ ਬਾਅਦ ਵਿੱਚ ਨਾ ਕਰਾ ਲੈਣਾ, ਪਹਿਲੇ ਕਾਕੇ ਦਾ ਵਿਆਹ ਤਾਂ ਕਰੋ। ਮੈਂ ਜੱਜ ਸਾਹਿਬ ਆਪਣੇ ਮੁੰਡੇ ਲਈ ਰਿਸ਼ਤਾ ਵੇਖਿਆ ਹੈ। ਦੇਖਿਆ ਨਾ, ਦੇਖੀ ਜਾ, ਕੰਮ ਤਾਂ ਸਿਰੇ ਮੈਂ ਹੀ ਚਾੜੂੰਗੀ। ਵਿਆਹ ਤੇ ਬੇਬੇ ਮੇਰੀ ਮਰਜ਼ੀ ਨਾਲ ਹੋਊ। ਨਹੀਂ, ਮੁੰਡੇ ਦਾ ਵਿਆਹ ਮੇਰੀ ਮਰਜ਼ੀ ਨਾਲ ਹੋਊਗਾ, ਮੈਂ ਉਹਦੀ ਦਾਦੀ ਹਾਂ। ਉਹ ਮੇਰਾ ਪੁੱਤ ਦਾ ਵਿਆਹ ਮੈਂ ਕਰੂੰਗੀ। ਨਹੀਂ, ਮੇਰੇ ਪੁੱਤ ਦਾ ਪੁੱਤਾ ਵਿਆਹ ਮੈਂ ਕਰੂੰਗੀ। ਬੇਬੇ ਸੁਣ ਲੈ, ਵਿਆਹ ਮੈਂ ਕਰਾਵਾਂਗੀ। ਵਿਆਹ ਮੇਰੀ ਮਰਜ਼ੀ ਨਾਲ ਹੋਊਗਾ। ਨਹੀਂ ਬੇਬੇ, ਵਿਆਹ ਮੇਰੀ ਮਰਜ਼ੀ ਨਾਲ ਹੋਊਗਾ। ਕਰਨੀ ਕਿ ਨਹੀਂ? ਮੈਂ ਮਾਂ ਹਾਂ, ਮੇਰੀ ਮਰਜ਼ੀ ਨਾਲ ਹੋਊਗਾ। ਮੇਰੀ ਮਰਜ਼ੀ ਨਾਲ ਹੋਊਗਾ, ਮੇਰੀ ਮਰਜ਼ੀ ਨਾਲ ਹੋਊਗਾ। ਜੱਜ ਸਾਹਿਬ, ਮੇਰੇ ਪੁੱਤ ਦਾ ਵਿਆਹ ਮੇਰੀ ਮਰਜ਼ੀ ਨਾਲ ਹੋਊਗਾ। ਅੱਛਾ ਭਾਈ, ਸਾਲਾ ਜਦੋਂ ਕੋਈ ਸੁਪਨਾ ਆਉਂਦਾ ਨਾ ਉਦੋਂ ਹੀ ਮਾੜਾ ਹੁੰਦਾ। ਐਤਕੀ ਬਿਨ ਬਰੇਕਾਂ ਸਾਰੀ ਗੱਲ ਦੱਸਣੀ ਘਰਦਿਆਂ ਨੂੰ। ਉਹ ਵੀਰੇ, ਪਹਿਲਾਂ ਤੂੰ ਨੇਰੇ ਹੋਏ ਆਉਣਾ ਤੇ ਸਵੇਰੇ ਭਾਜਣ, ਅੱਜ ਪੱਠਿਆਂ ਦੇ ਟਾਈਮ ਨੂੰ ਕਿਵੇਂ? ਉਹ ਜਾ ਦਿਮਾਗ ਨਾ। ਮੈਂ ਦਿਮਾਗ ਕਿੱਥੋਂ ਖਾਣਾ? ਮੈਂ ਤਾਂ 4-5 ਰੋਟੀਆਂ ਖਾਧੀਆਂ। ਮੈਂ ਤਾਂ ਕਹਿੰਦਾ ਉਹ ਜਾ ਪੱਠੇ ਪਾ ਆਪਣੀਆਂ ਮਾਵਾਂ ਨੂੰ। ਗਾਵਾਂ ਤਾਂ ਆਪਣੇ ਹੈ ਨਹੀਂ, ਜਾਂਦਾ ਨਹੀਂ ਤੂੰ।
हेलो हाँ नवी गल होई अपने बारे करे ओ किथे यार हजे बेबे ते मम्मी आए नहीं भाई एक मिनट होल्ड रखी बेबे आ गई भाभी जी सिगाल बथेरिया सुन लिया तेरी मां दिया काम करो जाके जिंदा क्या उन्ना करो नवी तेनू ना डबल डबल मारका पहला मैं तेरी भाभी सी हुण साली बन जाऊ ओ जा भाभी तुरदी ओ एवें ना भगाई मारी जा पैरी वेना मम्मी जिंदा रहे मम्मी गल करनी सी थोड़े नाल मैं भी तेरे नाल मम्मी बेबे तो मेरी गल सुनदी नहीं तुसी तां सुन लो मेरी गल मैं कुछ नहीं सुनना मैं सिंघाड़े नू जुबान दे चुकी हां ओदी ती नाल तेरा व्याह पक्का करदा मैं छेती तारीख भी निकल जानी है हुण पुत तू जिन्नी भी शॉपिंग करनी है कर ले हेलो तू इन धोखेबाज होएगा तेरे दो तक ही जे तीन हाथ होंदे तिना च ब्याह दे लड्डू होने सी ओ यार माही तू ता मेरी गल सुन यार खबरदार जे आज तो बाद मेनू कदे फोन किता मेनू अपनी शक्ल ना दिखाई मेरा कोरा जवाब है तेनू मैं कोई ब्याह नहीं करवा रही तेरे नाल पापा ओ कैनेडा वाले मुंडे नू हां कर दियो राम 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 बथेरे केतु चेतु फिरदे ने राहु केतु मामे दे पुत ने चाचे तायां दे नहीं है शरीके च नाले बेबे ग्रहां नूं माड़ा चंगा नहीं बोली दा कई बारी भारे पै जांदे ने मेथों तां नहीं भारी पैणगे तू ब्याह कढ पिछों खा ली सत तरीक रखी है किते ए ना होवे असी एथे टेवे मिलांदे रहिए ते दादी ओथे पानी वार के पीजे मां किते मिलना ना सिरणी आन देंदी रह जाए देखो भैन जी पांच तक ते वैसे ही तारा डुबिया होया वा ते ग्रहां दा भी उपाय करना पैना वा ओ पुआ ग्रह टेंशन नहीं लेनी तू ग्रह दा मैं उपाय कर देना तू दस केड़े ग्रह ते केड़ा केस ठोका है विंगा जी पहला अपने ग्रह ते सुधार ले विच्चे ही बोली जांदा है पंडित जी तुसी ए दसो केड़ा उपाय ते किन्ने पैसे लगन ठीक है जी आ लो जी मेरे टेवे दे हिसाब नाल तुसी 6 तारीख नु 5 बजे तो बाद दा टाइम रख लो आलो फड़ो नारियल इन्नू जांदे होए नहर विच जल प्रवाह कर दियो ग्रह मैं सामनु ठीक है ते पंडित जी मेरी कन खोल के गल सुन ले तेरा ग्रह एक भी इधर उधर होया मंदिर दे पिछे नहर जांदी है याद रखियो कुड़े सुने कुछ ना बेबे कुछ नहीं सुनदा पता नहीं की खिचड़ी पकाई जांदी है मेनू इस टीवी दी कदे समझ नहीं आई दीदी आजा बह जा ए आलो तुहाडियां चांजरा बड़ा टाइम लाता सुनिया रे ने ठीक करो नु हुण ता मेनू लगदा तेरे ही कावण गया मैं ते जिनू छनछन करके सुनानी सी ओ ता बैठा है अमरीका हुण ता इस घर च तेरे पैरां दी छनछन सुनूंगी अच्छा दीदी आ नवी किते नजर नहीं आ रहा सबर रख बस थोड़ी देर होर ठहर जा फिर ता सुरमे वांगू तेरियां अखां च रिहा करूगा शर्मा गई चल मैं तेरे लिए चाह लेके आनी है तू इथे बैठ ठीक है दीदी वाओ दैट्स गुड इनू कहंदे ओ रब दी मेहर जदो जिक्र दोबारे भी चांदनी चढ़ जांदा हेलो हाय सत श्री अकाल जी लगदा देखिया मंगेतरा तेनू ओदे बारे अता पता होना चाहिए समझे
ਸੋਚ ਲੈ ਜੇ ਕੀ ਹੁੰਦਾ। ਹੈਲੋ ਬੇ, ਹੈਲੋ ਦਾ ਲੱਗਦੇ ਆ, ਗੱਲ ਸੁਣ ਮੇਰੀ। ਪੈਰੀ ਪੈਣਾ ਬੇਬੇ? ਤੇ ਫੋਨ ਤੇ ਕਿਵੇਂ ਪਵੇਗਾ ਪੈਰੀ? ਓ ਬੇਬੇ, ਤੁਸੀਂ ਫੋਨ ਤੇ ਗੱਲ ਪੈ ਸਕਦੇ ਹੋ, ਮੈਂ ਪੈਰੀ ਵੀ ਨਹੀਂ ਪੈ ਸਕਦਾ। ਕੰਨ ਖੋਲ ਕੇ ਸੁਣ ਲੈ, ਕੱਲ 11 ਵਜੇ ਨਵੀਂ ਨੂੰ ਲੈ ਜੀ ਚੱਕ ਕੇ, ਤੇ ਜਿਹੜੀ ਵਿਆਹ ਦੀ ਖਰੀਦੋ ਫਰੋਖਤ ਕਰਨੀ ਹੈ ਚੁੱਪ ਕਰਕੇ ਕਰ ਲਓ, ਸਮਝੇ ਮੇਰੀ ਗੱਲ? ਅੱਛਾ, ਕੱਲ ਯਾਨੀ ਕਿ ਬੁੱਧਵਾਰ 11 ਵਜੇ। ਪੈਰੀ ਪੈਣਾ ਭੈਣ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ, ਤੁਸੀਂ ਕਿੱਥੇ ਹੋ? ਮਾਤਾ ਰਾਣੀ ਦੀ ਕਿਰਪਾ ਨਾਲ ਮੇਰੇ ਪੁਰਾਣੇ ਪਲਾਟ ਦਾ ਕੰਮ ਸ਼ੁਰੂ ਹੋ ਗਿਆ ਜੀ। ਸਾਰੇ ਕੰਮ ਛੱਡੋ ਤੇ ਮੇਰੀ ਗੱਲ ਕੰਨ ਖੋਲ ਕੇ ਸੁਣੋ, ਕੱਲ ਨਵੀਨ ਨੂੰ 10 ਵਜੇ ਵਿਆਹ ਦੀ ਖਰੀਦ ਲਈ ਲੈ ਕੇ ਜਾਣਾ ਹੈ। ਆ ਤੁਹਾਡਾ ਹੁਕਮ ਸਿਰ ਮੱਥੇ ਜੀ। ਹੈਲੋ ਲਾਡੋ। ਹਾਂ ਮਾਹੀ, ਕੀ ਚੱਲ ਰਿਹਾ ਹੈ? ਉਹ ਚੱਲਣਾ ਕੀ ਹੈ ਯਾਰ, ਮੈਨੂੰ ਫਾਈਲ ਆਉਣ ਦੀਆਂ ਸਕੀਮਾਂ ਚੱਲ ਰਹੀਆਂ ਨੇ। ਚੱਲ ਫਿਰ, ਮੈਂ ਵੀ ਹੋ ਰਹੀ ਹਾਂ ਸ਼ਾਮਿਲ, ਧਰਾ ਦੇ ਚਾਹ ਚੁੱਲ੍ਹੇ ਤੇ, ਬਾਹਰ ਹੀ ਖੜੀ ਹਾਂ। ਹੈ ਸੱਚੀ? ਹਾਂ ਲਾਡੋ। ਉਹ ਚਾਹ ਧਰਾ ਦੇ ਉਹ ਬੇਬੇ ਚੁੱਲ੍ਹੇ ਤੇ। ਤੈਨੂੰ ਇੰਨੀ ਕਿ ਦੋਗੇ? ਉਹ ਬੇਬੇ ਮੈਂ ਨਹੀਂ ਪੀਣੀ, ਮੇਰੀ ਦੋਸਤ ਆ ਰਹੀ ਆ ਜਿਹਨੂੰ ਮੇਰੇ ਵਿਆਹ ਦਾ ਚਾਹ ਆ, ਮੇਰਾ ਮਤਲਬ ਵਿਆਹਾਂ ਦਾ ਚਾਹ ਆ। ਓਏ ਆ ਗਈ ਓ ਭਾਈ। ਉਹ ਆ ਗਈ। ਹਾਂਜੀ, ਕਿੱਦਾਂ? ਹਾਏ ਲਾਡੋ, ਕਿੱਦਾਂ? ਪਾਗਲੇ ਮੰਮੀ ਬੈਠੀ ਸਨ, ਆ ਜਾਓ ਚਲੋ। ਨਵੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ। ਮੰਮੀ, ਇਹ ਮਾਹੀ ਤੇ ਇਹ ਕੰਗਣ ਮੇਰੇ ਨਾਲ ਪੜ੍ਹਦੇ ਆ ਕਾਲਜ। ਅੱਛਾ ਅੱਛਾ, ਹਾਂਜੀ। ਇੱਥੇ ਰਹਿੰਦੇ? ਹਾਂਜੀ ਹਾਂਜੀ, ਠੀਕ ਹੈ। ਆ ਜਾਓ ਅੰਦਰ ਸਾਡੀ ਬੇਬੇ। ਪੈਰੀ ਪੈਨੇ ਬੇਬੇ? ਸਤਿ ਸ਼੍ਰੀ ਅਕਾਲ ਪੁੱਤ, ਇਹ ਕੌਣ ਨੇ? ਬੇਬੇ ਕੰਗਣ ਤੇ ਇਹ ਮਾਹੀ ਮੇਰੇ ਨਾਲ ਪੜ੍ਹਦੇ ਆ ਕਾਲਜ। ਅੱਛਾ ਅੱਛਾ, ਹਾਂ ਤੇਰੇ ਵਿਆਹ ਤੇ ਆਈਆਂ ਨੇ। ਆ ਜਾਓ ਪੁੱਤ। ਕਾਕੇ, ਕੱਲ 11 ਵਜੇ ਖਗੂੜੇ ਨੇ ਆਉਣਾ, ਤੂੰ ਉਹਦੇ ਨਾਲ ਜਾ ਕੇ ਆਪਦੀ ਵਿਆਹ ਦੀ ਖਰੀਦੋ ਫਰੋਖਤ ਕਰਨੀ ਹੈ। ਠੀਕ ਹੈ ਬੇਬੇ। ਨਵੀ, ਕੱਲ 10:30 ਵਜੇ ਸਿੰਘਾੜਾ ਵੀਰ ਜੀ ਨੇ ਆਉਣਾ, ਤੂੰ ਉਹਨਾਂ ਦੇ ਨਾਲ ਆਪਣੀ ਵਿਆਹ ਦੀ ਸ਼ਾਪਿੰਗ ਕਰਨ ਜਾ ਰਿਹਾ, ਸਮਝਿਆ? ਠੀਕ ਹੈ ਮੰਮੀ। ਲਓ ਜੀ, ਰੈਡੀ ਰਹੀ, ਲੱਗ ਗਈ ਬਾਰਡਰ ਤੇ ਜੰਗ। ਮੈਂ ਖਗੂੜੇ ਨੂੰ ਪਹਿਲਾਂ ਕਿਹਾ ਹੋਇਆ, ਆਏ ਗਏ ਦਾ ਲਿਹਾਜ਼ ਤੇ ਕਰਿਆ ਕਰ ਬੇਬੇ। ਆਇਆ ਕਿਆ ਕਿਹੜਾ, ਇਹ ਤਾਂ ਕਾਕੇ ਦੀਆਂ ਫਰੈਂਡਾਂ ਨੇ, ਇਹ ਵੀ ਦੇਖ ਲੈਣ ਤੂੰ ਕੀ ਖਿਚੜੀ ਪਕਾਉਣੀ ਹੈ। ਖਿਚੜੀ? ਮੈਂ ਕਿਹੜੀ ਤੁਹਾਡੀ ਜ਼ਮੀਨ ਆਪਣੇ ਨਾਂ ਲਿਖਾ ਲਈ ਹੈ? ਮੇਰੇ ਸਾਹਮਣੇ ਨਾ ਬਹੁਤੀ ਪੜ੍ਹੀ ਲਿਖੀ ਬਣ। ਉਹ ਤੇ ਮੈਂ ਹਾਂ, ਤੁਸੀਂ ਜੇ 2.5 ਜਮਾਤ ਪੜ੍ਹੇ ਹੋ ਤੇ ਇਹਦੇ ਵਿੱਚ ਮੇਰਾ ਕੀ ਕਸੂਰ? ਜੇ ਮੈਂ 2.5 ਜਮਾਤਾਂ ਪਾਸ ਹਾਂ ਤਾਂ ਮੇਰੇ ਪਿਓ ਨੇ ਉਸ ਵੇਲੇ 2.25 ਲੱਖ ਰੁਪਇਆ ਦਾਜ ਦਿੱਤਾ ਸੀ। ਦਾਜ ਲੈਣਾ ਜੁਰਮ ਹੈ? ਮੇਰੇ ਪਿਓ ਨੇ ਮੇਰੀ ਪੜ੍ਹਾਈ ਤੇ ਖਰਚ ਕੀਤਾ, ਮੈਂ ਕਹਿੰਦੀ ਕਹਾਂਦੀ ਵਕੀਲ ਆ। ਜੇ ਮੈਂ ਘੱਟ ਪੜ੍ਹੀ ਆ, ਮੈਂ ਕੁਛ ਸੁਧਰੀ ਨੀ। ਚੰਗਾ, ਮੈਂ ਕਦੋਂ ਗਿਆ? ਹੋ ਵੀ ਸਕਦੀ, ਕੁੜੀਆਂ ਸਾਹਮਣੇ ਬਣ ਬਣ ਦਿਖਾਉਂਦੀ ਹੈ, ਖੌਸੜੀ ਨਾ ਖਾਲੀ ਕਿਸੇ ਦਿਨ ਮੈਂ ਤੋਂ। ਨਵੀ, ਤੂੰ ਸਹੀ ਕਹਿੰਦਾ ਸੀ, ਇੱਕ ਸ਼ੇਰਨੀ ਤੇ ਦੂਜੀ 2.25 ਸ਼ੇਰਨੀ, ਹੁਣ ਆਪਾਂ ਕੀ ਕਰਾਂਗੇ? ਕੋਈ ਗੱਲ ਨੀ, ਪਾ ਦੇਂਗੇ ਤੋਤੇ ਪਿੰਜਰੇ ਚ। ਲਾਡੋ, ਤੂੰ ਏਦਾਂ ਕਰ, ਤੂੰ ਮੰਮੀ ਤੇ ਬੇਬੇ ਤੋਂ ਸ਼ਾਪਿੰਗ ਦੇ ਪੈਸੇ ਲੈ, ਆਪਾਂ ਸ਼ਾਪਿੰਗ ਕਰਾਵਾਂਗੇ ਨਾਲੇ ਇਕੱਠੇ ਟਾਈਮ ਸਪੈਂਡ ਕਰ ਲਾਂਗੇ। ਕਿਉਂ, ਕਿੱਦਾਂ ਲੱਗਿਆ ਆਈਡੀਆ? ਤੂੰ ਗੱਲੀ ਵੇਖਣ ਨੂੰ ਹੀ ਨਹੀਂ, ਤੂੰ ਤਾਂ ਸੋਚਦੀ ਬਹੁਤ ਘੈਂਟ ਆ ਯਾਰ। ਏਦਾਂ ਹੀ ਆ, ਸ਼ਾਦੀ ਕਰਵਾ ਲਈ, ਫਿਕਰ ਨਾ ਕਰੋ, ਤੁਸੀਂ ਦੱਸੋ ਕੀ ਚਾਹੀਦਾ। ਨਾਲ ਨਾਲ ਆਪਣੇ ਵੀ ਵੇਖੀ ਜਾ, ਫਿਰ ਮੌਕੇ ਤੇ ਤੇਰੇ ਭਾਬੀ ਵਾਲੇ ਮੇਜ ਵੀ ਨਹੀਂ ਆਉਣਾ। ਦੱਸੋ ਭਾਬੀ ਜੀ ਕੀ ਲੈਣਾ, ਸੂਟ ਸਾੜੀ ਲਹਿੰਗਾ ਦੁਪੱਟਾ ਹਰਾ ਪੀਲਾ ਨੀਲਾ ਖੱਟਾ, ਜੋ ਕਹੋਗੇ ਤੁਹਾਡੇ ਵਾਸਤੇ ਹੀ ਆ। ਆ ਛੋਟੂ ਚਾਹ ਲੈ ਗਿਆ ਵੀਰ ਜੀਆਂ ਵਾਸਤੇ? ਹਾਂ, ਮਿੱਠਾ ਘੱਟ ਰੱਖੀ, ਅੱਜ ਕੱਲ ਸ਼ੂਗਰ ਸਾਰਿਆਂ ਨੂੰ ਹੈ। ਆ ਕਿਸ ਰੇਂਜ ਚ? ਰੇਂਜ ਵਾਲੀ ਕਿਹੜੀ ਗੱਲ ਹੈ ਭਾਬੀ ਜੀ, ਹੈ ਤੁਹਾਡੀ ਰੇਂਜ ਤੋਂ ਬਾਹਰ ਹੈ ਕੁਛ? ਆ ਵੀਰ ਜੀ ਨਾਲ ਬੈਠੇ ਨੇ, ਤੁਹਾਡੀ ਤੇ ਜੁੜੀ ਜੱਚਦੀ ਉਹ ਬੜੀ ਹੈ, ਫਿਕਰ ਨਾ ਕਰੋ, ਰੇਂਜ ਰੂੰਜ ਵਾਲੀ ਗੱਲ ਛੱਡੋ। ਓਏ ਤਾਂ ਭੀੜ ਵਾਲੀ ਲਾਰੀ ਵਿੱਚ ਧੱਕੇ ਨਾਲ ਹੀ ਸੀਟ ਲੱਗ ਕੇ ਬਹਿ ਗਈ, ਇਹਦਾ ਨਾਮ ਤਾਂ ਹੈ ਹੀ ਨਹੀਂ ਉਹ ਲਿਸਟ ਵਿੱਚ ਜਿਹੜੇ ਕਾਰਡਾਂ ਤੇ ਛਪਣੇ ਆ। ਜੀ ਵੀਰ ਜੀ, ਨਹੀਂ ਤਾਂ ਉਹਨਾਂ ਦੋਵਾਂ ਨੇ ਆਉਣਾ ਸੀ ਮੇਰੇ ਨਾਲ ਜੋਬ ਨਹੀਂ ਕਰਨੇ ਤੇ। ਅੱਛਾ, ਹੋਰ ਕੀ, ਉਹ ਵਿਚਾਰੀਆਂ ਘਰੇ ਬੈਠੀਆਂ ਨੇ, ਇਹ ਤੀਜੀ ਵੇਲੀ ਹੋ ਗਈ ਆ ਗਈ ਮੇਰੇ ਨਾਲ, ਇਹ ਤਾਂ ਉਹੀ ਗੱਲ ਹੋਈ ਨਾ, ਅਗੇ ਸੱਦੀ ਨਾ ਬੁਲਾਈ ਮੈਂ ਲਾੜੀ ਦੀ ਸਾਈ। ਉਹ ਤਾਂ ਸੀਰੀਅਸ ਹੀ ਲੱਗੀ। ਉਹ ਯਾਰ ਮਜ਼ਾਕ ਕਰਦਾ ਸੀ, ਤੂੰ ਤਾਂ ਗੁੱਸਾ ਹੀ ਕਰ ਗਈ। ਓ ਯਾਰ ਅਵੀਰ ਜੀ, ਗੱਲ ਤੇ ਸੁਣੋ ਭੈਣ ਜੀ। ਓ ਮਾਹੀ, ਓ ਹੈਲੋ, ਓ ਯਾਰ ਤੂੰ
ਸਾਡੀ ਥਾਂ ਤੇ ਆ ਕੇ ਸੱਜਣਾ ਖੜਜੇ ਨਾ ਕਿਤੇ ਹੋਰ ਕੋਈ ਮੇਰੇ ਹੱਥ ਚੋਂ ਖੋ ਕੇ ਤੇਰਾ ਹੱਥ ਫੜ ਜੇ ਨਾ ਕਿਤੇ ਹੋਰ ਕੋਈ ਅਸੀਂ ਖੁਸ਼ੀਆਂ ਨੂੰ ਚਿਹਰਾ ਬਾਅਦ ਮਿਲਿਆ ਵੇ ਬਸ ਇਸੇ ਗੱਲ ਤੋਂ ਡਰਾਂ ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਲੰਕਰ ਤਰੀਕਾ ਦੀ ਤਰ੍ਹਾਂ ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਲੰਕਰ ਤਰੀਕਾ ਦੀ ਤਰ੍ਹਾਂ ਦਿਸਦਾ ਵਾ ਜਿਹੜਾ ਲੱਗੇ ਸਾਡੇ ਵੱਲ ਦਾ ਕਿਸੇ ਗੱਲ ਦਾ ਪਤਾ ਨਾ ਲੱਗੇ ਕਿਉਂ ਦਿਲ ਘਬਰਾਉਂਦਾ ਕੱਲ ਦਾ ਤੇਰੇ ਬਿਨਾਂ ਨਾ ਜੇ ਹੋਣਾ ਕਿਤੇ ਬਹਿ ਜਾਵੇ ਓਏ ਹੀ ਸੋਚ ਸੋਚ ਕੇ ਮਰਾਂ ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਲੰਡਰ ਤਰੀਕਾਂ ਦੀ ਤਰ੍ਹਾਂ ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਲੰਡਰ ਤਰੀਕਾਂ ਦੀ ਤਰ੍ਹਾਂ ਅਸੀਂ ਮੁੱਕਰੇ ਬੇਸ਼ੱਕ ਗੋਲੀ ਮਾਰਦੀ ਓਏ ਬਿਨਾਂ ਦੱਸੇ ਹੋਈ ਨਾ ਪਰਾਂ ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਲੰਡਰ ਤਰੀਕਾਂ ਦੀ ਤਰ੍ਹਾਂ ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਲੰਡਰ ਤਰੀਕਾਂ ਦੀ ਤਰ੍ਹਾਂ ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਲੰਡਰ ਤਰੀਕਾਂ ਦੀ ਤਰ੍ਹਾਂ ਤੁਸੀਂ ਦੋਨੋਂ ਰੁੱਸੇ ਹੋਏ ਹੋ ਉਹ ਯਾਰ ਗੱਲ ਕਿਉਂ ਨਹੀਂ ਕਰ ਰਹੇ ਕੱਲ ਦੇ ਯਾਰ ਜੇ ਤੁਸੀਂ ਆਪਸ ਵਿੱਚ ਹੀ ਏਦਾਂ ਲੜਦੇ ਰਹੇ ਇੱਕ ਦੂਜੇ ਨੂੰ ਨਹੀਂ ਸਮਝ ਸਕੇ ਤਾਂ ਫਿਰ ਲੋਕਾਂ ਨੂੰ ਆਪਣਾ ਪਿਆਰ ਕਿਵੇਂ ਅੰਡਰਸਟੈਂਡ ਕਰਾਉਂਗੇ ਫਿਰ ਤਾਂ ਹੋ ਗਿਆ ਤੁਹਾਡੇ ਦੋਹਾਂ ਦਾ ਵਿਆਹ ਰਹਿਣ ਦੇ ਕੰਗਨ ਇਹਨੂੰ ਕੀ ਫਰਕ ਪੈਂਦਾ ਇਹਦੇ ਤਾਂ ਦੋ ਦੋ ਵਿਆਹ ਹੋ ਹੀ ਰਹੇ ਨਾ ਮੇਰੇ ਤੇ ਕੀ ਬੀਤ ਰਹੀ ਹੈ ਇਹਨੂੰ ਕੀ ਪਤਾ ਇਹਨੂੰ ਤਾਂ ਬਸ ਮਖੌਲ ਸੋਚ ਰਿਹਾ ਉਹ ਯਾਰ ਗੱਲਾਂ ਗੱਲਾਂ 'ਚ ਮੇਰੇ ਤੋਂ ਗੱਲ ਕਹਿ ਹੋਗੀ ਤੈਨੂੰ ਪਤਾ ਤਾਂ ਹੈ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਅੱਛਾ ਜੀ ਜੇ ਤੁਸੀਂ ਪਿਆਰ ਕਰਦੇ ਹੋ ਤੇ ਮੈਂ ਕੀ ਕਰਦੀ ਹਾਂ ਨਫ਼ਰਤ ਕੰਗਣ ਇਹਨੂੰ ਕਹਿ ਦੇ ਜੇ ਇਹਦਾ ਵਿਆਹ ਮੇਰੇ ਨਾਲ ਨਾ ਹੋਇਆ ਨਾ ਤੇ ਪਹਿਲੀ ਗੋਲੀ ਇਹਦੇ ਤੇ ਦੂਜੀ ਆਪਣੇ ਮਾਰੂ ਮੈਂ ਪਾਪਾ ਦਾ ਪਿਸਟਲ ਨਾਲ ਲੈ ਕੇ ਆਈ ਹਾਂ ਆਹ ਦੇਖ ਲਾ ਕੰਗਣ ਦੋ ਸ਼ੇਰਨੀਆਂ ਪਹਿਲਾਂ ਹੀ ਘਰੇ ਦੀ ਗਈਆਂ ਆਹ ਤੀਸਰੀ ਵੀ ਆ ਗਈ ਸਵੇਰੇ 5 ਵਜੇ ਉੱਠ ਕੇ ਧਾਰਾਂ ਚੋਲੀ ਧਾਰਾਂ ਚੋ ਕੇ ਪੱਠੇ ਪਾਲੀ ਪੱਠੇ ਪਾ ਕੇ ਗਾਵਾਂ ਕੋਲੇ ਜਾਵੜੀ ਗਾਵਾਂ ਨੂੰ ਪਾਣੀ ਪਿਆ ਦੀ ਉਦੋਂ ਬਾਅਦ ਦਾਣਾ ਪਾ ਦੀ ਮੁਰਗੀਆਂ ਨੂੰ ਦਾਣਾ ਪਾ ਕੇ ਖੇਤ ਜਾਵੜੀ ਮੋਟਰ ਚਲਾ ਕੇ ਪਾਣੀ ਲਾ ਲਈ ਪਾਣੀ ਲਾ ਕੇ ਪੱਠੇ ਵੜ ਲਈ ਪੱਠੇ ਵੜ ਕੇ ਕਬੂਤਰਾਂ ਨੂੰ ਛਾਵੇਂ ਲਾ ਲਈ ਓ ਸੰਜੇ ਦੱਤ ਪਿਆਰ ਨਾਲ ਗੁੱਸੇ ਨਾਲ ਨੀ ਇਹ ਧੂੜ ਮੇਰੇ ਕੱਪੜਿਆਂ ਤੇ ਤਾਂ ਕੀ ਆਪਣੇ ਕੱਟੇ ਵਛਿਆਂ ਤੇ ਨਹੀਂ ਪੈਣੀ ਚਾਹੀਦੀ ਸਮਝ ਗਿਆ ਕੰਮ ਜਿੰਨੇ ਮਰਜ਼ੀ ਕਰਵਾ ਲੈ ਪਰ ਵਾਅਦੇ ਤਾਂ ਨਾ ਮੁੱਕਰੀ ਮਾਂ ਨਹੀਂ ਖੇੜੇ ਵਾਲੇ ਸਰਪੰਚ ਤੇ ਬਾਪੂ ਨੂੰ ਜ਼ਰੂਰ ਮਿਲਾ ਦੀ ਲੈ ਗੁੱਗੂ ਗਿੱਲ ਸਾਹਿਬ ਉਹ ਤਾਂ ਰੋਜ਼ ਆਉਂਦੇ ਆਪਣੇ ਘਰੇ ਹੈ ਸੱਚੀ ਉਹ ਟੀਵੀ 'ਚ ਔਰ ਭਾਬੀ ਇਹ ਨਿਊ ਮੈਨ ਕੌਣ ਹੈ ਮੈਨੂੰ ਲੱਗਦਾ ਬੇਬੇ ਨੇ ਬੱਠਲ ਦੀ ਪ੍ਰਮੋਸ਼ਨ ਕਰਤੀ ਨਹੀਂ ਨਹੀਂ ਇਹ ਤਾਂ ਬੱਠਲ ਦੀ ਮਾਸੀ ਦਾ ਮੁੰਡਾ ਟੋਕਰਾ ਬੱਠਲ ਨੇ ਨਾਲ ਕੰਮ ਕਰਨ ਲਈ ਬੁਲਾਇਆ ਅੱਛਾ ਵਕੀਲ ਸਾਹਿਬ ਮੇਰੇ ਕੇਸ ਦਾ ਕੀ ਬਣਿਆ ਜੋ ਬਾਕੀਆਂ ਦਾ ਇਹਦਾ ਮਤਲਬ ਮੇਰੇ ਕੇਸ ਦਾ ਵੀ ਕੁਝ ਨਹੀਂ ਬਣਨਾ ਉਹ ਨਹੀਂ ਛਦਾਈਆ ਤੇਰੇ ਕੋਲ ਪੈਸਾ ਬੋਆ ਕੋਈ ਹੈਗਾ ਐਵੇਂ ਥੋੜੀ ਕੋ ਮਸਲੇ ਹੱਲ ਹੁੰਦੇ ਹਾਂ ਜੇ ਕੋਈ ਜੇਬ 'ਚ ਹੱਥ ਮਾਰਿਆ ਮੈਂ ਤਾਂ ਵਕੀਲ ਸਾਹਿਬ ਗਰੀਬ ਜਿਹਾ ਬੰਦਾ ਹੈ ਜੀ ਯਾ ਹੀ ਚੱਕੀ ਫਿਰਦਾ ਚੱਲ ਕੋਈ ਗੱਲ ਮਸਲੇ ਹੱਲ ਕਰਦੇ ਨਿਕਲ ਜਾਓ ਇੱਧਰ ਹੋ ਜਾਓ ਮਿੰਟੋ ਪਹਿਲਾਂ
ਵਕੀਲ ਸਾਹਿਬ ਮੈਂ ਚੰਡੀਗੜ੍ਹ ਪੜ੍ਹਦਾ ਜੀ, ਮੈਨੂੰ ਪਤਾ ਚੱਲਿਆ ਸਾਡੀ ਜ਼ਮੀਨ ਤੇ ਕੋਈ ਕਬਜ਼ਾ ਕਰਕੇ ਕਲੋਨੀ ਕੱਟ ਰਿਹਾ। ਕਾਗਜ਼ ਤਾਂ ਤੇਰੇ ਬਿਲਕੁਲ ਠੀਕ ਨੇ, ਐ ਕਿਵੇਂ ਕਰ ਲਓ ਕੋਈ ਕਬਜ਼ਾ ਉਹਦੇ ਬਾਪ ਦਾ ਰਾਜਾ। ਛੋਟੂ ਆ ਇੱਕ ਸੈੱਟ ਫੋਟੋ ਸਟੇਟ ਕਰ ਇਹਦਾ। ਇਹ ਬੰਦਾ ਹੈ ਕੌਣ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਕਲੋਨੀਆਂ ਕੱਟ ਰਿਹਾ ਹੈ? ਕੋਈ ਮੌੜ ਨਾ ਦਾ ਜੀ। ਮੌੜ ਕਿਤੇ ਸ਼ਿੰਗਾਰਾ ਮੌੜ ਤਾਂ ਨਹੀਂ? ਉਹ ਕਾਲਾ ਜਿਹਾ ਲਮਟੀ ਜਿਹਾ ਸ਼ਾਇਦ ਉਹੀ ਹੈ ਜੀ। ਕੋਈ ਨਾ, ਫਿਰ ਹੁਣ ਬਣਾਉਂਦੇ ਉਹਨੂੰ ਬੰਦੇ ਦਾ ਪੁੱਤ। ਤੂੰ ਫਿਕਰ ਨਾ ਕਰ, ਹੁਣ ਨੀ ਕਬਜ਼ਾ ਹੋਣ ਦਿੰਦੇ ਤੇਰੀ ਜ਼ਮੀਨ ਤੇ। ਹੁਣ ਤਾਂ ਮੇਰਾ ਪਰਸਨਲ ਸਮਝ ਲਾ ਕੇਸ ਬਣ ਗਿਆ ਤੇ ਮੈਂ ਕੇਸ ਦੇ ਪੈਸੇ ਵੀ ਨਹੀਂ ਲੈਂਦਾ। ਦੇਖਦੇ ਆ ਕਿਵੇਂ ਕਰਦਾ ਕਬਜ਼ਾ ਤੇਰੀ ਜ਼ਮੀਨ ਤੇ। ਇਹਦਾ ਕਲਰ ਵੇਖ, ਸੋਹਣਾ ਰੰਗ। ਪਰ ਤੇਜ ਆਂਟੀ ਦਾ ਕਾਰਡ ਵੀ ਸੇਮ ਨਹੀਂ। ਐਂਡਾ ਵੀ ਸੋਹਣਾ ਨਹੀਂ। ਇਹ ਕੀ ਸੋਚਦੀ ਹੈ ਵੀ ਕਾਰਡ ਛਪਵਾ ਕੇ ਮੈਂ ਕਾਕੇ ਦਾ ਵਿਆਹ ਕਰ ਲੂੰਗੀ? ਮੈਂ ਕਾਕੇ ਦਾ ਵਿਆਹ ਉੱਥੇ ਹੀ ਕਰੂੰਗੀ ਜਿੱਥੇ ਮੈਂ ਪੱਕਾ ਕੀਤਾ, ਜਵਾਕਾਂ ਕਰਕੇ ਰੱਖੀ ਹੋਈ ਹੈ, ਨਹੀਂ ਤਾਂ ਪਤਾ ਨਹੀਂ ਘਰੋਂ ਕੱਢ ਦਿੰਦੀ ਮੈਂ। ਆਂਟੀ ਤਾਂ ਤੁਹਾਨੂੰ ਕੁਛ ਨਹੀਂ ਕਹਿੰਦੇ। ਬਥੇਰਾ ਕੁਛ ਕਹਿ ਲਿਆ ਜਿਹੜਾ ਜਵਾਨੀ ਚ ਕਹਿਣਾ ਸੀ। ਇਹਦੀਆਂ ਬਿੱਲੀ ਅੱਖਾਂ ਨੇ ਮੇਰਾ ਪੁੱਤ ਵੱਟ ਲਿਆ। ਇਹ ਜਵਾਨ ਦੀ ਮਿੱਠੀ ਹੈ ਪਰ ਹੈ ਬੜੀ ਤਿੱਖੀ। ਜਦ ਮੈਂ ਸੁਰਿੰਦਰ ਨੂੰ ਪਿਆਰ ਕੀਤਾ ਬੜੇ ਸੁਪਨੇ ਸਚਾਏ ਸੀ, ਪਰ ਜਿਹੜੀ ਗੱਲ ਤੋਂ ਮੈਨੂੰ ਫਕਰ ਹੁੰਦਾ ਸੀ, ਇਸ ਘਰ ਜਾ ਕੇ ਬੇਬੇ ਦੇ ਕਾਰਨ ਮੈਨੂੰ ਗੁਨਾਹ ਲੱਗਣ ਲੱਗ ਪਿਆ। ਬਸ ਹੁਣ ਸੁਰਿੰਦਰ ਦੀਆਂ ਯਾਦਾਂ ਤੇ ਬੱਚਿਆਂ ਦੇ ਸਹਾਰੇ ਦਿਨ ਕੱਟ ਰਹੀ ਹਾਂ। ਉਹ ਯਾਰ ਕਿੱਥੇ ਸੀ ਹੁਣ ਤੱਕ? ਉਹ ਯਾਰ ਮੰਮੀ ਤੇ ਬੇਬੇ ਕੋਲ ਬੈਠੀ ਸੀ। ਅੱਛਾ, ਕੀ ਕਹਿੰਦੀਆਂ ਫਿਰ ਦੋਵੇਂ ਸ਼ੇਰਨੀਆਂ? ਲਾਡੋ ਆਪਾਂ ਸਹੀ ਕਰ ਰਹੇ ਹਾਂ। ਉਹ ਯਾਰ ਤੂੰ ਇਹਨਾਂ ਦੀਆਂ ਗੱਲਾਂ ਸੁਣਾ ਦੀ। ਉਹ ਇਹ ਦੋਵੇਂ ਇੱਕ ਤੋਂ ਇੱਕ ਵੱਧ ਨੇ, ਜੇ ਬੇਬੇ ਦੀ ਸੁਣੇਗੀ ਤਾਂ ਮੰਮੀ ਗਲਤ ਲੱਗੂਗੀ, ਜੇ ਮੰਮੀ ਦੀ ਸੁਣੇਗੀ ਤਾਂ ਬੇਬੇ। ਯਾਰ ਮੈਂ ਵੀ ਇੱਕ ਔਰਤ ਹਾਂ, ਉਹ ਦੋਨੋਂ ਆਪਣੀ ਜਗ੍ਹਾ ਸਹੀ ਨੇ। ਮੈਨੂੰ ਤਾਂ ਕਈ ਵਾਰੀ ਏਦਾਂ ਲੱਗਦਾ ਆਪਾਂ ਦੋਨੋਂ ਗਲਤ ਹਾਂ। ਉਹ ਤੂੰ ਛੱਡ ਯਾਰ ਸਾਰੀਆਂ ਗੱਲਾਂ ਨੂੰ। ਇਹ ਕੀ ਕਰ ਰਹੇ ਹਾਂ? ਉਹ ਮੈਨੂੰ ਵੇਖ ਤਾਂ ਲੈਣ ਦੇ ਕਿ ਵਿਆਹ ਵਾਲੇ ਜੋੜੇ ਦੀ ਕਿੰਨੀ ਸੋਹਣੀ ਲੱਗੇਗੀ। ਅੱਛਾ, ਕਿੰਨੀ ਸੋਹਣੀ ਲੱਗ ਰਹੀ ਹੈ ਫਿਰ? ਜਮਾਂ ਹੀ ਸਿਆਲਾਂ ਦੀ ਹੀਰ। ਇਹ ਸਭ ਰਹਿਣ ਦੇਣਾ ਯਾਰ, ਤੂੰ ਮੈਨੂੰ ਇਹ ਦੱਸ ਅੱਗੇ ਕੀ ਕਰਨਾ ਹੈ? ਤੇਰੇ ਦੋਨੋਂ ਸ਼ੇਰਨੀਆਂ ਕਹਿਣਾ ਆਪਣੀ ਸਾਰੀਆਂ ਸਕੀਮਾਂ ਫੇਲ ਹੋ ਰਹੀਆਂ। ਯਾਰ ਮੇਰੇ ਕੋਲ ਇੱਕ ਹੋਰ ਸਕੀਮ ਆ। ਅੱਛਾ, ਤੂੰ ਦੋਵੇਂ ਸ਼ੇਰਨੀਆਂ ਨੂੰ ਇਮਪ੍ਰੈਸ ਕਰ ਤੇ ਜੇ ਤੂੰ ਉਹਨਾਂ ਨੂੰ ਪਸੰਦ ਆ ਗਈ ਫਿਰ ਮੈਂ ਆਪੇ ਕਹਿ ਦੂੰ ਮੈਂ ਤਾਂ ਵਿਆਹ ਮਾਹੀ ਨਾਲ ਹੀ ਕਰਾਉਣਾ ਆ। ਕੀ ਬਾਤ ਹੈ, ਤੂੰ ਤਾਂ ਮੇਰੇ ਨਾਲ ਰਹਿ ਕੇ ਬੜਾ ਦਲੇਰ ਹੋ ਗਿਆ। ਅੱਛਾ ਜੀ, ਉਹ ਗੱਲ ਤਾਂ ਸੋਹਣਾ। ਸਵਿਟਜ਼ਰਲੈਂਡ ਤੋਂ ਆਇਆ ਨਵੀਂ ਦੇ ਵਿਆਹ ਵਾਸਤੇ। ਹਾਂਜੀ ਹਾਂ, ਆਜੋ ਆਜੋ ਆਜੋ। ਯਾਰ ਰੱਬ ਜੀ, ਉਹ ਦੇਖੀ ਉਹ ਰੱਬਾ, ਕਿਤੇ ਇਸ ਬੂਟੇ ਨੂੰ ਬਿਨਾਂ ਪਾਣੀ ਦਿੱਤੇ ਨਾ ਸਿਖਾਣੀ। ਵੈਸੇ ਤਾਂ ਤੂੰ ਕਦੇ ਪਿੱਠ ਦਿਖਾਈ ਨੀ, ਪਰ ਜੇ ਕਿਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਖੰਗੂੜੇ ਦੀ ਯਾਦਾਸ਼ਤ ਨੂੰ ਨਿਸ਼ਚਤ ਕਰਦੇ ਤੇ ਪਿੰਕੀ ਨੂੰ ਨਵੀਂ ਦੇ ਪਾਦੇ ਪੱਲੇ ਤੇ ਬੂਟੇ ਦੀ ਹੱਲੀ ਨਾ ਹੋ ਜੇ ਪੱਲੇ ਹੀ ਪੱਲੇ, ਤੇਰੇ ਜਿਹਾ ਕੋਈ ਨੀ। ਵੈਸੇ ਤੂੰ ਆਪਣੇ ਭਗਤ ਦੀ ਗੱਲ ਕਦੇ ਮੋੜੀ ਤਾਂ ਨਹੀਂ ਆਪਣੇ? ਹੈਲੋ, ਉਹ ਗੱਲ ਸੁਣ। ਹਾਂਜੀ ਸਰ। ਉਹ ਛੋਟੂ, ਉਹ ਬੜਾ ਸੋਹਣਾ ਲੱਗਦਾ, ਉਹ ਸ਼ਾਮੀ ਕੀ ਕਰਦਾ? ਭਾਜੀ ਮੈਂ ਇਹੋ ਜਿਹਾ ਨਹੀਂ ਹੈਗਾ। ਉਹ ਨਹੀਂ, ਮੇਰਾ ਮਤਲਬ ਕਹਿਣ ਦਾ ਸ਼ਾਮੀ ਕੀ ਕੰਮ ਕਰਦਾ? ਉਹ ਭਾਜੀ ਮੁੰਸ਼ੀਆਂ ਨੇ ਮੁੰਸ਼ੀਗਿਰੀ ਕਰਨੀ ਹੁੰਦੀ ਆ, ਆ ਹੋਰ ਕੀ ਕਰਨਾ। ਉਹ ਗੱਲ ਸੁਣ, ਜੇ ਤੈਨੂੰ ਮੁਫਤ ਵਿੱਚ ਵਿਆਹ ਦਿਖਾਵਾਂ, ਉਹ ਲੱਡੂ ਤੇ ਜਲੇਬੀਆਂ ਖਾ ਲਈ? ਉਹ ਭਾਜੀ ਐਵੇਂ ਕਿਸੇ ਬੇਗਾਨੇ ਵਿਆਹ 'ਚ ਫ੍ਰੀ ਦਾ ਖਵਾਉਣ ਦੀ ਥਾਂ ਕਿਤੇ ਜੁੱਤੀਆਂ ਹੀ ਨਾ ਖਵਾ ਦਿਓ। ਉਹ ਮੇਰੀ ਗੱਲ ਤਾਂ ਸੁਣ ਛੋਟੂ। ਉਹ ਗੱਲ ਸੁਣ, ਇਹੋ ਜਿਹੀ ਨੀ ਗੱਲ, ਉਹ ਮੇਰੀ ਸਕੀ ਭੂਆ ਦੇ ਮੁੰਡੇ ਦਾ ਵਿਆਹ ਹੈ, ਠੀਕ ਹੈ? ਉੱਥੋਂ ਜੋ ਮਰਜ਼ੀ ਖਾਵੀ, ਚਾਹੇ ਚਾਟ ਚਾਹੇ ਟਿੱਕੀ ਚਾਹੇ ਦਹੀਂ ਕਦੇ ਭੱਲਾ ਖਾਓ ਪੀਓ ਇਸ ਤਰ੍ਹਾਂ ਮਿੱਤਰ।
ਗਲੈਮਰ ਵੇ ਬੂਟਿਆ ਵੇ ਮੈਂ ਆਪ ਦਾ ਅਮਲੀ ਤਾਂ ਛੱਡਤਾ ਵੇ ਤੂੰ ਹੀ ਮੇਰੇ ਨਾਲ ਵਿਆਹ ਕਰਾ ਲੈ ਓ ਅੱਛਾ ਜੀ ਨਾ ਕੋਈ ਵਿਚੋਲਾ ਬਣਿਆ ਨਾ ਕੋਈ ਜੰਮ ਚੜਿਆ ਇਹ ਮੁਕਲਾਵਾ ਸਿੱਧਾ ਇਧਰ ਆਉਂਦਾ ਤੈਨੂੰ ਘਰ ਬੈਠੇ ਨੂੰ ਪੱਕੀਆਂ ਪਕਾਈਆਂ ਰੋਟੀਆਂ ਆ ਖੇਲਣ ਨੂੰ ਦੋ ਜਵਾਕ ਨਾ ਹੋਰ ਤੂੰ ਕੀ ਭਾਲਦਾ ਓ ਵਾਹ ਲੈ ਫਿਰ ਸੁਣ ਨੀ ਕਿੰਨੀ ਆ ਮਗਿਆਈ ਪਰੀ ਤੋਂ ਕਿਹੜਾ ਵਿਆਹ ਕਰਵਾਵੇ ਆਟਾ ਦਾਲ ਤੇ ਗੰਡੇ ਮਹਿੰਗੇ ਤੜਕਾ ਕਿਹੜਾ ਲਾਵੇ ਕੱਲੇ ਸੌਣ ਦੀ ਮੌਜ ਬੜੀ ਐ ਮੰਜੇ ਕਿਹੜਾ ਡਾਵੇ ਉਹ ਜਿੰਦ ਮੇਰੀ ਨੂੰ ਮੌਜ ਬੜੀ ਐ ਉਹ ਜਿੰਦ ਮੇਰੀ ਨੂੰ ਮੌਜ ਬੜੀ ਐ ਨਾ ਕੋਈ ਫਿਕਰ ਨਾ ਫਾਕਾ ਨੀ ਵੇੜੇ ਛੜਿਆਂ ਦੇ ਨਾ ਗੁੱਡੀ ਨਾ ਕਾਕਾ ਨੀ ਵੇੜੇ ਛੜਿਆਂ ਦੇ ਨਾ ਗੁੱਡੀ ਨਾ ਕਾਕਾ ਨੀ ਵੇੜੇ ਛੜਿਆਂ ਦੇ ਖੜ ਜਾ ਤੂੰ ਮੈਂ ਬੋਲੀ ਤਾਂ ਤੂੰ ਬੋਲੀ ਆ ਕੀ ਲੱਛਣ ਫੜੇ ਨੇ ਨਹੀਂ ਕੁੜੀਓ ਕੀ ਹੜ ਹੜ ਲਾਈ ਆ ਸੰਗ ਕਰਿਆ ਕਰੋ ਕੁਛ ਦੋ ਪੈਗ ਲਾ ਕੇ ਲੱਗਦਾ ਹੋਏ ਸਾਰਾ ਪਿੰਡ ਮਿੱਤਰਾਂ ਦਾ ਦੋ ਪੈਗ ਲਾ ਕੇ ਬੇੜੇ ਦੇ ਵਿੱਚ ਵਜੇ ਢੋਲਕੀ ਬੇਬੇ ਪਾਉਂਦੀ ਲੁੱਡੀਆਂ ਮੇਰੇ ਪੋਤੇ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਮੇਰੇ ਪੋਤੇ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਮੈਂ ਤਾਂ ਨੱਚ ਨੱਚ ਪੱਟ ਦੂੰਗੀ ਵੇੜਾ ਕੁੜੀਓ ਕੋਈ ਰੋਕ ਕੇ ਤਾਂ ਦੇਖੇ ਅੱਜ ਮੈਨੂੰ ਕੁੜੀਓ ਕੋਈ ਰੋਕ ਕੇ ਤਾਂ ਦੇਖੇ ਅੱਜ ਮੈਨੂੰ ਕੁੜੀਓ ਬੋਲਦੀਆਂ ਕੁੰਜਾਂ ਕਿਤੇ ਬੋਲਦੇ ਨੇ ਮੋਰਨੀ ਬੋਲਦੀਆਂ ਕੁੰਜਾਂ ਕਿਤੇ ਬੋਲਦੇ ਨੇ ਮੋਰਨੀ ਨੱਚ ਬਰਾਬਰ ਮੇਰੇ ਤੇਰਾ ਦੇਖਾਂ ਅੱਜ ਜੋਰਨੀ ਨੱਚ ਬਰਾਬਰ ਮੇਰੇ ਤੇਰਾ ਦੇਖਾਂ ਅੱਜ ਜੋਰਨੀ ਬਾਰੀ ਬਰਸੀ ਖਟੰਗਿਆ ਸੀ ਖਟਕੇ ਲਿਆਂਦੇ ਛੋਲੇ ਬਾਰੀ ਬਰਸੀ ਖਟੰਗਿਆ ਸੀ ਖਟਕੇ ਲਿਆਂਦੇ ਛੋਲੇ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾ ਓਲੇ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾ ਓਲੇ ਬਾਰੀ ਬਰਸੀ ਖਟੰਗਿਆ ਸੀ ਖਟਕੇ ਲਿਆਂਦੀ ਜੂਮ ਬਾਰੀ ਬਰਸੀ ਖਟੰਗਿਆ ਸੀ ਖਟਕੇ ਲਿਆਂਦੀ ਜੂਮ ਰੱਬਾ ਦੇਵੀ ਨਾ ਇਹਦੇ ਵਰਗੀ ਨੂੰ 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 ਮਾਮਾ ਉਧਰ ਕੀ ਚੱਕੀ ਹੈ ਨਾ ਪੁੱਠਾ ਸਿੱਧਾ ਜਿਹਾ ਹੋ ਕੇ ਭਾਜੀ ਮੇਰਾ ਨਾ ਜੀ ਕਰਦਾ ਰਾਸ ਨੂੰ ਨੱਚਣ ਨੂੰ ਫਿਰ ਠੀਕ ਹੈ ਬੁੜੀਆਂ ਨਾਲ ਫਿਰ ਗਲਤ ਹੈ ਉਹ ਗੱਲ ਸੁਣ ਪਤੰਦਰਾ ਬੇਬੇ ਕੋਲੋਂ ਵੀ ਮੋਰ ਬਣਾਏਗਾ ਹੈ ਇਧਰ ਆ ਕਣ ਕਰ ਤੈਨੂੰ ਸਕੀਮ ਦਈਏ ਉਹ ਵਾਹ ਭਾਜੀ ਮੈਂ ਜਾਨਾ ਕਿਉਂ ਤੇਰੀ ਸਕੀਮ ਆਪੇ ਤੁਰਿਆ ਫਿਰੂ ਕੁੱਟਾ
पुत माही तेरे घर दे ने कोई मुंडा देखा तेरे वास्ते? जे मैं देखा फिर हैरी इधर आ पुत। हां जी भुआ जी। ए मेरे भरा दा पुत है हैरी, स्विट्जरलैंड तो आया, देख किड्डा सोहना। क्यों माही पसंद है? माई चंगी तरह सोच ले कितने ऐवे ना फस जाए। तू मेरे काम में जो टांगड़ रहा हर दिन ही बाईता नहीं होनी तू। एक काम मेमना जाए ते आन के आशिक करना पे पहला ते आशिक काटा है। ओ यार तेरी नहीं गण कर रहा, तेरी यहाँ तो पंजे की हो जा कितने मेरी भी चीची डो बन दे हो। तू बताऊ लेने जा काम कर अपना जाके। तू खाली छुआरे आया बड़ा हीरो की चक्कर है फोन वाला? यार तू हमेशा चेक करी जानी है, एक कहने मेरा दिमाग खादा होया सवेर दा फोन कर करके। तू हरली नाली करवा ली पिया, वैसे भी मेनू बेबे पुछ रही सी कि हैरी मेनू कि लगता है सोना सुनखा है, नाले टोले शोले बनाई फिर दे उत्तो स्विट्जरलैंड रहा है, मैं भी उसने स्विट्जरलैंड जाऊं नाले ऐश करूं। ओहो रुस के मेरी लाडो, देख मेनू व्याह भी उदा तो पता नहीं किवें हो, पर तेरी बेबे दी नो ता मैं ही बनू। यार तू अभी ना जोड़ करी जाया कर, तेनू पता ता है। ओ वाह, ओ हेलो जैम, पूरे कपड़े पाके भी एक्सरसाइज कर सकता है, समाज साड़ी को इज्जत है। बूटा सिंह जी मेरा निकर पाके एक्सरसाइज करने नाल तेरी इज्जत नु की हुंदा? आ गल सुन, तू डोले जे जड़े दिखाना ना, जे मैं अपने नु छट लाती ना डोला किथे आ, हां खड़ जा ते तू बहुत शर्मिंदा होवेगा भाई, तैनू मैं ना दस समझ गया, इन्ने केले खा के तू कब्ज करानी है और एक्सरसाइज। देख भाई हो सकता बरात आवे हो सकता ना आवे। ना आवे मतलब? बेबे दा मतलब है हो सकता चुनी चढ़ा के ले। वीजी बस तुसी शगन तैयार रखियो। बाजी ऐसी दा तैयार होके गला च शगन वाले लिफाफे पाकी समा गया। देख भाई जदों एक फोन दी घंटी बजी बस तुसी तैयार हो। बाजी घंटी बजनी नहीं दिंदे, नाल दी नाल ही पजामे च नाले पए होणगे। शिंगारा जी साडे वल्लों तो पूरी तैयारी है, हुण तुहाडी वारी है। ਸਾਡੇ ਵੱਲੋਂ ਕੋਈ ਟਾਲੀ, ਪਤਾ ਨਹੀਂ ਫੌਜੀ ਬੈਣ ਨੇ ਕਿਹੜੇ ਵੇਲੇ ਚਮਕੀ ਲਈ ਤਰ ਚੱਕ ਲੈਣੀ ਹੈ। ਬੂਟਾ ਸਿੰਘ ਜੀ ਸਾਨੂੰ ਤਾਂ 2 ਸਾਲ ਹੋ ਗਏ ਤਿਆਰੀ ਕਰਦਿਆਂ ਨੂੰ, ਬਸ ਤੁਹਾਡੇ ਵਰਗੇ ਸਬੰਧੀ ਨਹੀਂ ਸੀ ਟੱਕਰੇ। ਬੂਟਾ ਸਿੰਘ ਜੀ ਤੁਹਾਨੂੰ ਤਾਂ ਹੈਗੀ ਚਮਕੀਲੇ ਦੀ ਤਰਜ ਪਸੰਦ, ਤੇ ਮੈਂ ਹੈਗਾ ਸੁਰਿੰਦਰ ਸ਼ਿੰਦੇ ਦਾ ਫੈਨ। ਉਹ ਚਲੋ ਜਿਹਦਾ ਮਰਜ਼ੀ ਫੈਨ ਹੈ, ਅਸੀਂ ਕੀ ਲੈਣਾ, ਪਰ ਜਿਹੜਾ ਵਿਆਹ ਦਾ ਕਬਜ਼ਾ ਇਹ ਤੁਸੀਂ ਹੱਥ ਚ। ਕਾਕਾ ਜੀ ਤੁਸੀਂ ਚੁੱਪ ਕੀਤੇ ਜੇ ਬੈਠੇ ਹੋ, ਜੇ ਤੁਹਾਨੂੰ ਕੋਈ ਹੋਰ ਤਰਜ ਪਸੰਦ ਹੈ ਫੇਰ ਉਹ ਲਵਾ ਦਿਆਂਗੇ। ਹਾਂ ਮੈਨੂੰ ਤਾਂ ਜੀ ਬਸ ਮੰਮੀ ਦੀ ਤਰਜ ਪਸੰਦ ਹੈ। ਆ ਹੋਈ ਨਾ ਗੱਲ, ਮੈਨੂੰ ਵੀ ਮੰਮੀ ਪਸੰਦ ਹੈ। ਕੀ ਮਤਲਬ? ਮੇਰਾ ਮਤਲਬ ਹੈ ਮੰਮੀ ਦੀ ਹਰ ਗੱਲ ਕਹੀ ਮੈਨੂੰ ਪਸੰਦ ਹੈ, ਯਾਨੀ ਇਹਨਾਂ ਦਾ ਕਿਹਾ ਸਿਰ ਮੱਥੇ। ਓ ਬੱਲੇ ਹੋ ਮੁੰਡਿਆ, ਮੈਂ ਤਾਂ ਅਖਬਾਰ ਪੜ੍ਹੀ ਜਾਂਦਾ, ਲੱਗਦਾ ਤੁਰਿਆ ਫਿਰਿਆ ਤਾਂ ਤੂੰ ਬਾਲਾ ਆ, ਘੁੰਮਿਆ ਫਿਰਿਆ ਨੀ। ਉਹ ਸਿੱਧਾ ਸਿੱਧਾ ਦੱਸ ਘੁੰਮਣ ਘਰੀਆਂ ਨਾ ਬਾ। ਲੈ ਦੱਸ ਘੁੰਮਣ ਘੇਰੀਆਂ ਤੂੰ ਆ ਪੈ ਰਿਹਾ, ਜੇ ਤੂੰ ਨਿਕਲਿਆ ਨੀ ਜਾਣਾ ਮੈਂ ਹਿਸਾਬ ਲਾ ਲਿਆ ਬਈ, ਆਪਣੇ ਹਰਲੀਨ ਕੁੜੀ ਨੀ ਜਮਾ ਅੱਧੇ ਸੜਿਆ, ਨਾ ਕੱਪੜਾ ਲੀੜਾ ਪਾਉਣ ਦਾ ਨਾ ਗੱਲ ਕਰਨ ਦਾ ਚੱਜ, ਉਹ ਮੈਂ ਕੈਟ ਨੂੰ ਬਿੱਲੀ ਬਿੱਲੀ ਆਖੀ ਜਾਊ ਬਈ। ਸ਼ਿੰਗਾਰੇ ਬਾਈ ਦੀ ਕੁੜੀ ਆ ਪਿੰਕੀ, ਓਏ ਹੋਏ ਹੋਏ ਮੇਰੀ ਪਰੀ ਜਮਾ ਤੇਰੇ ਵੇਚ ਦੀ, ਉੱਤੋਂ ਚੰਡੀਗੜ੍ਹ ਪੜ ਗਈ ਜਿੱਥੇ ਤੂੰ ਪੜ ਦੇ, ਅੱਗੇ ਚੰਡੀਗੜ੍ਹ ਚੰਡੀਗੜ੍ਹ ਮੈਂ ਪੜਦੀ ਤੇ ਤੈਨੂੰ ਸੋਹਣਿਆ ਮਿਲਣ ਦੀ ਮਾਰੀ। ਇੱਥੇ ਰੱਖ ਵੱਡੀ ਗੱਡੀ ਵੱਡਾ ਘਰ ਨੱਡੀ ਸੋਹਣੀ, ਸਿਰਫ ਨਾਂ ਬਦਲਣ ਦੀ ਲੋੜ, ਮਾਰ ਤੂੰ ਸੱਜ ਕਲੋਨੀ ਮੇਰੇ ਛੋਟੇ ਵੀਰ ਗੱਲ ਸੁਣ ਮੇਰੀ, ਦੋ ਬੇੜੀਆਂ ਚ ਪੈਰ ਨਹੀਂ ਰੱਖੀਦਾ, ਚੁੱਪ ਕਰਕੇ ਚੰਡੀਗੜ੍ਹ ਵਾਲੀ ਬੇੜੀ ਦਾ ਚੱਪੂ ਫੜ ਲੈ ਘੁੱਟ ਕੇ। ਦੌਰਾ ਤੈਨੂੰ ਉਦਣ ਪੈਣਾ ਜਿੱਦਣ ਪਤਾ ਲੱਗਾ ਬੇੜੀਆਂ ਦੋ ਨਹੀਂ ਤਿੰਨ ਆ। ਮਾਹੀ ਗੱਲਬਾਤ ਓਕੇ ਹੋ ਗਈ ਹੈ, ਆਪਾਂ 7 ਦਾ ਰੱਖਿਆ ਸੀ ਉਹਨੇ 6 ਸ਼ਾਮ ਦਾ ਰੱਖਤਾ, ਠੀਕ ਹੈ ਹੁਣ ਆਪਾਂ 7 ਨੂੰ ਰਿਸੈਪਸ਼ਨ ਕਰ ਲੈਂਦੇ ਆ ਤੇ ਕੱਲ ਸ਼ਗਨ ਕਰ ਲਾਂਗੇ। ਹਾਂਜੀ ਹਾਂਜੀ ਮਾਰ ਦੇ ਘੁੱਗੀ, ਲਾ ਦੇ ਆਪਣੇ ਭਰਾ ਨੂੰ ਫੋਨ। ਅੱਛਾ ਹੈਲੋ
हाँ जी भैन बिलकुल तैयारियां ने, बस फ्रूट वाला टोकरा रह गया सी तैयार कराने वाला, वो इस करके नहीं कराया सी पहला भी कितने खराब ना हो जाए। अच्छा वीर जी रिश्तेदारां नूं तां सारिआं नूं दसदा सी ना, ते किवें करना है सारा कुछ? हाँ रिश्तेदारां नूं सारिआं नूं कह चुके हैं, बाकी साडा जिहड़ा वकील भाईचारा है इन्हां ने मिंटा च आ जाणा। ठीक है वीर जी, ठीक है। हाँ जी ठीक है ना। आ गल आ बुआ। अच्छा ला शिंगाड़े नूं फोन, मैं हुणे ला देना। गई रिंग पुआ करो कर। ससिकाल वीर जी। ससिकाल भैन जी। 6 तारीख यानी कि कल। तुसी शगन दी पूरी तैयारी रखी हो? दसो भैन जी नेक काम च देरी का दी, ए दसो भी सवेरे मुंह नेरे आईए जां सूरज दी टिक्की चढ़ लैण दी? उना ने 9 बजे दा टाइम रख्या है। हां जी जे ओहो 9 बजे आ रहे हैं ना जी ते आपा 8:30 ही आ जांदे हैं। ना ना 8:30 नहीं पूरे 9 बजे बराबर दी टक्कर, जिदे च दम हो ओही पहला पा दूंगा शक्ल। फिर अपने की है जी मैं। ठीक है ना कुड़िए? हां जी हां जी। यस आपा ही पहला पावांगे पूरा। नवी केस बहुत ज्यादा गड़बड़ हो गया। ओ हुण की हो गया? हुण दोवें पार्टियां इकट्ठियां आ रहीयां। तू घबरा ना मैनूं सारा पता। तैनूं किवें पता? ਜਦੋਂ ਬੇਕਸੂਰ ਬੱਕਰੇ ਨੂੰ ਬਲੀ ਦੇਣ ਦੀਆਂ ਗੱਲਾਂ ਚੱਲਦੀਆਂ ਸੀ ਨਾ, ਮੈਂ ਉੱਥੇ ਹੀ ਸੀ। ਠੀਕ ਆ ਫਿਰ ਆਪੇ ਸਾਂਭੀ, ਮੇਰੇ ਹੱਥ ਖੜੇ ਆ। ਤੂੰ ਨਾ ਹੱਥ ਖੜੇ ਥੋੜੇ ਘੱਟ ਕਰੀ, ਬੇਬੇ ਦੀਆਂ ਕੱਪੜੇ ਵਾਲੇ ਤਾਰਾਂ ਵੀ ਕਰੰਟ ਮਾਰਦੀਆਂ। ਹੇ ਵਾਹਿਗੁਰੂ ਅੱਜ ਦੀ ਰਾਤ ਤਾਂ ਸੋਚੀ ਨਹੀਂ ਆਵੇ, ਸਵੇਰ ਦੀ ਸਵੇਰੇ ਵੇਖੀ ਜਾਊਗੀ। ਸ਼ੁਕਰ ਆ ਯਾਰ ਸੁਪਨਾ ਹੀ ਸੀ। ਹੈਲੋ। ਓ ਯਾਰ ਹੈਲੋ ਨਾ ਬੋਲ, ਤੂੰ ਛੇਤੀ ਛੱਤ ਆ ਪਹਿਲਾਂ। ਕੀ ਹੋਇਆ ਲਾਡੋ? ਮੈਨੂੰ ਲੱਗਦਾ ਮੇਰੀ ਹੈਲੋ ਬੋਲ ਜਾਣੀ ਆ। ਕੀ ਹੈਲੋ? ਹੈਲੋ ਸੰਧੂ। ਹਾਂ ਬੋਲ ਕੰਗਨ। ਯਾਰ ਅਸੀਂ ਆਏ ਤਾਂ ਇੱਥੇ ਨਵੀਂ ਤੇ ਮਾਹੀ ਦੀ ਵਿਆਹ ਦੀ ਸੈਟਿੰਗ ਕਰਾਉਣ ਸੀ। ਅੱਛਾ ਕੀ ਹੋਇਆ? ਪਰ ਬੇਬੇ ਤੇ ਤੇਜ ਆਂਟੀ ਦੇ ਪੰਗਿਆਂ 'ਚ ਅਸੀਂ ਤਾਂ ਆਪ ਫਸ ਗਏ। ਹੁਣ ਮੈਨੂੰ ਸਮਝ ਨਹੀਂ ਆਉਂਦਾ ਆਪਾਂ ਹੁਣ ਕੀ ਕਰਾਂਗੇ। ਯਾਰ ਤੂੰ ਪਲੀਜ਼ ਛੇਤੀ ਇੱਥੇ ਆ ਜਾ, ਮੈਂ ਤੈਨੂੰ ਵਟਸਐਪ 'ਤੇ ਲੋਕੇਸ਼ਨ ਭੇਜ ਰਹੀ ਹਾਂ, ਤੂੰ ਛੇਤੀ ਆ। ਚੱਲ ਠੀਕ ਹੈ ਆਉਂਦਾ ਫਿਰ। ਠੀਕ ਹੈ ਕਿੱਥੇ ਫਸ ਗਈ ਕੰਗਨ ਤੂੰ? ਆ ਗਿਆ ਕੰਗਨ, ਬਸ ਹੁਣੇ ਆ ਗਿਆ। ਲਾਡੋ ਕੀ ਹੋਇਆ? ਬੁੱਗੇ ਮੈਨੂੰ ਬਹੁਤ ਭੈੜਾ ਸੁਪਨਾ ਆਇਆ ਯਾਰ, ਮੈਨੂੰ ਲੱਗਦਾ ਸਵੇਰੇ ਕੋਈ ਠੀਕ ਨਹੀਂ ਹੋਣ ਵਾਲਾ, ਸਾਰੇ ਸੁੱਤੇ ਆ, ਆਪਾਂ ਨਿਕਲ ਚੱਲੀਏ ਯਾਰ। ਲਾਡੋ ਮੈਂ ਤੁਹਾਨੂੰ ਦੱਸਿਆ ਸੀ ਨਾ ਸਭ ਮੇਰੇ ਵੱਸੋਂ ਬਾਹਰ ਹੋ ਗਿਆ, ਤੁਹਾਡਾ ਮਿੱਠਾ ਹਾਰ ਗਿਆ, ਮਾਂ ਤੇ ਬੇਬੇ ਦੇ ਪਿਆਰ ਅੱਗੇ। ਮਾਹੀ ਸਾਰੇ ਸੁੱਤੇ ਆ ਯਾਰ, ਆਪਾਂ ਨਿਕਲ ਚੱਲੀਏ, ਬਹੁਤ ਹੋ ਗਿਆ ਯਾਰ। कृपया ध्यान से सुने, आप जिस रास्ते पर चल रहे हैं उस पर रात को सफर करना उचित नहीं है। दाएं तरफ लीजिए और आगे जाकर एक तालाब आएगा। वो कीड़ा तालाब बक्की दा छप्पड़ है। हरामजादिया पहला अपनी जबान ते लगाम लगा, छप्पड़ नू हिंदी च तालाब कहंदे ने। किथे अद्धी रात नू साडी जानू स्यापा पाई बैठे है बेवकूफा बेअकला, खब्बे मुड़ जा फिर अगे जाके खूह तो खब्बे लेके सज्जे ले ली। चलो ठीक है। ਪੰਜਾਬੀ ਕਦੋਂ ਬੋਲਣ ਲੱਗ ਗਈ? ਚਲੋ ਵਧੀਆ, ਘੱਟੋ ਘੱਟ ਸਮਝ ਤਾਂ ਆਉਂਦੀ ਹੈ, ਅੰਗਰੇਜ਼ੀ ਸਾਡੇ ਵੈਸੇ ਨਹੀਂ ਪੱਲੇ ਪੈਂਦੀ। ਅਗਲੇ ਪਿੰਡ ਦੇ ਸਾਹਮਣੇ ਇੱਕ ਚੌਕੀਦਾਰ ਰਾਤ ਨੂੰ ਬੈਠਾ ਹੁੰਦਾ ਹੈ, ਉੱਥੋਂ ਖੱਬੇ ਲੋ। ਕਿਹੜਾ ਚੌਕੀਦਾਰ? ਕੋਈ ਇੱਥੇ ਹੈ ਤਾਂ ਹੈ ਨਹੀਂ, ਕਿੱਥੇ ਹੈ? ਬੇ ਪਤੰਦਰਾ ਅੱਜ ਉਹ ਬੈਠਾ ਨਹੀਂ, ਅੱਜ ਉਹ ਢਿੱਲਾ ਹੈ, ਮੈਂ ਤੇਰੇ ਵੱਲੋਂ ਕੱਲ ਉਹਨੂੰ ਸਤਿ ਸ਼੍ਰੀ ਅਕਾਲ ਬੁਲਾ ਦੂੰਗੀ, ਤੂੰ ਖੱਬੇ ਮਾਰ। ਬੇ ਤੇਰੀ ਭੂਆ ਵਾਲਾ ਖੱਬਾ।
तेनू एक काला गेट दिखूगा। वे ब्रेका मार, आही है तेरे दूजे कंजल दा घर। एवे ना अद्धी रात नू तुरिया कर, रात दे 1:30 बजे साडी जनू स्यापा पाया होया। हुण किसे नू जगाई ना, कंध टप के वड़ जा, जा अगे तो ना अद्धी रात नू तुरी, असी भी सोना हुंदा है, हुण दफाओ। ठीक है डार्लिंग, लव यू। कंजरा डार्लिंग अपनी मां नू आखी। आहो बठला वे बठला, शराब छड़ दे नहीं छड़दा, मिठे आवे बुगे आवे, गिप्पी गरे वाला मैनू दिलों काट दे नहीं काट दे। क्यों गया, क्यों गया? आओ पैजा पैजा। ओ भाई तू रात नू तैयार होए फिरदा, सवेर तक लीड़ियां च वल पै जाने आ। इन्हां दे वलां दा तां कोई नहीं, ਮੈਥੋਂ ਕਿਤੇ ਆਪਦੇ ਵੱਲ ਨਾ ਕਢਾਲੀ। ਜਿਹੜੇ ਹਿਸਾਬ ਨਾਲ ਦੋਨਾਂ ਪਾਰਟੀਆਂ ਦੇ ਵਿੱਚ ਤਿਆਰੀ ਚੱਲੀ ਜਾਂਦੀ ਆ ਨਾ, ਪਤਾ ਨੀ ਕੋਈ ਵੀ ਸਵੇਰੇ ਬਰਾਤ ਹੀ ਲੈ ਕੇ ਜਾਣੀ ਪੈ ਜੇ ਤੇ ਫਿਰ ਸਰਵਾਲਾ ਤਾਂ ਛੱਤੋ ਪੈਰ ਰੜੀ ਜਾਈਦਾ ਨਾ। ਬਾਈ ਤਾਂ ਕਮਲਾ ਹੋ ਗਿਆ ਲੱਗਦਾ। ਉਹ ਗੱਲ ਸੁਣ ਓਏ, ਤੈਨੂੰ ਵਲਾਂ ਵਾਲੀ ਪੱਗ ਬੰਨਣੀ ਆਉਂਦੀ ਆ? ਕਿਹੜੀ? ਜਿਵੇਂ ਦਲਜੀਤ ਬੰਨਦਾ? ਉਹ ਨਹੀਂ, ਜਿਵੇਂ ਜੱਸੜ ਬੰਨਦਾ। ਉਹ ਫਿਰ ਜੱਸੜ ਤੋਂ ਹੀ ਬਣਾਣਾ। ਲੈ ਹੁਣ ਮੈਂ ਜੱਸੜ ਨੂੰ ਬੁਲਾਵਾਂ ਵੀ ਬਾਈ ਮੇਰੀ ਪੱਗ ਬੰਨ ਕੇ ਜਾਈ। ਬਠਲਾ ਵੇ ਬਠਲਾ, ਸ਼ਰਾਬ ਛੱਡਦੇ। ਲੈ ਮਿੱਤਰਾ, ਮੰਜਾ ਵੀ ਰੈਡੀ ਤੇ ਬਿਸਤਰਾ ਵੀ ਰੈਡੀ। ਉਹ ਕਿਤੇ ਨੈਵੀਗੇਟਰ ਨੂੰ ਸੈੱਟ ਕਰ ਗਈ। ਚੱਲ ਛੱਡ ਪਰੇ, ਆਪਾਂ ਕੀ ਲੈਣਾ, ਸੌਂ ਜਾਓ, ਸਵੇਰੇ ਦੇਖਾਂਗੇ ਕੀ ਹੋਊਗਾ। 4 ਵੱਜ ਗਏ ਉਹ ਮਿੱਤਰਾ। ਲੈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਦੋ ਘਰਾਂ ਦਾ ਪ੍ਰਾਹੁਣਾ ਹਮੇਸ਼ਾ ਭੁੱਖਾ ਹੀ ਰਹਿ ਜਾਂਦਾ ਹੁੰਦਾ। ਜੇ ਮੈਂ ਨਾ ਆਉਂਦਾ ਤਾਂ ਸਰਦਾਰ ਜੀ ਨਾਲ ਵੀ ਆਈ ਹੋਣੀ ਸੀ। ਹੈਲੋ, ਜਿਹੜੇ ਹਿਸਾਬ ਨਾਲ ਤੂੰ ਹਿਲਦਾ ਨੀ ਪਿਆ, ਮੈਨੂੰ ਲੱਗਦਾ ਤੇਰੇ ਇੱਥੇ ਹੀ ਪਾਣੀ ਪਾਉਣਾ ਪੈਣਾ। ਪਲਾਸਟਿਕ ਸਰਜਰੀ ਕਰ ਗਿਆ ਤੇ ਕੀ ਰੌਲਾ ਪਾਇਆ? ਰੌਲਾ ਮੈਂ ਨੀ ਪਾਇਆ ਬੇਬੇ, ਰੌਲਾ ਪੈ ਗਿਆ। ਉਹ ਖੰਗੂੜੇ ਕਿਆਂ ਨੂੰ ਫੋਨ ਕਰਦੇ, ਉਹਨਾਂ ਦਾ ਪ੍ਰਾਹੁਣਾ ਬਦਲ ਗਿਆ, ਰੌਲਾ ਤਾਂ ਤੂੰ ਪਾਈ ਜਾਂਦੀ ਹੈ। ਛੋਟੇ ਤੇਰੇ ਕੱਦ ਤੋਂ ਵੱਡੀ ਆ ਗੱਟ। ਬੇਬੇ ਮੈਨੂੰ ਤਾਂ ਇਹ ਕਾਲੇ ਕੱਛਿਆਂ ਵਾਲਾ ਲੱਗਦਾ। ਕਾਲੇ ਕੱਛਿਆਂ ਵਾਲਾ ਨਹੀਂ, ਅੱਛਾ ਤੈਨੂੰ ਲਾਲ ਪਾਇਆ। ਤੈਨੂੰ ਕੀ ਪਤਾ ਇਹਨੇ ਲਾਲ ਕੱਛਾ ਪਾਇਆ? ਮੈਂ ਤਾਂ ਬੇਬੇ ਤੈਨੂੰ ਪਹਿਲਾਂ ਕਿਹਾ ਸੀ ਵੀ ਬੰਦਾ ਠੀਕ ਨੀ ਲੱਗਦਾ ਹੈ। ਓ ਠੀਕ ਨੂੰ ਮੈਨੂੰ ਮਲੇਰੀਆ ਹੋਇਆ? ਉਹ ਗੱਲ ਹੈ, ਜੇ ਤੇਰੇ ਇਹੀ ਲੱਛਣ ਰਹੇ ਨਾ ਮਲੇਰੀਆ ਕੀ, ਤੈਨੂੰ ਬਥੇਰਾ ਕੁਛ ਹੋ ਜਾਊਗਾ। ਸੰਧੂ ਤੂੰ ਸੰਧੂ ਨਹੀਂ ਹੈ ਬੇਬੇ, ਇਹ ਸੰਧੂ ਹੈ। ਬੇਬੇ ਜੇ ਇਹ ਜੀ ਕਹਿੰਦੇ ਆ ਤਾਂ ਇਹ ਸੰਧੂ ਜੀ ਹੈ। ਕੰਗਨ, ਹਾਂਜੀ, ਤੂੰ ਇਸ ਮੁੰਡੇ ਨੂੰ ਜਾਣਦੀ ਹੈ? ਹਾਂਜੀ ਆਂਟੀ, ਸਾਡਾ ਕਾਮਨ ਫਰੈਂਡ ਹੈ, ਅਸੀਂ ਇਕੱਠੇ ਪੜ੍ਹਦੇ ਆ। ਓਏ ਖੋਲੋ ਇਸ ਮੁੰਡੇ ਨੂੰ, ਕਿੱਥੇ ਬੇਅਕਲਾਂ ਨਾਲ ਪਾਲਾ ਪੈ ਗਿਆ। ਅੱਛਾ ਤੂੰ ਸਾਰੇ ਜਹਾਨ ਦੀ ਕੱਲੀ ਅਕਲ ਚੱਕੀ ਫਿਰਦੀ ਹੈ? ਜੇ ਸੰਧੂ ਹੈ ਤਾਂ ਨਵੀ ਕਿੱਥੇ ਹੈ? ਬੇਬੇ ਗੱਲ ਕਰਦੀ ਹੈ ਕਿ ਬਿਟ ਕਰਦੀ ਹੈ, ਤੁਹਾਨੂੰ ਇਹ ਨਵੀ ਦਿਸਦਾ ਹੈ? ਨਵੀ ਨਹੀਂ ਦਿਸਦਾ ਤਾਂ ਨਵੀ ਹੈ ਕਿੱਥੇ? ਚਲੋ ਸਾਰੇ ਲੱਭੋ ਨਵੀ। ਕਮਾਲ ਦੀ ਗੱਲ ਹੈ, 150 ਵਿੱਚੋਂ 140 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾ। ਕੋਈ ਮੈਨੂੰ ਤਾਂ ਖੋਲ ਦਿਓ। ਹਾਂ ਵੀਰੇ, ਜਿੱਥੇ ਆ ਕੇ ਤੂੰ ਫਸਿਆ ਨਾ, ਤੈਨੂੰ ਖੋਲਣਾ ਤਾਂ ਛੱਡ, ਤੇਰਾ ਬਹੁਤ ਕੁਛ ਖੁੱਲ ਜਾਣਾ। ਤੂੰ ਇੱਕ ਵਾਰੀ ਮੈਨੂੰ ਖੋਲ, ਫੇਰ ਦੇਖੀ ਮੈਂ ਤੇਰਾ ਦਿਮਾਗ ਕਿਵੇਂ ਖੋਲਦਾ। ਓ ਯਾਰ, ਓ ਯਾਰ, ਓ ਪੋਈ ਤਾਂ ਖੋਲ ਦੋ ਯਾਰ। ਮਰ ਜਾ ਪਰੇ ਹੋ ਜਾ। ਓ ਭਾਈ ਲੱਭੋ ਨਵੀ ਨੂੰ। ਓ ਕਿਤੇ ਮਿਲਿਆ? ਓ ਬੇਬੇ ਉਹ ਨਹੀਂ ਲੱਭਿਆ, ਮੈਂ ਤਾਂ ਆਟੇ ਵਾਲੀ ਪੇਟੀ ਵੀ ਫਰੋਲ ਤੀ ਲੱਗਾ। ਬੇਬੇ ਮਗਰ ਲੈ ਸਟੋਰ ਵੀ ਖੋਲ ਕੇ ਦੇਖ ਲਿਆ, ਉੱਥੇ ਵੀ ਨਹੀਂ ਆ। ਬਾਪੂਆ ਮੈਂ ਤਾਂ ਸਕੂਟਰ ਦੀ ਡਿੱਗੀ ਵੀ ਲਾ ਬਾਟਿਆ, ਲੱਭਾ ਨਹੀਂ ਨਵੀ ਕਿਤੇ। ਓ ਵੀਰੇ ਤੂੰ ਕਿੱਥੇ ਜਾਈ ਇਹਨੇ, ਤੂੰ ਤਾਂ ਖੋਲ ਦੇ। ਬੈਠਾ ਰਹਿ ਟਿੱਕੇ। ਬੇਬੇ ਨਵੀ ਤਾਂ ਨਵੀ, ਮਾਹੀ ਦਾ ਵੀ ਕੁਛ ਨਹੀਂ ਪਤਾ ਕਿੱਥੇ ਹੈ। ਪਤਾ ਕਰੋ ਮੁੰਡਾ ਕਿੱਥੇ ਹੈ। ਬੇਬੇ ਮੁਰਗੀ ਖਾਨੇ ਜੀ ਵੀ ਦੇਖ ਲਿਆ, ਉੱਥੇ ਵੀ ਨਹੀਂ ਆ। ਭੂਤਨੀ ਦੀ ਆ ਮੁਰਗੀ ਖਾਨੇ ਨੂੰ ਕੁੱਕੜਿਆ। ਓ ਮੈਨੂੰ ਵੀ ਖੋਲ ਦਿਓ, ਮੈਂ ਵੀ ਲੱਭ ਦਿੰਦਾ ਉਹਨੂੰ। ਤੂੰ ਚੁੱਪ ਕਰਕੇ ਬਹਿ ਜਾ। ਪਾਗਲ ਇਕੱਠੇ ਹੋਏ ਨੇ ਸਾਰੇ ਇੱਥੇ। ਬੂਆ ਮੈਂ ਤਾਂ ਲੀੜੀ ਵਾਲੀ ਪ੍ਰੈਟੀ ਵੀ ਫਰੋਲਤੀ, ਨਵੀ ਨਹੀਂ ਲੱਭਾ ਕਿਤੇ। ਹਾਏ ਪਤਾ ਨਹੀਂ ਮੇਰਾ ਪੁੱਤ ਕਿੱਥੇ ਚਲਾ ਗਿਆ। ਓ ਯਾਰ ਨਵੀ ਦੇ ਚੱਕਰ 'ਚ ਕਿੱਥੇ ਫਸ ਗਿਆ ਮੈਂ? ਓਏ ਕਿੱਥੇ ਗਏ ਸਾਰੇ? ਮੈਨੂੰ ਕੀ ਪਤਾ ਬੇਬੇ, ਮੈਂ ਤਾਂ ਆਪ ਕਨਫਿਊਜ਼ ਹਾਂ, ਤਾਂ ਹੀ ਤਾਂ ਮੈਂ ਸੰਧੂ ਨੂੰ ਬੁਲਾਇਆ ਸੀ। ਇਹ ਮੈਨੂੰ ਲੱਗਦਾ ਕਿਤੇ ਬੇਬੇ ਨੇ ਤਾਂ ਨਹੀਂ ਫੁਰ ਕਰਾਤਾ ਰਵੀ ਨੂੰ। ਓਏ ਹੈਲੋ, ਫੁਰ ਕਰਨ ਨੂੰ ਬੇਬੇ ਸ਼ੰਕਰ ਜਾਦੂਗਰ ਹੈ? ਜਾ ਗਾ ਕੰਮ ਕਰ। ਓ ਯਾਰ ਕਮਲੇ ਦਾ ਟੱਬਰ ਹੈ ਸਾਰਾ, ਕੰਗਣ ਕਿੱਥੇ ਫਸਾ ਗਈ ਮੈਨੂੰ ਇੱਥੇ? ਤੇਜ ਕੁਰੇ, ਮੁੰਡਾ ਕਿੱਥੇ ਭੇਜਿਆ ਤੂੰ? ਬੇਬੇ ਮੈਂ ਨਹੀਂ ਭੇਜਿਆ, ਤੁਸੀਂ ਭੇਜਿਆ ਹੋਏਗਾ। ਓਏ ਤੂੰ ਤਾਂ ਖੋਲ ਜਾ ਕੇ। ਹਾਂ Thank you.
ਤੁਹਾਨੂੰ ਭਾਂਡਾ ਇਹ ਤਾਂ ਸ਼ਗਨ ਵੀ ਬਹਿਣ ਬਾਜਿਆਂ ਨਾਲ ਪਾਉਣ ਆਏ ਆ ਜਿਹੜੇ ਹਿਸਾਬ ਨਾਲ ਲਾੜਾ ਗੁਆਚਿਆ ਆ ਮੈਨੂੰ ਲੱਗਦਾ ਤੇ ਸ਼ਗਨ ਨਹੀਂ ਪੜਾਕੇ ਪੈਣਗੇ ਮੈਨੂੰ ਤਾਂ ਸਾਰਾ ਚੱਕਰ ਚਲਾਇਆ ਬੇਬੇ ਦਾ ਲੱਗਦਾ ਹੁਣ ਦੇਖੋ ਜੀ ਕਿੱਦਾਂ ਮੂੰਹ ਮੂੰਹ ਠਗਣੀ ਬੰਦੀ ਫਿਰਦੀ ਹੈ ਚਾਰਜੇ ਨੇ ਕਿਵੇਂ ਮੂੰਹ ਕੱਢਿਆ ਖੁਰਚ ਕੇ ਖੁਸਰੇ ਦੀ ਅੱਡੀ ਵਰਗਾ ਭਾਜੀ ਇਹ ਕੌਣ ਆ ਸ਼ਕਲੋਂ ਨਹੀਂ ਦਿੰਦਾ ਸ਼ਿੰਗਾਰਾ ਕੱਟਿਆਂ ਦਾ ਵਪਾਰੀ ਆ ਲੱਗਦਾ ਤਾਂ ਹੈ ਆਪਣਾ ਮੁਕਾਬਲਾ ਕਰਨ ਨੂੰ ਫਿਰਦਾ ਕਿੱਥੋਂ ਕਰ ਲੂ ਚਲੋ ਬਚ ਵਾਲਿਓ ਤੁਸੀਂ ਵੀ ਸਿੱਟੋ ਚਮਕੀਲਾ ਓਏ ਤੇਰੇ ਵਰਗੇ ਝੋਟੇ ਬਥੇਰੇ ਨੱਥੇ ਆ ਮੈਂ ਲੰਡੂ ਵਹਿੜਕਾ ਓਏ ਖੜੇ ਕੀ ਕਰਦੇ ਹੋ ਚੱਕ ਦਿਓ ਪੀਪਣੀਆਂ ਸਸਿਕਾਲ ਜੀ ਉਹ ਬੱਠਲਾ ਤੂੰ ਕਿਵੇਂ ਕਾਂਢੇ ਲਾਲ ਕਰੀ ਫਿਰਦਾ ਇੱਥੇ ਬੱਠਲ ਕਹਿਲਾ ਅੰਦਰ ਜਾ ਕੇ ਨਾ ਕਹੀ ਜਿਹੜੇ ਚੰਗਾ ਤੂੰ ਫਿਰਦਾ ਨਾ ਬੱਠਲਾ ਤੈਨੂੰ ਮੁੱਦਾ ਮਾਰ ਕੇ ਉੱਤੇ ਬਹਿ ਜਾਣਾ ਕਿਸੇ ਨੇ ਮੈਂ ਬੇਬੇ ਵਾਲੇ ਪਾਸਿਓ ਨਾ ਸਰਵਾਲਾ ਬਣਨਾ ਸਰਵਾਲੇ ਨੂੰ ਤੂੰ ਕੇਜੀ ਚ ਪੜਦਾ ਉਹ ਲਾੜੇ ਤੋਂ ਵੱਡਾ ਵੀ ਸਰਵਾਲਾ ਹੁੰਦਾ ਕਿਉਂ ਪ੍ਰਾਹੁਣੇ ਤੋਂ ਵੱਡਾ ਬੰਦਾ ਸਰਵਾਲਾ ਨਹੀਂ ਬਣ ਸਕਦਾ ਸਰਵਾਲਾ ਨਹੀਂ ਬਣ ਸਕਦਾ ਸਿਰਫ ਸਾਲਾ ਹੀ ਬਣ ਸਕਦਾ ਜੇ ਤੂੰ ਬਣਨਾ ਤਾਂ ਦੇਖ ਉਹ ਤਾਂ ਬਣ ਕੇ ਐਕਸਪਾਇਰ ਵੀ ਹੋ ਗਏ ਚੰਗਾਰੇ ਵਾਲਾ ਪਾਸਾ ਭਾਰਾ ਪਈ ਜਾਂਦਾ ਇਹਨਾਂ ਦੀਆਂ ਮੀਂਗਣਾ ਕਢਾ ਕੇ ਆਇਓ ਤੂੰ ਮੀਂਗਣਾ ਦੀ ਗੱਲ ਕਰਦਾ ਮੈਂ ਇਹਨਾਂ ਦੀ ਮੋਕ ਨਾ ਕਢਾਈ ਤਾਂ ਕਹੀ ਬੈਠੋ ਸਾਰੇ ਆਪੋ ਆਪਣੀ ਜਗ੍ਹਾ ਤੇ ਹੈ ਆਪਣੇ ਘਰ ਸਮਝੋ ਇਹਨੂੰ ਆਪਣਾ ਹੀ ਘਰ ਹੈ ਖੜੇ ਰਹੋ ਕੀ ਪਤਾ ਕਿਹੜੇ ਵੇਲੇ ਭੱਜਣਾ ਪੈ ਜੇ ਘਰ ਵਾਲੇ ਆਉਣਗੇ ਇੱਜ਼ਤ ਮਾਣ ਨਾਲ ਬਿਠਾਉਣਗੇ ਆਖਿਰਕਾਰ ਨੂੰ ਤੁਸੀਂ ਸ਼ਿੰਗਾਰਾ ਸਿੰਘ ਮੋੜ ਨਾਲ ਆਏ ਹੋ ਉਹ ਬੇਬੇ ਕਿੱਥੇ ਹੋ ਮੰਨਿਆ ਕਿ ਆਪਾਂ ਕੰਮ ਕਾਲੀ ਚ ਰੱਖਿਆ ਪਰ ਆਪਾਂ ਪਹਿਲਾ ਮੋਰਚਾ ਫਤਿਹ ਕਰਨਾ ਜੇ ਤੂੰ ਆਪਣੀ ਖੈਰ ਚਾਹੁਣੀ ਹੈ ਨਾ ਤਾਂ ਭਲੀ ਭਾਂਤੀ ਦੱਸ ਦੇ ਮੁੰਡਾ ਕਿੱਥੇ ਹੈ ਨਹੀਂ ਤਾਂ ਕੀ ਮੇਰੇ ਸਰ ਗੱਲ ਮਾਰਨ ਤੋਂ ਪਹਿਲਾਂ ਬੇਬੇ ਦੱਸ ਦੇ ਨਵੀਂ ਨੂੰ ਕਿੱਥੇ ਭੇਜਿਆ ਨਹੀਂ ਮੈਂ ਜੋਰੀ ਜੋਰੀ ਨਹੀਂ ਭੇਜਣਾ ਸੀ ਹਿੱਕ ਦੇ ਜ਼ੋਰ ਤੇ ਭੇਜਣਾ ਸੀ ਉਹ ਮੇਰਾ ਪੋਤਾ ਹੈ ਬੇਬੇ ਮੇਰੇ ਕੋਲ ਵੀ ਜ਼ੋਰ ਹੈ ਜੇ ਤੁਹਾਡਾ ਪੋਤਾ ਹੈ ਨਾ ਤੇ ਮੇਰਾ ਵੀ ਪੋਤਾ ਹੈ ਮੈਂ ਜੰਮਿਆ ਉਹਨੂੰ ਜੋ ਕੁਛ ਵੀ ਹੋ ਰਿਹਾ ਨਾ ਸਭ ਤੇਰੇ ਕਰਕੇ ਹੋ ਰਿਹਾ ਮੈਂ ਵੀ ਇਹੀ ਕਹਿ ਰਹੀ ਹਾਂ ਕੀ ਕਹਿੰਨੀ ਹੈ ਇਹ ਜੋ ਕੁਛ ਵੀ ਹੋ ਰਿਹਾ ਨਾ ਇਹ ਸਭ ਤੁਹਾਡੇ ਕਰਕੇ ਹੋ ਰਿਹਾ ਨਹੀਂ ਤੇਰੇ ਇੰਨਾ ਬੋਲਣ ਘਰ ਪੱਕਦਾ ਮੈਂ ਸੱਚੀ ਬੋਲਿਆ ਮੈਂ ਕਿਹੜਾ ਗੰਦਾ ਸਮਾ ਰਿਹਾ ਇਹ ਜਾ ਪਰਾਂ ਹਾਂ ਤੂੰ ਨਾ ਗੰਡਰੀਆਂ ਇਹਦੇ ਮੱਥੇ ਨਾ ਲੱਗੀ ਓਏ ਨਹੀਂ ਤਾਂ ਮੱਥਾ ਖੋਲ ਦੂ ਹੁਣ ਤੂੰ ਫਟਾਫਟ ਮਿਸਟਰ ਇੰਡੀਆ ਬਣ ਜਾ ਓਏ ਕਰੇ ਕੋਈ ਬੰਦਾ ਹੀ ਨਹੀਂ ਦੀਂਦਾ ਘਰ ਹੀ ਮੁਰਗੀ ਖਾਨਾ ਬਣਿਆ ਪਿਆ ਸਾਰੇ ਹੀ ਅੰਦਰ ਵੜੇ ਬੈਠੇ ਆ ਦਰਸ਼ਨਾ ਮੈਨੂੰ ਤਾਂ ਕੋਈ ਦਾਲ ਚ ਕਾਲਾ ਲੱਗਦਾ ਹੀ ਸ਼ਿੰਗਾਰਾ ਸਿੰਘ ਮੌੜ ਦੀ ਕੋਈ ਆਇਓ ਭਗਤ ਕਰਨੀ ਨਹੀਂ ਆਇਆ ਹੈ Okay.
ਪੀਪੜੀਆਂ ਵਾਜੇ ਜੇ ਬੰਦ ਕਰੋ ਸਸਿਕਾ ਵੀਰ ਜੀ ਜੀ ਹੈ ਸਸਿਕਾ ਭੈਣ ਜੀ ਸ਼ੁਕਰੀਆ ਤੁਸੀਂ ਬੈਠੋ ਚਾਹ ਵਾਏ ਪੀਓ ਬੈਠੋ ਭੈਣ ਜੀ ਨੇ ਕਹਿਤਾ ਬੈਠੋ ਤਾਂ ਫਿਰ ਬੈਠੋ ਯਾਰ ਹਾਂ ਨਵੀਨ ਕਿੱਥੇ ਗਿਆ ਹੈ ਬਸ ਆਂਦਾ ਹੀ ਹੋਏਗਾ ਹਾਂ ਜੀ ਉਹ ਬੂਟਿਆ ਇੱਧਰ ਆ ਛੇਤੀ ਆ ਗਿਆ ਜੀ ਸਾਦਾ ਬੂਟਾ ਜੀ ਉਹ ਪੌਦਿਆ ਕਿੱਧਰ ਲੁਕਣ ਮੀਚੀਆਂ ਖੇਡਦਾ ਫਿਰਦਾ ਹੋਏ ਉਹ ਲਿਆ ਕੋਈ ਤੱਤਾ ਠੰਡਾ ਕਮਲਿਆ ਮੈਨੂੰ ਲੱਗਦਾ ਅੱਜ ਮੇਰੀ ਸੇਵਾ ਹੋ ਜਾਣੀ ਹੈ ਬੇਬੇ ਬੇਬੇ ਨਵੀਂ ਨੂੰ ਮੈਂ ਨੀ ਭੇਜਿਆ ਭੇਜਿਆ ਮੈਂ ਵੀ ਨੀ ਫਿਰ ਫਿਰ ਤੇ ਆਸੇ ਪਾਸੇ ਹੀ ਗਿਆ ਹੋਏਗਾ ਇਹ ਸਭ ਤੇਰਾ ਕੀਤਾ ਕਰਾਇਆ ਇਹ ਸ਼ਗਨ ਵਾਲੇ ਦਿਨ ਉੱਤਰ ਦੱਖਣ ਕਿਵੇਂ ਇਕੱਠੇ ਹੋਏ ਪਏ ਨੇ ਗੱਲ ਹਜਮ ਨੀ ਹੋ ਰਹੀ ਬੇਬੇ ਲੜਨ ਦੀ ਬਜਾਏ ਅਸੀਂ ਪਤਾ ਲਗਾਈਏ ਕਿ ਨਵੀਂ ਗਿਆ ਕਿੱਥੇ ਹੈ ਅੱਛਾ ਤੈਨੂੰ ਇਹ ਲੜਾਈ ਲੱਗਦੀ ਹੈ ਨਾ ਪਤਾ ਕਰ ਲੈ ਫਿਰ ਭੂਆ ਰੱਬ ਨੇ ਸੱਸ ਕਿਹੋ ਜਿਹੀ ਸ਼ੈ ਬਣਾਈ ਹੈ ਚੁੱਪ ਕਰ ਮੈਂ ਵੀ ਤੇ ਸੱਸਾਂ ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਮੈਂ ਇਸ ਬੇਬੇ ਦੀ ਗੱਲ ਕਰ ਰਿਹਾ ਬਈ ਪਤਾ ਨਹੀਂ ਰੱਬ ਨੇ ਕਿਹੜਾ ਸੌਫਟਵੇਅਰ ਫਿੱਟ ਕਰਤਾ ਜਿਹੜਾ ਕਿਸੇ ਨਾਲ ਮੈਚ ਹੀ ਨਹੀਂ ਕਰ ਰਿਹਾ ਦਵਾਂ ਤੈਨੂੰ ਇੱਕ ਚੁੱਪ ਅੱਛਾ ਲੱਗਦਾ ਮੈਚ ਕਰ ਗਿਆ ਓਏ ਬੇਬੇ ਹੁਣ ਦੇਰ ਕਾਹਦੀ ਹੈ ਸ਼ਗਨ ਪਵਾ ਕੇ ਤੇ ਕੰਮ ਨੂੰ ਵੇੜੋ ਆ ਮੇਰੇ ਨਾਲ ਦੇ ਤਾਂ ਕਹਿੰਦੇ ਸਾਨੂੰ ਭੁੱਖ ਲੱਗੀ ਹੈ ਭੁੱਖੇ ਮਰੇ ਪਏ ਨੇ ਸ਼ਗਨ ਮੈਂ ਪਾਉਣਾ ਨਵੀਂ ਤਾਂ ਕਰਿਆ ਹੈ ਨਹੀਂ ਹੈ ਉਹਨੂੰ ਕੀ ਹੋਇਆ ਮੈਨੂੰ ਲੱਗਦਾ ਉਹਨੂੰ ਪਿੰਕੀ ਭਜਾ ਕੇ ਲੈ ਗਈ ਉਹ ਪਿੰਕੀ ਨੂੰ ਤਾਂ ਆਪ ਨੂੰ ਪੋਲੀਓ ਹੋਇਆ ਪਿਆ ਉਹ ਕਿਵੇਂ ਲੈ ਜੂਗੀ ਭਜਾ ਕੇ ਇਹੋ ਜਿਹੇ ਮੌਕਿਆਂ ਤੇ ਤਾਂ ਬਿਨਾਂ ਖੰਭਾਂ ਤੋਂ ਕੁੜੀਆਂ ਉਡਾ ਕੇ ਲੈ ਜਾਂਦੀਆਂ ਮੁੰਡਿਆਂ ਨੂੰ ਬੇਬੇ ਨੂੰ ਬੜਾ ਪਤਾ ਇਹਨਾਂ ਗੱਲਾਂ ਦਾ ਕੀ ਕਿਹਾ ਪੁੱਤ ਕੁਛ ਨਹੀਂ ਮਾਤੇ ਸਭ ਠੀਕ ਤਾਂ ਹੈ ਨਾ ਜੀ ਵੈਸੇ ਤੇ ਸਭ ਠੀਕ ਹੈ ਪਰ ਨਵੀਂ ਪਤਾ ਨਹੀਂ ਕਿੱਥੇ ਚਲਾ ਗਿਆ ਨਵੀਂ ਚਲਾ ਗਿਆ ਤੁਸੀਂ ਇਸ ਨੂੰ ਮਾਮੂਲੀ ਗੱਲ ਨਾ ਲਓ ਜੀ ਸ਼ਗਨਾ ਵਾਲੇ ਦਿਨ ਕੋਈ ਉਹ ਖੇਤਾਂ 'ਚ ਜੰਗਲ ਪਾਣੀ ਤਾਂ ਗਿਆ ਨਹੀਂ ਜੀ ਮਾਫ ਕਰਨਾ ਭੈਣ ਜੀ ਮੇਰਾ ਆਉਂਦੇ ਦਾ ਹੀ ਮੱਥਾ ਠਣਕਿਆ ਸੀ ਜੇ ਤੁਸੀਂ ਕਹੋ ਤਾਂ ਮੈਂ ਦੇਖ ਕੇ ਆਵਾਂ ਨਹੀਂ ਨਹੀਂ ਆ ਜੂਗਾ ਮੈਨੂੰ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਭੈਣ ਜੀ ਹਾਂ ਤੁਸੀਂ ਜਿਹੜੀ ਵੀ ਗੱਲ ਆ ਨਾ ਉਹ ਖੁੱਲ ਕੇ ਦੱਸੋ ਖੁੱਲ ਕੇ ਮੈਂ ਦੱਸਦਾ ਨਵੀ ਦਾ ਕੋਈ ਅਤਾ ਪਤਾ ਨਹੀਂ ਵੀ ਉਹ ਕਿੱਥੇ ਗਿਆ ਪਰ ਤੁਸੀਂ ਜਾਣਾ ਨਹੀਂ ਮੋਰਚਾ ਲੈ ਕੇ ਡਟੇ ਰਹੋ ਆਪਾਂ ਹੀ ਮੋਰਚਾ ਫਤਿਹ ਕਰਾਂ ਠੀਕ ਹੈ ਆਪਣੇ ਡੋਲੂ ਉਹ ਕੀ ਨਾਂ ਤੇਰਾ ਬੱਠਲਾ ਉਹ ਚੱਲ ਜਿਹੜਾ ਵੀ ਪਾਂਡਾ ਹੈਗਾ ਪ੍ਰਾਹੁਣੇ ਸੇਵਾ ਕਰ ਰਹੇ ਸੀ ਆਣ ਕੇ ਉਹ ਬੱਠਲਾ ਇੱਧਰ ਆ ਇੱਧਰ ਕਿਉਂ ਗੋਹੇ ਨਾਲ ਭਰਿਆ ਖੜਾ ਤੂੰ ਉਹ ਬੱਠਲਾ ਇੱਧਰ ਆ ਓਏ ਉਹ ਤੈਨੂੰ ਪ੍ਰਾਹੁਣਾ ਬੁਲਾਉਂਦਿਆ ਛੇਤੀਆਂ ਬੱਠਲਾ ਇੱਧਰ ਉਹ ਤੂੰ ਜੇ ਉਧਰ ਗਿਆ ਤਾਂ ਲੱਤਾਂ ਤੋੜ ਦੂੰ ਤੇਰੀਆਂ ਪਹਿਲਾਂ ਸਾਡੀ ਗੱਲ ਸੁਣਿਆ ਨਹੀਂ ਇੱਧਰ ਆ ਕੇ ਸ਼ਿਕਾਰਾ ਸਿੰਘ ਮੋੜ ਦੀ ਸੇਵਾ ਕਰ ਜਲਦੀ ਆ ਮੈਨੂੰ ਪਹਿਲਾਂ ਉਹ ਬੰਦਾ ਲੱਭ ਜੇ ਜਿਹਨੇ ਮੇਰੀ ਛੇੜ ਪਾਈ ਆ ਬੱਠਲ ਇਹਨਾਂ ਨਹੀਂ ਬੱਠਲ ਨਹੀਂ ਕੀ ਹੈ ਨਾ ਤੇਰਾ ਫੇਰ ਗਿੱਪੀ ਗਰੇਵਾਲ ਜਾ ਓਏ ਬੱਠਾ ਗਿੱਪੀ ਯੈਸ ਟੋਕਰੀ ਯੈਸ ਸਰ ਕਮ ਆਨ ਕਮਿੰਗ ਟਨਣਾ ਟਨਣਾ ਉਹ ਦੇਖੋ ਜੀ ਉਹ ਆ ਗਈ ਨਵੀਂ ਦੀ ਗੱਡੀ ਲੈ ਆ ਗਿਆ ਨਵੀਂ ਚਲੋ ਭਾਈ ਤਿਆਰੀਆਂ ਕਰੋ ਸਾਰੇ ਓਏ ਬੰਦ ਕਰੋ ਓਏ ਪਕੌੜੇ ਪਕੂੜੇ ਖਾਣੇ ਫੇਰ ਖਾ ਲਿਓ ਓਏ ਵਜਾਓ ਪੀਪੜੀਆਂ ਕੰਪੀਟੀਟਰ ਨਾਲ ਆਵਾਜ਼ ਵੀ ਉੱਚੀ ਤੇ ਸੁਰ ਵੀ ਉੱਚਾ ਹੋਣਾ ਚਾਹੀਦਾ ਸੁਰ ਉੱਚੀ ਹੋਣੀ ਚਾਹੀਦੀ ਵੱਡੇ ਪੱਧਰ ਕੀ ਹੈ ਜੀ ਲੈ ਸਾਡੀਆਂ ਵੀ ਤਿਆਰੀਆਂ ਨੇ ਚਲੋ ਵੀ ਬੱਜ ਜਾਣਾ ਹੋ ਜਾ ਸ਼ੁਰੂ ਚਲੋ ਉਹ ਠੰਡੇ ਰੱਤੇ ਜੇ ਪਿੱਛੇ ਲੈ ਜਾ ਲੈ ਜਾ ਦੇਖ ਕਾਕਾ ਕਿੰਨਾ ਸੋਹਣਾ ਲੱਗਦਾ ਕਿੰਨਾ ਸੋਹਣਾ ਲੱਗ ਰਿਹਾ ਮੇਰੇ ਪੁੱਤ ਉਹ ਕਾਲਾ ਟਿੱਕਾ ਲਿਆ ਉਹ ਕਿਤੇ ਨਜ਼ਰ ਨਾ ਲੱਗੇ ਹਰਲੀਨ ਦੀ ਜੋੜੀ ਬਹੁਤ ਜਚੂ ਇਹਦੇ ਨਾਲ ਹਰਲੀਨ ਮੇਰੀ ਧੀ ਪਿੰਕੀ ਨਾਲ ਜੋੜੀ ਵਧੀਆ ਲੱਗੂਗੀ ਹਾਂ ਜਾ ਜਾ ਯਾਰ ਪਿੰਕਾ ਦੇ ਨਾਲ ਇਹ ਕੀ ਇਹ ਤਾਂ ਰੈਡੀਮੇਡੀ ਬਹੂ ਚੱਕ ਲਿਆ ਆਪਦੀ ਭੈਣ ਨੂੰ ਪੁੱਛ ਜਿਹਨੇ ਆਪਦੀ ਭੈਣ ਦਾ ਘਰ ਉਜਾੜਤਾ ਪਹਿਲਾਂ ਘਰ ਬਣਤਾ ਲੈਣ ਦਿੰਦੀ ਬਾਅਦ ਚ ਉਜਾੜ ਦਿੰਦੀ ਬੇਬੇ ਵੀਰ ਜੀ ਜੋ ਵੀ ਹੋਇਆ ਠੀਕ ਹੋਇਆ ਕੱਲ ਮੈਂ ਮਾਹੀ ਤੇ ਨਵੀਂ ਦੀ ਗੱਲਾਂ ਸੁਣੀਆਂ ਸਾਰੇ ਸੁੱਤੇ ਆ ਯਾਰ ਆਪਾਂ ਨਿਕਲ ਚਲੀਏ ਬਹੁਤ ਹੋ ਗਿਆ ਯਾਰ ਨਹੀਂ ਨਵੀਂ ਜੇ ਇਦਾਂ ਹੀ ਕਰਨਾ ਹੁੰਦਾ ਇਹ ਆਪਸ਼ਨ ਤਾਂ ਬਹੁਤ ਪਹਿਲਾਂ ਵੀ ਸੀ ਮੈਂ ਆਪਣੇ ਪਾਪਾ ਦਾ ਸਿਰ ਨੀਵਾਂ ਨਹੀਂ ਕਰਾਉਣਾ ਚਾਹੁੰਦੀ ਫਿਰ ਮੇਰਾ ਕੀ ਹੋਊਗਾ ਮੈਥੋਂ ਨਹੀਂ ਰਹਿ ਹੋਣਾ ਤੇਰੇ ਬਿਨਾਂ ਮੈਂ ਮੰਮੀ ਤੇ ਬੇਬੇ ਨੂੰ ਆਪੇ ਸਮਝਾ ਲਵਾਂ ਬਹੁਤ ਲੇਟ ਹੋ ਗਏ ਆ
ताही मैं तुम कहती सी घर गल कर ले, पर तू मेरी कदे नहीं सुनी। तू हमेशा मैनू लाइटली लैंदा रहा नवी। जे आपां इदा कीता तू सोच अपने घरदिआं ते की बीतूगी। लाडो जे अपना प्यार सच्चा होया ना तां रब सब ठीक करूगा, जरूर किसी ना किसी नूं भेजूगा। जे उदों थोड़ी जिही हिम्मत कीती हुंदी ना तां जादे नूं देखण नूं ना मिलदा। मेरा तां जी करदा मैं जहर खा के मर जां। माही जे तू मैनू ना मिली ना तां सच्ची इदां ही होऊगा। मैं इस बारे हरलीन नाल भी गल कीती। दीदी मैं कई बार तुहानूं ते वीरू दसना चाहिया पर कदी हिम्मत नहीं बनी। मैं नवी नूं भी फोन किया पर उन्हें कदी चक्किया ही नहीं। वो तो मैथों दूर ही भजदा रहा। पर असल गल तो यह कि मैं भी किसी होर नूं पसंद करती हूँ। तुसी ना नवी दा विआह माही नाल कर दो, नहीं तो दीदी मैनूं लगता कि असी कदी एक दूजे नाल खुश नहीं रह पावांगे। टोकरा अपना किस काम दा? टोकरा आपां इन्हां नूं दे दईए। हां जी मैनूं बुलाया जी, मैं जी टोकरा। ओ तू किहड़े तूत दा बणिया होया टोकरा, तेरे च पाइया तां गोर ना पैण। हैं तू तां निक्की जी टोकरी है। इह गल सही कह रहे ने, आपां टोकरा इन्हां नूं दे दिंदे आ। नहीं नहीं आपां टोकरा किसे नूं क्यों देणा, जिहे जी हरलीन ते लवलीन ओहे जी मेरी इह भैण, मैं अपने हत्थी कन्ने दान करूं इहदा वी। वीर जी हुण तुसीं दसो मैं ठीक कीता कि गलत कीता? बिलकुल सही कीता मेरी भैण। ओए वीरा नहीं दसदा, मैं दसूंगा। आ जिहड़े मेरे नाल आया ना ये सारे पहलवान है, कब्जा लैने असी। ओए देखते की है, अज लाड़े ते कब्जा करो। रुक जा सिंघाड़े, पहला मेरे नाल गल कर। तेरे नाल की गल करा तेज कौरे, तू ता मेरे सुपने मिट्टी च मिला के रखते। और मैं ता तेरे नाल रिश्तेदारी पाके तेरी जमीन ते मौड़ कलोनी कटनी सी। और पहलवानो कर लो लाड़े ते कब्जा, देखते की हो। जय जी तेरी सेहत है, मैं लगता तेन ऊ कब्जी हुई है। मैं लुके आ गया है, वह मेरा कितने ना कोई लेना देना नहीं है। शराब पीना लड़ाई कर दा नहीं सालिया, फिर तू कहदा गुंडा होया। मैनू दसदा भाई तेरी लगी तो नहीं लगी भजन ची फायदा है शिंगारा सिया भज लै खड़ा पाजी मैं तो अपने बंदा टोकरा। कोई नी पुत बहिंदी गंगा झत धो लेने चाहिए, आपदियां दे वी चार ला देनियां चाहिए। भज ही लेना चाहिए मोड़ सिया भज लै। कलोनी ना कट के जा हुण, इधर चले अखे कलोनी कटनी है जमीन ते। ओ चज नाल आपदे नौ तक दे कटे नी मौड़ कलोनी कटू, हुण पता लगू जदों तेरे मौरी मौड़ भन्ने असी। ओ छड असी जौणे मौड़कियां च हुन्ने आ। आ तू घोड़ी खोल के ले जा जौणे मौड़। इस घर च तो तेरिया जड़ा पटिया गई, हुण कोई नवी भूआ लभ के ओदे घर जड़ा ला। चलो शेरा आया वड्डा भूआ दा भतीजा, वेखा की खेखण करदे फिरदे ने। नवी ठीक हां? तू ठीक है ना? हां मैं भी ठीक हां। चल कोई ना, हुण तां हो गया अपना व्याह, हुण आपां की करांगे।
ਇਹਨਾਂ ਦਾ ਤਾਂ ਹੋ ਗਿਆ ਵਿਆਹ, ਹੁਣ ਆਪਾਂ ਵੀ ਵਿਆਹ ਕਰਾਂਗੇ। ਨਵੀ ਮੰਮੀ ਮੇਰੀ ਗੱਲ ਤਾਂ ਸੁਣੋ। ਤੂੰ ਚੁੱਪ ਕਰ ਜਾ, ਤੇਰੀ ਕੋਈ ਗੱਲ ਨਹੀਂ ਸੁਣਨੀ। ਤੇ ਮਾਹੀ ਤੂੰ ਠੀਕ ਨਹੀਂ ਕੀਤਾ। ਹੁਣ ਪਤਾ ਲੱਗਿਆ ਮੈਨੂੰ ਕਿਵੇਂ ਮਹਿਸੂਸ ਹੋਇਆ ਸੀ ਜਦੋਂ ਤੂੰ ਮੇਰੇ ਪੁੱਤ ਨਾਲ ਮੇਰੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ। ਚੱਲ ਹਿਸਾਬ ਬਰਾਬਰ ਹੋ ਗਿਆ, ਮੈਂ ਤਾਂ ਕਮਲੀ ਸੀ ਜਿਹੜਾ ਤੇਰੇ ਨਾਲ ਇਹੋ ਜਿਹਾ ਵਰਤਾਵ ਕਰਦੀ ਰਹੀ। ਹੁਣ ਤੂੰ ਮਾਹੀ ਨਾਲ ਇਹੋ ਜਿਹਾ ਸਲੂਕ ਨਾ ਕਰੀ ਜਿਹੜਾ ਮੈਂ ਤੇਰੇ ਨਾਲ ਕੀਤਾ। ਤੁਸੀਂ ਤਾਂ ਕੱਲ ਨੂੰ ਬੇਬੇ ਬਣਨਾ। ਬੇਬੇ ਮੈਂ ਨਾ ਸਮਝ ਸੀ ਜਿਹੜੀ ਤੁਹਾਨੂੰ ਸੱਸ ਸਮਝਦੀ ਰਹੀ। ਤੁਸੀਂ ਮੇਰੀ ਮਾਂ ਵਰਗੇ ਹੋ, ਮੈਨੂੰ ਮਾਫ ਕਰ ਦਿਓ। ਅੱਛਾ ਉਹ ਬੱਠੜਾ, ਉਹ ਟੋਕਰਿਆ, ਆ ਕੁਰਸੀਆਂ ਕਰਸੀਆਂ ਸੈੱਟ ਕਰੋ। ਇੱਧਰ ਦੇਖੋ ਬੇਬੇ ਤੇ ਤੇਜੋ ਮਾਸੀ ਨੇ ਕਿਵੇਂ ਗਾਹ ਪਾਇਆ, ਕੋਈ ਪਾਓ ਇਹਨਾਂ ਦੇ ਸੰਗਲ। ਚਲੋ ਭਾਈ ਚਲੋ ਚਲੀਏ, ਪੋਤੇ ਦੇ ਵਿਆਹ ਦੇ ਸਾਰੇ ਸ਼ਗਨ ਪੂਰੇ ਕਰ ਲਈਏ।